ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਦਸਹਿਰੇ ਦੀ ਮੁਬਾਰਕਾਂ ਤੇ ਤੁਹਾਡਾ ਪੋਡਕਾਸਟ ਵਿੱਚ ਸਵਾਗਤ ਹੈ ਮਿੱਤਰਾਂ ਦੇ ਪੋਡਕਾਸਟ ਵਿੱਚ ਫਿਰ ਜੀ ਸਾਹਿਬ ਹੁਣ ਸੰਭੋ ਪ੍ਰੋਗਰਾਮ ਫਿਰ ਜੀ ਕੋ ਸਟਾਰਟਿੰਗ ਨਹੀਂ ਸੀ ਹੁੰਦੀ ਮੈਂ ਕਹਿੰਦਾ ਫਿਰ ਸਟਾਰਟਿੰਗ ਕਰ ਦੂੰ ਮੈਂ ਲੈ ਕਿਹੜੀ ਗੱਲ ਹੈ ਸਮਝ ਯਾਰ ਨਹੀਂ ਮੇਕਮ ਨਹੀਂ ਸੀ ਹੁੰਦੀ ਵੀ ਸਟਾਰਟਿੰਗ ਮੈਨੂੰ ਬੁਖਾਰ ਚੜਿਆ ਉਹ ਦਿਨ ਬੜੇ ਹੋ ਗਏ ਨਾ ਆਪਾਂ ਨੂੰ 6 ਦਿਨ ਹੋ ਗਏ ਰਿਕਾਰਡ ਕੀਤੇ ਨੂੰ ਲਾਸਟ ਐਪੀਸੋਡ ਜਿਹੜਾ ਕਾਕਾ ਬਲੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਕੰਟੀਨਿਊਟੀ ਨਹੀਂ ਆ ਰਹੀ ਨਾ ਕਿ ਕਿੱਦਾਂ ਗੱਲ ਕਰਨੀ ਹੈ ਕਿੱਦਾਂ ਕੋਕੀ ਵਿੱਚੇ ਤੁਹਾਨੂੰ ਪਤਾ ਜਿਹੜੀ ਦੂਜੇ ਚੈਨਲ ਦੀ ਵੀਡੀਓ ਹੈ ਉਹਦੇ ਵਾਸਤੇ ਬੜੀ ਆਪਣੀ ਖੱਜਲ ਖਵਰੀ ਹੋਈ ਹੈ ਇੱਕ ਵੀਡੀਓ ਵਾਸਤੇ ਵੀ ਤੇ ਤਾਂ ਕਰਕੇ ਨਾ ਉਹ ਉਧਰ ਦੀ ਲੈ ਬਣੀ ਬਈਆਂ ਪਰ ਕੋਈ ਨਾ ਇੱਧਰ ਕਰਦੇ ਹਾਂ ਜੀ ਇਹ ਹੈ ਜੀ ਆਪਣਾ ਐਪੀਸੋਡ ਨੰਬਰ 6 ਤੇ ਅੱਜ ਮੈਂ ਇਟਲੀ ਵਾਲਾ ਬਾਈ ਆਪਾਂ ਮਲਕੀ ਕੁਝ ਹਲਕੇ ਫੁਲਕੇ ਟੌਪਿਕਸ ਐਪੀਸੋਡ 5 ਆ 5 5 5 ਉਹ ਸਪੋਟੀਫਾਈ ਦੀ ਗਲਤੀ ਕਰਕੇ ਮੈਂ 6 ਬੋਲ ਗਿਆ ਕਿਉਂਕਿ ਸਾਨੂੰ ਰਾਤੀ ਨੋਟੀਫਿਕੇਸ਼ਨ ਮੈਨੂੰ ਆਈ ਕਿ ਤੁਹਾਡੇ 5 ਐਪੀਸੋਡ ਹੋ ਗਏ ਨੇ ਤੇ ਮੈਂ ਬੜਾ ਖੁਸ਼ ਮਹਿਗਾ ਯਾਰ ਕੱਲ ਦੀ ਗੱਲਣ ਹੈ ਜੇ ਸ਼ੁਰੂ ਕੀਤਾ ਇਹ ਤੇ ਜਲਦੀ ਜਲਦੀ ਆਪਾਂ ਪੰਜ ਕਰ ਵੀ ਲੇ ਪਰ ਉਹ ਤਾਂ ਹੁਣ ਭਾਈ ਨੇ ਦੱਸਿਆ ਕਿ ਆਪਣਾ ਇਹ ਪੰਜਵਾਂ ਹੈ ਤੇ ਅੱਜ ਆਪਾਂ 3-4 ਹਲਕੇ ਫੁਲਕੇ ਟੌਪਿਕ ਸ਼ੁਰੂ ਕਰਾਂਗੇ ਤੇ ਜ਼ਿਆਦਾ ਵੀ ਪੜਕਾਉਂਗਾ ਯਾਰ ਪੋਡਕਾਸਟ ਨਹੀਂ ਹੋਊਗਾ ਜਿਦਾ ਆਪਣੇ ਲਾਸਟ 2-3 ਗਏ ਨੇ ਨੈ ਨੈ ਪੂਰਾ ਪੜਕਾਉ ਕਰਾਂਗੇ ਕਿ ਕਿਹੜੀ ਗੱਲ ਹੈ ਮਸਾਲਾ ਦਵਾ ਨੇ ਮਸਾਲਾ ਅੱਛਾ ਫਰੈਸੀ ਭਾਜੀ ਸੁਣਾਓ ਕੀ ਸੁਣਾਈਏ ਭਾਜੀ ਕੀ ਸੁਣਾਈਏ ਕੀ ਸੁਨਣਾ ਚਾਹੁੰਦੇ ਹੋ ਤੁਸੀਂ ਯਾਰ ਸੁਣਾਈਏ ਸੁਣਾ ਮੇਰੀ ਗੱਲ ਸੁਣਨਾ ਉਹ ਤੈਨੂੰ ਪਤਾ ਲੱਗੇ ਗੱਲ ਦਾ ਕਿਹੜੀ ਗੱਲ ਦਾ ਉਹ ਜਿਹੜਾ ਵਿਆਹ ਨਹੀਂ ਹੋਇਆ ਆ ਜਿਹੜਾ ਕਿਹੜਾ ਵਿਆਹ ਸੀ ਦੀਪ ਸਰਦਾਰਨੀ ਦਾ ਓਹੋ ਹੋ ਹੋ ਬਹੁਤ ਪੰਜਾਬ ਦਾ ਮੈਨੂੰ ਕਹਿੰਦੇ ਜਿਹਦਾ ਉਹ ਨਹੀਂ ਕਹਿੰਦੇ ਰਿਚ ਫੈਮਿਲੀ ਦਾ ਵਿਆਹ ਹੁੰਦਾ ਨਹੀਂ ਦਾ ਬ੍ਰਿਟਿਸ਼ ਫੈਮਿਲੀ ਦਾ ਵਿਆਹ ਹੁੰਦਾ ਜਿੱਥੇ ਸਾਰੇ ਬੁਲਾਉਂਦੇ ਆ ਆਪਣੇ ਉਹ ਇੰਗਲੈਂਡੋਂ ਵਾਲੇ ਉਸ ਹਿਸਾਬ ਨਾਲ ਹੋਇਆ ਸੀ ਉਹ ਵਿਆਹ ਬਹੁਤ ਜਨਤਾ ਗਈ ਆਪਣੇ ਰਾਇਲ ਵੈਡਿੰਗ ਸੀ ਪੰਜਾਬ ਦੀਆਂ ਬਹੁਤ ਬਹੁਤ ਜਾਣੇ ਮਾਨੇ ਚਿਹਰੇ ਪਹੁੰਚੇ ਸੀ ਉਹ ਵਿਆਹ ਤੇ ਬਹੁਤ ਵਧੀਆ ਵਿਆਹ ਗਿਆ ਬਹੁਤ ਵਧੀਆ ਵਿਆਹ ਗੁਜਰਿਆ ਸਾਰੇ ਮਲਕੀ ਕੱਲੇ ਕੱਲੇ ਬੰਦੇ ਨੇ ਵਲੌਗ ਚ ਵਿਆਹ ਦੇਖਿਆ ਹੋਣਾ ਤੇ ਹਰ ਪੰਜਾਬ ਦੇ ਵੱਡੇ ਇਨਫਲੂਐਂਸਰ ਦੇ ਵਲੌਗਸ ਚ ਵਿਆਹ ਦੇਖਿਆ ਤੇ ਸਾਰਾ ਪੰਜਾਬ ਦੇ ਕੇ ਹਮਮਾ ਆ ਕੇ ਖੁਸ਼ ਹੋਇਆ ਕਿ ਹਮਮਾ ਆ ਕੇ ਇਹਨੇ ਵੱਡੇ ਵੱਡੇ ਸੈਲੀਬ੍ਰਿਟੀ ਪਹੁੰਚੇ ਨੇ ਸੈਲੀਬ੍ਰਿਟੀ ਸੈਲੀਬ੍ਰਿਟੀ ਪਹੁੰਚੇ ਆਇਆ ਹੀ ਸਦਾ ਆਪਾਂ ਨੂੰ ਵੀ ਤੁਹਾਨੂੰ ਆਇਆ ਹੀ ਸਦਾ ਨਾ ਯਾਰ ਮੈਨੂੰ ਕੌਣ ਭੇਜਦਾ ਸਦਾ ਅੱਛਾ ਤੈਨੂੰ ਨਹੀਂ ਭੇਜਦਾ ਨਹੀਂ ਮੈਨੂੰ ਆਇਆ ਸੀ ਸਦਾ ਸਾਨੂੰ ਨਹੀਂ ਭੇਜਦੇ ਸੱਦੇ ਮੈਨੂੰ ਆਇਆ ਸੀ ਸਦਾ ਤੈਨੂੰ ਆਇਆ ਸੀ ਮਜ਼ਾਕ ਕਰਨਿਆ ਮੈਨੂੰ ਆਇਆ ਹੁੰਦਾ ਤਾਂ ਮੈਂ ਨਾ ਜਾਂਦਾ ਇਹੋ ਜਿਹਾ ਤੇ ਮੈਂ ਨਾ ਜਾਂਦਾ ਜੇ ਮੈਨੂੰ ਆਇਆ ਹੁੰਦਾ ਭਲਾਹੋਰ ਨਹੀਂ ਮਿਸ ਕਿਹੜਾ ਕਿਹੜਾ ਕਪਲ ਸੀ ਨਾ ਚੁਪਲਾ ਕਿਹੜਾ ਮਿਸ ਕੌਣ-ਕੌਣ ਸੀ ਸਾਰੇ ਸੀ ਇਹ ਵਿਆਹ ਤੇ ਪਲ ਸਾਰੇ ਗਏ ਹੋਰ ਕੇ ਪਿੰਦਰਪਵਨ ਨਹੀਂ ਸੀ ਆਇਆ ਨਾ ਬੜੇ ਮਿਸਿੰਗ ਸੀ ਭਾਜੀ ਮੈਂ ਦੇਖਿਆ ਪੰਜਾਬ ਚ ਕਿੰਨੀ ਪਵਨ ਨਹੀਂ ਹੈਗੇ ਸੀਗੇ ਆਪਣੇ ਪਿੰਦਰ ਪਵੜ ਨਹੀਂ ਹੈਗੇ ਸੀਗੇ ਬੜੇ ਪੰਜਾਬ ਦੇ ਜਾਣੇ ਮਾਣੇ ਚਿਹਰੇ ਉਹਨਾਂ ਨੇ ਰਹਿਣ ਤੇ ਗगन ਲਾਲੀ ਨਹੀਂ ਹੈਗਾ ਸੀ ਵਿਚਾਰਾ ਮੈਂ ਦੇਖਿਆ ਕਿ ਉਹ ਤਾਂ ਹੈ ਹੀ ਨਹੀਂ ਯਾਰ ਉਹਨੂੰ ਪਾਉਣਾ ਚਾਹੀਦਾ ਸੀ ਗगन ਲਾਲੀ ਵੀ ਨਹੀਂ ਹੈਗਾ ਸੀ ਪੰਜਾਬ ਚ ਆਹੋ ਯਾਰ ਉਹਨੂੰ ਕਿਉਂ ਨਹੀਂ ਉਹਨੂੰ ਕਿਉਂ ਨਹੀਂ ਬੁਲਾਉਂਦੇ ਯਾਰ ਕਿਸੇ ਵਿਆਹ ਸ਼ਾਦੀ ਚ ਵਿਚਾਰੇ ਨੂੰ ਉਹਨੂੰ ਤੇ ਇਹਨਾਂ ਨੇ ਅਣਗੋਲੇ ਕਰਤਾ ਯਾਰ ਮੁੰਡਾ ਚੰਗਾ ਮੁੰਡਾ ਚੰਗਾ ਤੇ ਫੇਮਸ ਵੀ ਹੈ ਤੇ ਉਹਨੂੰ ਪਾਉਣਾ ਬੁਲਾਉਣਾ ਚਾਹੀਦਾ ਸੀ ਤੇ ਵਾਲ ਕਿਉਂ ਕਟਾਲੇ ਨੇ ਉਹਨੇ ਪਰ ਫਿਰ ਕਪਲ ਪਾਪਾ ਇੱਕ ਪਾਸੇ ਹੋ ਸਕਦੇ ਆ ਨਾ ਜਾਂ ਇਧਰਲੇ ਪਾਸੇ ਹੋ ਸਕਦੇ ਜਾਂ ਉਧਰਲੇ ਪਾਸੇ ਹੋ ਸਕਦੇ ਹੁਣ ਉਹਨਾਂ ਨੇ ਇੱਕ ਚੂਸ ਕਰ ਲਈ ਕਪਲ ਪਾਪਾ ਕਪਲ ਪਾਪਾ ਇੱਕ ਪਾਸੇ ਨਹੀਂ ਉਹ ਯਾਰ ਇਹ ਜਿਹੜਾ ਵੇ ਮੈਂ ਨਾ ਹੁਣੇ ਨਾ ਇੱਕ ਵਲੋਗ ਵੇਖਦਾ ਪਿਆ ਸੀ ਠੀਕ ਹੈ ਇਹ ਪਤਾ ਨਹੀਂ ਯਾਰ ਕਿਹੜਾ YouTube ਚੈਨਲ ਸੀ ਇੱਕ ਕੁੜੀ ਦਾ YouTube ਚੈਨਲ ਮੈਂ ਪਹਿਲੀ ਵਾਰ ਕੁੜੀ ਦਾ YouTube ਚੈਨਲ ਵੇਖਿਆ ਤੇ ਉਹ ਸਿਮਰ ਨੇਰੂਲਾ ਦੇ ਬਰਥਡੇ ਤੇ ਗਈ ਸੀ ਸਿਮਰ ਨੇਰੂਲਾ ਦੇ ਬਰਥਡੇ ਵੇ ਅੱਜ ਹਾਂ ਕੱਲ ਪਰਸੋ ਮੇਬੀ ਕੱਲ ਜਾਂ ਕੱਲ ਅਪਲੋਡ ਹੋਇਆ ਸੀ ਬਰਥਡੇ ਵਾਲਾ ਵਲੋਗ ਮੈਨੂੰ ਬੜੇ ਕਮੈਂਟ ਆਏ ਯਾਰ ਕਿ ਉਹ ਬਰਥਡੇ ਵਾਲਾ ਵਲੋਗ ਦੇਖੋ ਮੈਂ ਅੱਜ ਤੱਕ ਦੇਖਿਆ ਤਨੀਆਂ ਵਲੋਗ ਵੜਾ ਪਰ ਉਹਦੀ ਝਲਕੀਆਂ ਜੇ ਦੇਖਿਆ ਸਨੈਪਚੈਟ ਤੇ ਉਹ ਇੱਕ ਤਾਨੀਆਂ ਆ ਤੇ ਤਿੰਨ ਚਾਰ ਜਣੇ ਹੋਰ ਨੇ ਉਹ ਬਰਥਡੇ ਮਨਾ ਰਹੇ ਨੇ ਤੇ ਫਿਰ ਉਹੀ ਸੇਮ ਸਪੋਰਟ ਕਪਲ ਪਾਪਾ ਦੇ ਘਰ ਤੇ ਮੈਂ ਤਾਂ ਇਹ ਸੋਚ ਰਿਹਾ ਕਿ ਜਦੋਂ ਦੇ ਸੈਮ ਹੁਣੀ ਪਈ ਬਾਹਰ ਆਏ ਨਾ ਉਹ ਕਪਲ ਪਾਪਾ ਜ਼ਿਆਦਾ ਐਕਟਿਵ ਹੋ ਗਏ ਪੰਜਾਬ ਚ ਬਹੁਤ ਜ਼ਿਆਦਾ ਐਕਟਿਵ ਹੋ ਗਏ ਹਮ ਨਹੀਂ ਕਪਲ ਪਾਪਾ ਨੇ ਨਾ ਜਿਹੜਾ ਨਾ ਇਹ ਕੰਮ ਨਹੀਂ ਆ ਜਿਹੜਾ ਵਲੋਗਾਂ ਦਾ ਡਿਜੀਟਲ ਰੀਲਾਂ ਦਾ ਸਾਰਾ ਸਾਹਮੇ ਆਵੇ ਮੈਨੂੰ ਸੋਰਸ ਤੋਂ ਪਤਾ ਲੱਗਾ ਵੀ ਇਹ ਸਾਰੇ ਨਾ ਕਪਲ ਪਪਾ ਹੈਂਡਲ ਕਰਦਾ ਇਹਨਾਂ ਸਾਰੇ ਬੰਦਿਆਂ ਨੂੰ ਅੱਛਾ ਮਨ ਲੈ ਜਿੰਨੇ ਵਲੋਗਰ ਐ ਜਿੰਨੇ ਰੀਲਰ ਤਕਰੀਬ हां ਨਹੀਂ ਆਹ ਆਹ ਕਿ ਸੱਜੇ ਨੇ ਮਿੱਤਰ ਤੋਂ ਪਤਾ ਲੱਗਾ ਕਹਿੰਦੇ ਇਹਨਾਂ ਦੀ ਕੋਈ ਕੰਪਨੀ ਗੁੰਪਣੀ ਹੈ ਪਤਾ ਕੀ ਕੀ ਪ੍ਰੋਡਕਸ਼ਨ ਕਿਹੜੀ ਪਤਾ ਨਹੀਂ ਯਾਰ ਅੱਛਾ ਛਾ ਤੂੰ ਸਵਾਦ ਲੈ ਲੈ ਮੇਕੋ ਦੱਸ ਕਿਹੜੀ ਕੰਪਨੀ ਦਾ ਕੀ ਨਹੀਂ 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 ਮੈਨੂੰ ਕੰਪਨੀ ਦਾ ਨਾਮ ਨਹੀਂ ਦਣਾ ਬਾਈ ਪਰ ਵੇਖੋ ਉਹ ਅਗਲੇ ਨੇ ਆਪਣੀ ਵੱਖਰੀ ਪ੍ਰੋਡਕਸ਼ਨ ਕੀਤੀ ਹੋਵੇ ਭਾਈ ਕੀ ਬਚ ਕਰੋ ਹੈਣਾ ਇਹ ਕਿਹੜਾ ਪਤਾ ਖਚਰਾ ਦਾ ਦਾਦਾ ਨਹੀਂ ਨੂੰ ਪਤਾ ਮੈਂ ਦੱਸ ਦੇਣਾ ਨਹੀਂ 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 ਨਰੁੱਲਾ ਫੈਮ ਬੀਟਸ ਕੋਈ ਅਦਰ ਇਹਨਾਂ ਦੀ ਪ੍ਰੋਡਕਸ਼ਨ ਹੋ ਗਈ ਯਾਰ ਆਪਣੇ ਨਾਂ ਤੇ ਛੱਡੋ ਪਰਾ ਆਪਾਂ ਨੂੰ ਕੀ ਹੈ ਤੇ ਮੈਨੂੰ ਲੱਗ ਗਿਆ ਮੈਨੂੰ ਨਹੀਂ 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 ਆਪਾਂ ਕਿਸੇ ਦੀ ਪ੍ਰਾਈਵੇਸੀ ਡਿਸਕਲੋਜ਼ ਨਹੀਂ ਕਰਨੀ ਹੈ ਨਹੀਂ ਮੈਨੂੰ ਪਤਾ ਲੱਗਾ ਇਹ ਵੀ ਮੈਂ ਜਿਹੜੀ ਤੇ ਗੱਲ ਦੱਸੀ ਸਹੀ ਕਿ ਹਾਂ ਇਹ ਅੰਦਰ ਗੁਪਤ ਸੂਤਰਾਂ ਤੋਂ ਪਤਾ ਲੱਗਾ ਕਿ ਹਾਂ ਉਹ ਕੰਪਨੀ ਹੈਂਡਲ ਸਾਰਾ ਕਰਨ ਦਾ ਜੁਮਾ ਅੱਜ ਕੱਲ ਇਹਨਾਂ ਦਾ ਤੇ ਮੈਨੂੰ ਲੱਗਦਾ ਕਿ ਕਦੇ-ਕਦੇ ਬਣੀ ਹੋਈ ਪਤਾ ਲੱਗਾ ਵਿੱਚ ਕਿ ਕੰਪਨੀ ਨਵੀਂ ਬਣਾ ਰਹੇ ਨੇ ਆਪਣੀ ਨਵੀਂ ਕੰਪਨੀ ਬਣਾ ਰਹੇ ਨੇ ਜਿੱਤੇ ਸਾਰੇ ਜਾਣੇ ਜਦਾਂ ਹੁੰਦੇ ਨਹੀਂ ਤਾਂ ਮਿਊਜ਼ਿਕ ਪ੍ਰੋਡਕਸ਼ਨ ਵਾਲੇ ਹੁੰਦੇ ਕਿ ਜਿਹੜੇ ਰੀਲਾਂ ਰੂਲਾਂ ਦਾ ਕੰਮ ਦਿੰਦੇ ਨੇ ਸਾਰਿਆਂ ਨੂੰ ਤੇ ਉਦਾਂ ਹੀ ਪਤਾ ਲੱਗਿਆ ਮੈਨੂੰ ਵੀ ਕਿ ਇਹ ਰੀਲਾਂ ਦਾ ਕੰਮ ਦੇ ਰਹੇ ਨੇ ਕਿ ਆਹ ਗਾਣੇ ਦਾ ਰੀਲ ਬਣਾਓ ਇੰਨੇ ਪੈਸੇ ਸਿੰਗਰਾਂ ਨਾਲ ਗੱਲ ਕਰਕੇ ਪ੍ਰੋਮੋਸ਼ਨ ਦੇ ਪੈਸੇ ਉਹ ਕੰਮ ਕਰ ਰਹੇ ਨੇ ਤੇ ਉਹਦੇ ਚੱਕਰ 'ਚ ਜਾਦਾ ਐਕਟਿਵ ਨੇ ਪੰਜਾਬ 'ਚ ਜਿੱਦਾਂ ਉਹ ਨਹੀਂ ਦਾ ਜਦੋਂ ਨਵੀਂ-ਨਵੀਂ ਕੋਈ ਪਾਰਟੀ ਬਣਦੀ ਆ ਆਪਣੀ ਵੋਟਾਂ 'ਚ ਤੇ ਜਦੋਂ ਟਿਕਟਾਂ ਦੇਣੀਆਂ ਹੁੰਦੀਆਂ ਨੇ ਉਦੋਂ ਸਾਰ ਜਗ੍ਹਾ ਘੁੰਮਦੇ ਨੇ ਕਿ ਆ ਇਹਨੂੰ ਟਿਕਟ ਦੇ ਦਿਓ ਇਹਨੂੰ ਟਿਕਟ ਦੇ ਦਿਓ ਸਾਵਣਾ ਪਰ ਉਹ ਯਾਰ ਤੂੰ ਟਿਕਟਾਂ ਤੋਂ ਮੈਨੂੰ ਯ ਮੈਂ ਉਹ ਟਿੱਕਟਰ ਮੈਨੂੰ ਜਿਆਦਾ ਆ ਗਿਆ ਯਾਰ ਜਿਹੜਾ ਭਗਵੰਤ ਮਾਨ ਹੋ ਰਹੇ ਨੇ ਇਹ ਕੀ ਝੂਲਮ ਕਰ ਰਹੇ ਨੇ ਆ ਲੱਖਾ ਸਧਾਨਾ ਵੇਖ ਲੈ ਵਿਚਾਰਾ ਹੈ ਆਹੋ ਉਹ ਤੇ ਝੂਠਾ ਪਰਚਾ ਪਾ ਦਿੱਤਾ ਉਹ ਵੀ ਮੈਂ ਦੇਖੀ ਪੱਜੀ ਰਾਤੀ ਨਾ ਆਪਣਾ ਇੱਕ ਮੁੰਡਾ ਕਰਦਾ ਨਹੀਂ ਪੋਡਕਾਸਟ ਨੂੰ ਕਰਦਾ ਟਾਕ ਵਿਦ ਰਤਨ ਤੁਸੀਂ ਦੇਖਿਆ ਅਵਸ਼ਦ ਰਤਨ ਹੈਗਾ ਇੱਕ ਹੈਗਾ ਪੱਤਰਕਾਰ ਰਤਨ ਪਤਾ ਟਾਕ ਵਿਦ ਰਤਨ ਬੜਾ ਵਧੀਆ ਮੁੰਡਾ ਹੈ ਉਹਨੇ ਕੀਤੀ ਸੀ ਹਾਂ ਬੜੀ ਚੰਗੀ ਇੰਟਰਵਿਊ ਹਾਂ ਉਹਨੇ ਰਾਤੀ ਕੀਤੀ ਸੀ ਲੱਖਾ ਸਧਾਨਾ ਦੀ ਇੰਟਰਵਿਊ ਤੇ ਉਹ ਦੇਖਣ ਨੂੰ ਜਿਹੜੀ ਗੱਲ ਸੋਨ ਨੂੰ ਜਿਹੜਾ ਲੱਖਾ ਸੁਧਾਣਾ ਕਹਿੰਦਾ ਕਿ ਯਾਰ ਮੇਰੇ ਤੇ ਤਾਂ ਮਹੀਨਾ ਹੀ ਪਹਿਲਾਂ ਤਾਂ ਪਰਚਾ ਕੱਟਿਆ ਪਿਆ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਪਰਚੇ ਦਾ ਤੇ ਮੈਨੂੰ ਕਹਿੰਦੇ ਜੇ ਮੈਂ ਮੈਂ ਜੇ ਗੁਨਾਹਗਾਰ ਸੀਗਾ ਜੇ ਮੈਨੂੰ ਇਧਰ ਨੈਸ਼ਨਲ ਥ्रेट ਹੈ ਮੇਰੇ ਤੇ ਮੈਂ ਹੱਤੋਵਾਦੀ ਆ ਜਾਂ ਮੈਂ ਇਨਸ਼ਾਅੱਲਾ ਗਿਆਉਣਾ ਇਧਰੋਂ ਤਾਂ ਮੈਂ ਪਿੱਛੇ ਜੇ ਭਗਵੰਤ ਮਾਨ ਨੂੰ ਮਿਲ ਕੇ ਆਇਆ ਸੀਐਮ ਨੂੰ ਮਿਲ ਕੇ ਆਇਆ ਨਾਲ ਫੋਟੋ ਵੀ ਹੈ ਤੇ ਮੈਨੂੰ ਸੀਐਮ ਨੂੰ ਘੱਟ ਮਿਲਣ ਦਿੱਤਾ ਜੇ ਮੈਂ ਇਦਾਂ ਹੀ ਸੀ ਮੈਨੂੰ ਉੱਥੇ ਤੱਕ ਜਾਣ ਨਾ ਤਾਂ ਸਿਕਿਉਰਟੀ ਨਹੀਂ ਹੁੰਦੀ ਸੀਐਮ ਦੀ ਕਹਿੰਦਾ ਇਹ ਹੁਣ ਖੇਡਾ ਕਰ ਰਹੇ ਨੇ ਕਿ ਇਹਦਰਲੇ ਪਾਸੇ ਅੱਜ ਜਾਂ ਲੱਖਾਂ ਬੋਲਣੋਂ ਵੱਟ ਜੇ ਜਿਹੜੀ ਗੱਲਾਂ ਤੇ ਲੱਖਾਂ ਬੋਲਦਾ ਪੰਜਾਬ ਦੇ ਪਾਣੀਆਂ ਲਈ ਜਾਂ ਕਿਹਦੇ ਲਈ ਉਹਦੇ ਵਾਸਤੇ ਆ ਗੇਮਾਂ ਖੇਡਦੇ ਹੋਏ ਨੇ ਤੇ ਹੋ ਵੀ ਸਕਦਾ ਹੈ ਭਾਜੀ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਕਿ ਜਿਹੜਾ ਬੰਦਾ ਕੋਈ ਹੱਕ 'ਚ ਬੋਲਦਾ ਉਹਨੂੰ ਰੋਕਣ ਨੂੰ ਕੋਈ ਨਾ ਕੋਈ ਸਕੀਮਾਂ ਲਾਉਂਦੇ ਨੇ ਤੇ ਪਤਾ ਹੀ ਆ ਤੁਹਾਨੂੰ ਨਾ ਤੇਰੇ ਹਿਸਾਬ ਨਾਲ ਕੀ ਲੱਖ ਸਦਣਾ ਬੇਗੁਨਾ ਝੂਠਾ ਪਰਚਾ ਕਿ ਜਾਂ ਦੇਖੋ ਹੋ ਸਕਦਾ ਕੋਈ ਹੱਥ ਪੈਰ ਹੋਵੇ ਦੇਖੋ ਭਾਜੀ ਹੁਣ ਮੈਂ ਤਾਂ ਇੱਕ ਪਾਰਟੀ ਦੀ ਗੱਲ ਸੁਣੀ ਆ ਨਾ ਰੱਤੀ ਹੁਣ ਮੈਂ ਤਾਂ ਉਹੀ ਗੱਲ ਕਰੂੰਗਾ ਕਿ ਮੈਂ ਲਖਸਿਧਾਨੇ ਦੇ ਜਿਹਾ ਸਾਨੂੰ ਇੰਟਰਵਿਊ ਦੇਖੀ ਜਿਹੜੇ ਸਾਨੂੰ ਉਹਨੇ ਗੱਲਾਂ ਕੀਤੀਆਂ ਤਾਂ ਮੈਨੂੰ ਲੱਗਾ ਬੰਦਾ ਬੇਗੁਨਾਮ ਮੈਨੂੰ ਲੱਗਾ ਕਿ ਹਾਂ ਉਹਦੀ ਇੱਥੇ ਇੱਥੇ ਕੋਈ ਗਲਤੀ ਨਹੀਂ ਹੈਗੀ ਉਹਦੀ ਤੇ हां बाकी रही ਗੱਲ ਕੀ हां ਉਹ ਕਹਿੰਦਾ ਕਿ ਮੇਰੇ ਪਾਸਟ ਚ ਰਹੇ ਨੇ ਮੈਂ ਉਹ ਤੁਹਾਨੂੰ ਪਤਾ ਹੀ ਆ ਕਿ ਮਨ ਲਕਿ ਉਹਦੀ ਲਾਈਫ ਕਿਦਾਂ ਦੀ ਰਹੀ ਹੈ ਪਾਸਟ ਚ ਉਦਾਂ ਰਹੇ ਨੇ ਪਰਚੇ-ਪੁਰਚੇ ਪਰ ਕਹਿੰਦਾ ਇਹੋ ਜਿਹਾ ਕੰਮ ਨਹੀਂ ਮੈਂ ਜਿੰਦਗੀ ਜੀਤਾ ਤੇ ਨਾ ਕਿ ਉਹ ਫਰੋਤੀ ਵਾਲਾ ਕੰਮ ਕੀਤਾ ਜੋ ਮੇਰੇ ਤੇ ਪਾਇਆ ਜਾ ਰਿਹਾ ਕਿ ਇਹ ਕਿ ਬਿਜ਼ਨਸਮੈਨ ਨੂੰ ਧਮਕਾ ਕੇ ਉਹ ਤੋਂ ਫਰੋਤੀਆਂ ਮੰਗਦਾ ਕਹਿੰਦਾ ਜਿੰਦਗੀ ਜੋ ਕੰਮ ਨਾ ਉਸ ਟਾਈਮ ਚ ਕੀਤਾ ਨਾ ਅੱਜ ਕੀਤਾ ਸੋ ਮੈਨੂੰ ਲੱਗਦਾ ਕਰ ਨਾ ਕਰੇ ਕਿ ਭਾਜੀ ਇੱਥੇ ਉਹ ਬੇਗੁਨਾਹ ਮੈਨੂੰ ਲੱਗਦਾ ਬਾਕੀ ਤੁਸੀਂ ਆਪਣਾ ਪੁਆਇੰਟ ਹੋ ਵੀ ਦੱਸ ਰਹੇ ਮੇਰੇ ਕੋਲ ਸਵਾਲ ਲਈ ਜੰਨੇ ਸਾਰੇ ਨਹੀਂ ਯਾਰ ਮੈਂ ਨਹੀਂ ਕੌਂਟਰੋਵਰਸੀ ਕੋ ਆਉ ਮੂੰਹ ਚ ਗੱਲ ਨਿਕਲਦੀ ਮੈਨੂੰ ਪਾ ਦੋ ਕੌਂਟਰੋਵਰਸੀ ਆ ਬਣਾਵੋ ਤੁਸੀਂ ਸੇਫ ਖੇਡਿਆ ਕਰਨਾ ਅੱਜਕੱਲ ਮੈਂ ਸੇਫ ਨਹੀਂ 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 ਸੇਫ ਨਹੀਂ ਭਾਈ ਰਹਿ ਕੇ ਚੱਲ ਬਸ ਮੇਰੀ ਨਹੀਂ ਯਾਰ ਐ ਮੈਂ ਵਿਚਾਰਾ ਬੇਗੁਨਾਹ ਸਾਹ ਪਤਾ ਲੱਗਦਾ ਮੈਂ ਤਾਂ ਸ ਕੋ ਵੀਡੀਓ ਵੀ ਬਣਾਈ ਸੀ ਅੱਧੀ ਕਿ ਬਣਾਈ ਸੀ ਅੱਧੀ ਰਹਿ ਗਈ ਫਿਰ ਮਨ ਉਹ ਹਾਰ ਚੜ ਗਿਆ ਮੈਂ ਤੇ ਉਹ ਤੇ ਮੈਂ ਕਿਹਾ ਲੱਖਾ ਤੈਨੂੰ ਪਤਾ ਤੇਰਾ ਪ੍ਰਸਪੋਰਟ ਕਰਦਾ ਇੱਕ ਠੋਕ ਕਰਦਾ ਲੱਖਾ ਸਦਣਾ ਬੇਗੁਨਾਹ ਯਾਰ ਐਵੇਂ ਝੂਠਾ ਪਰਚਾ ਪਾਉਂਦੇ ਫਿਰਦੇ ਉੱਤੇ ਵਿਚਾਰੇ ਤੇ ਉਹ ਆਪਣਾ ਗੱਲ ਨਹੀਂ ਬਾਤ ਮੈਨੂੰ ਜਦੋਂ ਆਪਾਂ ਪਿੱਛੇ ਜਿਹੇ ਗੱਲ ਕਰਦੇ ਸੀ ਕਿ ਆਪਣੀ ਜਿਹੜੀ ਇਹ ਨਵੀਂ ਪੰਜਾਬ ਚ ਸਰਕਾਰ ਆ ਨਾ ਇਹਨਾਂ ਦਾ ਪਰਚੇ ਆ ਪਾਉਣ ਨਾਲ ਜ਼ਿਆਦਾ ਧਿਆਨ ਹੈ ਕਿ ਉਹਨੂੰ ਵੀ ਚੱਕ ਦੋ ਉਹਨੂੰ ਵੀ ਚੱਕ ਦੋ ਉਹਨੂੰ ਵੀ ਚੱਕ ਦੋ ਕੰਮ ਕਰਨ ਨਾਲ ਘੱਟ ਧਿਆਨ ਹੈ ਇਹਨਾਂ ਦਾ ਥੋੜਾ ਜਿਹਾ ਉਹ ਉਹ ਯਾਰ ਮੈਨੂੰ ਨਾ ਮੈਂ ਪਤਾ ਨਹੀਂ ਕਿਹਦੀ ਯਾਰ ਹੁਣ ਇਹ ਨਾ ਇੰਟਰਵਿਊ ਵੇਖਦਾ ਪੈਸੀ ਯਾਰ ਮੇਰੇ ਦਿਮਾਗ ਚੋਂ ਨਿਕਲ ਗਿਆ ਕਿਸੇ ਬੰਦੇ ਦੀ ਮੈਂ ਇੰਟਰਵਿਊ ਵੇਖਦਾ ਪੈਸੀ ਹੁਣੇ ਅੱਛਾ ਉਹ ਦੱਸਦਾ ਪਿਆ ਸੀ ਵੀ ਇਹਨਾਂ ਨੇ ਪਤਾ ਨਹੀਂ ਕਿੰਨੇ ਚੈਨਲ ਫੇਸਬੁੱਕ ਤੇ ਨਾ ਆਮ ਆਦਮੀ ਪਾਰਟੀ ਬੋਲ ਰਹੇ ਨੇ ਬਲੋਕਰਾਂ ਛੱਡੇ ਨੇ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਸੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੋ ਸਕਦਾ ਹੋ ਸਕਦਾ ਬਈ ਇਹਨਾਂ ਦਾ ਆਈਟੀ ਸੈੱਲ ਜਿਹੜਾ ਨਾ ਆਪ ਵਾਲਿਆਂ ਦਾ ਬੜਾ ਮਜ਼ਬੂਤ ਹੈ ਆਈਟੀ ਸੈੱਲ ਮੈਨੂੰ ਨਾ ਕਦੇ-ਕਦੇ ਵਿੱਚ ਵਿੱਚ ਲੱਗਦਾ ਕਿ ਇਹਦੇ ਲਿੰਕ ਨਾ ਜਿਹੜਾ ਕਹਿੰਦੇ ਨਾ ਆਰਐਸਐਸ ਨਾਲ ਜੁੜੇ ਨੇ ਜਾਂ ਖੇਨ ਨਾਲ ਜੁੜੇ ਨੇ ਹੋ ਮੈਨੂੰ ਲੱਗਦਾ ਪਾਜੀ ਕਿਉਂਕਿ ਇਹ ਬਹੁਤ ਛੇਤੀ ਇਹ ਆ ਚੀਜ਼ ਇਹਨਾਂ ਨੂੰ ਐਕਸਪੀਰੀਅੰਸ ਆ ਗਿਆ ਕਿ ਇਹ ਮੀਡੀਆ ਨੂੰ ਕਿਦਾਂ ਬਲੌਕ ਕਰਉਣਾ ਹੈ ਜਾਂ ਮੀਡੀਆ ਨੂੰ ਆਪਣੇ ਪੱਖ ਚ ਕਿਦਾਂ ਕਰਨਾ ਹੈ ਤੁਸੀਂ ਦੇਖਿਓ ਜਿੱਥੇ ਜਾਂਦਾ ਮੀਡੀਆ ਦੀ ਇੰਨੀ ਕਵਰੇਜ ਮਿਲਦੀ ਹੈ ਇਹਨਾਂ ਨੂੰ ਛੱਡ ਤੋਂ ਗੱਲ ਜਿੱਥੇ ਜਾਊਗਾ ਆਜੀ ਇੱਧਰ ਆਏ ਇੱਧਰ ਆਏ ਬਾਕੀ ਭਾਜੀ ਮੈਨੂੰ ਕਈ ਕਈ ਆਪਾਂ ਲਾਸਟ ਪੋਡਕਾਸਟ ਕੀਤਾ ਸੀ ਨਾ ਉਹਦੇ ਥੱਲੇ ਕਮੈਂਟ ਕਰਦੇ ਸੀ ਭਾਜੀ ਬੌਲਾ ਕੰਮ ਕੀਤਾ ਤੁਹਾਨੂੰ ਕੀ ਪਤਾ ਹੈ ਤੁਹਾਨੂੰ ਕੀ ਪਤਾ ਕਰ ਰਹੇ ਨੇ ਕਰ ਰਹੇ ਨੇ ਤੇ ਮੈਨੂੰ ਲੱਗਦਾ ਹਜੇ ਥੋੜਾ ਟਾਈਮ ਹੋਰ ਦਈਏ ਆਪਾਂ ਸਾਲਕ ਦੇਖ ਲੈਦੇ ਕੀ ਕਰਦੇ ਕਿਉਂਕਿ ਇਨਾ ਟਾਈਮ ਬਾਕੀਆਂ ਨੂੰ ਦਿੱਤੇ ਨਹੀਂ ਉਹ ਨਹੀਂ ਯਾਰ ਜਿਹੜਾ ਕੰਮ ਜਿਹੜੇ ਕੰਮ ਤੇ ਕਰ ਰਹੇ ਨੇ ਉਹ ਤੇ ਵਧੀਆ ਕਰ ਰਹੇ ਨੇ ਨਾ ਦਾ ਪਿੱਛੇ ਜੇ ਯਾਰ ਇਹਨਾਂ ਨੇ ਪਤਾ ਨਹੀਂ ਨਹਿਰਾ ਬਣਾਈਆਂ ਨੇ ਪਤਾ ਮومی ਆਮਾ ਨਹੀਂ ਲਾਇਆ ਲਫਾਫਾ ਨਹੀਂ ਲਾਇਆ ਅੱਛਾ ਠੀਕ ਹੈ ਮੈਨੂੰ ਨਹੀਂ ਪਤਾ ਨਹੀਂ ਮੈਂ ਨਹੀਂ ਚੀਜ਼ ਦੇਖੀ ਹਾਂ ਫਿਰ ਅਨੇ ਬਦਿਆ ਕੰਮ ਵੀ ਕਰਦੇ ਨੇ ਨਹੀਂ ਗੱਲ ਵੀ ਮਾੜੇ ਕੰਮ ਕਰਦੇ ਨੇ ਯਾਰ ਆਪਾਂ ਪਿੱਛੇ ਜੀ ਗੱਲ ਨਹੀਂ ਕੀਤੀ ਸੀ ਜਿਹੜੇ ਆ ਖੋਲੇ ਨੇ ਇਹਨਾਂ ਨੇ ਸੋ ਮਾ ਲੱਖ ਲਈ 100 ਮਾ ਲੱਖ ਲਈ ਉਹ ਵੀ ਵਧੀਆ ਹੈ ਬਿਲਕੁਲ 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 ਚਲੋ ਇਦਾਂ ਦੀ ਵਧੀਆ ਨੇ ਯਾਰ ਸਕੀਮਾ ਪਰ ਜਿਹੜੇ ਜਿਹੜੀਆਂ ਹੁਣ ਉਹ ਮੱਲਾ ਕਲੀਨਿਕ ਦਾ ਉਹ ਵਿਦਿਆਕ ਉਹ ਤੇ ਆਕੀ ਨੇ ਹੁਣ ਅੱਖਾਂ ਥੋੜਾ ਬੰਦ ਕਰ ਲਈਏ ਸੀ ਯਾਰ ਉਹ ਮੱਲਾ ਕਲੀਨਿਕ ਹੁਣ ਜਿਹੜਾ ਝੂਠਾ ਪਰਚਾ ਤੇ ਹਾਂ ਮੈਂ ਕਿਹਾ ਮੱਲਾ ਕਲੀਨਿਕ ਦਾ ਪਹਿਪੀਸੋਡ ਕੀਤਾ ਸੀ ਨੀ ਚੱਚਾ ਆਪਾਂ ਮਜ਼ਾਕ じゃ ਕਰਤਾ ਸੀ ਕਿ ਭਗਵੰਤ ਬਣ ਗਿਆ ਕਿ ਅਮਰੀਕਾ ਵਾਲਾ ਵੀ ਮੱਲਾ ਕਲੀਨਿਕ ਦਾ ਨਾ ਉਹ ਮੰਗਦੇ ਆ ਇਹ ਸਾਡੇ ਕੋਲ ਮੋਡਲ ਮੰਗਦੇ ਆ ਸਾਡੇ ਮੱਲਾ ਕਲੀਨਿਕ ਦਾ ਮੈਂ ਮਜ਼ਾਕ じゃ ਕਰਤਾ ਸੀਗਾ ਤੇ ਮੈਨੂੰ ਇੱਕ ਮੁੰਡੇ ਦਾ ਮੈਸੇਜ ਆਇਆ ਉਹ ਮੁੰਡਾ ਕੋਈ ਆਈਟੀਯੂਟੀ ਕੰਮ ਕਰਦਾ ਸੀਗਾ ਮਤਲਬ ਕਿ ਸੌਫਟਵੇਅਰ ਇੰਜੀਨੀਅਰਿੰਗ ਦਾ ਮੈਨੂੰ ਹੁਣ ਬਾਈ ਨੇ ਜੋ ਗੱਲ ਦੱਸੀ ਮੈਂ ਤਾਂ ਉਹ ਹੀ ਕਿ ਮੱਲਾ ਕਲੀਨਿਕ ਦਾ ਇਹ ਮਾਡਲ ਹੈ ਅਮਰੀਕਾ ਵੀ ਮੰਗਦਾ ਹੈ ਤੇ ਮੈਂ ਕਿਹਾ ਕੀ ਸਾਫਤਾ ਬਣਾਣਾ ਭਈ ਦੱਸੋ ਮੈਨੂੰ ਤੁਹਾਡੇ ਕੋ ਜੋ ਤੁਸੀਂ ਬੋਲ ਰਹੇ ਹੋ ਉਹਦੇ ਬਾਰੇ ਕੁਝ ਤੁਹਾਡੇ ਕੋਲ ਰਿਸਰਚ ਹੈਗੀ ਹੈ ਕਿੰਦੇ ਜਿਹੜਾ ਮੁੰਡੇ ਨੇ ਉਹ ਬਣਾਇਆ ਨਾ ਸਪਾਸ ਸੌਫਟਵੇਅਰ ਮੱਲਾ ਕਲੀਨਿਕ ਦਾ ਜਿਸ ਚੋਂ ਸਾਰੇ ਨੂੰ ਲਿੰਕ ਕੀਤਾ ਜਾਂਦਾ ਹੈ ਜਿਹੜੇ ਨਾਰਮਲ ਬੰਦੇ ਨੇ ਆਪਣਾ ਉਹਨਾਂ ਨੂੰ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ ਉਹ ਕਾਰਡ ਤੋਂ ਲਿੰਕ ਹੁੰਦੇ ਨੇ ਤੇ ਉਹ ਸੌਫਟਵੇਅਰ ਨਾ ਬਹੁਤ ਮਤਲਕਿ ਵਧੀਆ ਬਣਾਇਆ ਆਪਣੇ ਇੰਡੀਆ ਕੇ ਮੁੰਡੇ ਨੇ ਹੁਣ ਮੈਨੂੰ ਮੁੰਡੇ ਦਾ ਨਾਮ ਨਹੀਂ ਪਤਾ ਤੇ ਉਹ ਮਾਡਲ ਜਿਹੜਾ ਉਦੋਂ ਓਬਾਮਾ ਹੁੰਦਾ ਸੀ ਨਾ ਉਹ ਆਬਰਾਕਾ ਮਮਾ ਜਦੋਂ ਪ੍ਰੈਜ਼ੀਡੈਂਟ ਸੀਗਾ ਉਸ ਟਾਈਮ ਤੇ ਕਹਿੰਦਾ ਉਹ ਮਾਡਲ ਅਮਰੀਕਾ ਵਾਲਿਆਂ ਨੂੰ ਚਾਹੀਦਾ ਸੀਗਾ ਸੇਮ ਮਾਡਲ ਅਮਰੀਕਾ ਵਾਲਿਆਂ ਨੇ ਮੰਡੀਰੂ ਬੜੇ ਪੈਸੇ ਦੇ ਕੇ ਖਰੀਦਿਆ ਸੀ ਮਾਡਲ ਉਹ ਜਿਹੜਾ ਉਹ ਸੌਫਟਵੇਅਰ ਸੀਗਾ ਤੇ ਉਹ ਹੁਣ ਆਪਣੇ ਇਹ ਮਹੱਲਾ ਕਲਿਨਿਕ ਚ ਵਰਤਿਆ ਜਾ ਰਿਹਾ ਹੈ ਤੇ ਕਹਿੰਦਾ ਸੱਚੀ ਉਹ ਅਮਰੀਕਾ ਵਾਲ ਨਹੀਂ ਜਦੋਂ ਜਦੋਂ ਓਬਾਮਾ ਜਦੋਂ ਓਬਾਮਾ ਸੀ ਓਬਾਮਾ ਤੇ ਮੇਰਾ ਖਿਆਲ ਹੈ ਰੇ ਅੱਜ ਤੂੰ ਕਿੰਨੇ ਸਾਲ ਪਹਿਲਾਂ ਸੀ ਜਨ ਹਕੂਮਤ ਚ ਹਾਂ 7-8 ਸਾਲ ਪਹਿਲਾਂ ਹੋ ਗਿਆ ਮੈਨੂੰ ਲੱਗਦਾ ਹੁਣ ਹਾਂ ਦੂਜਾ ਵੀ ਬਣ ਗਿਆ ਹੁੰਦਾ 8 ਕਿ ਸਾਲ ਪਹਿਲਾਂ ਸੀਗਾ ਕਹਿੰਦਾ ਉਸ ਟਾਈਮ ਮੁੰਡੇ ਨੇ ਇੱਕ ਸੌਫਟਵੇਅਰ ਬਣਾਇਆ ਸੀਗਾ ਆਮ ਆਦਮੀ ਪਾਰਟੀ ਨੂੰ ਹੋ ਗਿਆ ਨੇ ਨਹੀਂ ਨਹੀਂ ਉਦੋਂ ਇੰਨਾ ਟਾਈਮ ਨਹੀਂ ਭਾਈ ਆਮ ਆਦਮੀ ਪਾਰਟੀ ਦੇ ਨਹੀਂ ਮੈਂ ਮੈਂ ਦੱਸ ਰਿਹਾ ਜਿਹੜਾ ਸੌਫਟਵੇਅਰ ਇਹਨਾਂ ਨੇ ਜੂਸ ਕੀਤਾ ਮੱਲਾ ਕਲੀਨਿਕ ਚ ਕਲੀਨਿਕ ਚ ਹਾਊਸ ਸੌਫਟਵੇਅਰ ਕਹਿੰਦਾ ਕਿ ਓਬਾਮੇ ਨੇ ਵੀ ਉਸ ਟਾਈਮ ਆਪਣੀ ਟੀਮ ਭੇਜੀ ਸੀ ਕਿ ਆਹ ਸੌਫਟਵੇਅਰ ਵਧੀਆ ਹੈ ਤੇ ਪਲੀਜ਼ ਸੇ ਸੌਫਟਵੇਅਰ ਨੂੰ ਆਪਾਂ ਆਪਣੇ ਅੰਦਰ ਅਮਰੀਕਾ ਚ ਅਪਲਾਈ ਕਰੀਏ ਤੇ ਹੋ ਸਕਦਾ ਮੈਨੂੰ ਜਿੱਦਾਂ ਕਿਸੇ ਨੇ ਦੱਸਿਆ ਮੈਂ ਤੈਨੂੰ ਦੱਸਦਾ ਤੇ ਤਾਂ ਅਗੇ ਦਾ ਅਸੀਂ ਅਮਰੀਕਾ ਮਾਡਲ ਮੰਗਦਾ ਇਹਦਾ ਮਲਗ ਲੈਣੀ ਦਾ ਬੱਕੀ ਉਹ ਭਾਈ ਜਿਹੜਾ ਹੋਊਗਾ ਥੱਲੇ ਕਮੈਂਟ ਕਰਕੇ ਦੱਸ ਦਿਓ ਆਪਾਂ ਪਿੰਨ ਕਰ ਦਾਂਗੇ ਕੀ ਸਰੀ ਗੱਲ ਸੀਗੀ ਹਨ ਤੁਸੀਂ ਡੈਰੀ ਖੋਲੀ ਫਿਰਦੇ ਜੇ ਤਾਂ ਨਹੀਂ ਆ ਕਾ ਨਵਾਂ ਮੁੱਦਾ ਛੱਡ ਗਿਆ ਤੁਸੀਂ ਡੈਰੀ ਕੀ ਭਰਾਵਾ ਮੈਂ ਗੱਲਾਂ ਪਤਾ ਲਿਖੀਆਂ ਬੜੀਆਂ ਨੇ ਇਹਦੇ ਵਿੱਚ ਮੈਨੂੰ ਲੱਗਾ ਮੈਂ ਕਿ ਮੈਂ ਗੱਲਾਂ ਬਹੁਤ ਮੈਨੂੰ ਲੱਗਾ ਆਰਤੀ ਨੇ ਜਦੋਂ ਸਾਫ਼ ਕਰਦੇ ਡੈਰੀ ਦੇ ਯਾਰ ਆ ਦੇਖ ਆ ਆਰਤੀ ਨੇ ਡੈਰੀ ਖੋਲੀ ਗੱਲਾਂ ਮਾਤਾ ਭੁੱਲ ਜਾਂਦੇ ਆ ਨੇ ਨਹੀਂ ਯਾਰ ਮੈਂ ਨਾ ਗੱਲਾਂ ਲਿਖੀਆਂ ਮੈਂ ਗੱਲਾਂ ਲਿਖੀਆਂ ਤੁਹਾਡੀ ਕੰਪਲੇਂਟ ਆਈ ਮੈਨੂੰ ਭੁੱਲ ਜਨਾ ਮੈਂ ਕਹਾਂ ਵੀ ਆਹ ਮੁੱਦੇ ਮੁੱਦਿਆਂ ਤੇ ਗੱਲਾਂ ਕਰਾਂਗੇ ਆ ਇੱਕ ਮੁੱਦਾ ਬਹੁਤ ਜਿਆਦਾ ਆ ਗਿਆ ਹੁਣ ਹੁਣੀ ਮੈਂ ਪੜਦਾ ਪਿਆ ਸੀ ਮੈਂ ਕਿਹਾ ਤੁਹਾਡੀ ਕੰਪਲੇਂਟ ਆਈ ਮੈਨੂੰ ਸਿਮਰਨ ਜੋਤ ਮੈਂ ਹਾਂ ਮੈਨੂੰ ਬੜੇ ਕਮੈਂਟ ਆਉਂਦੇ ਤੁਹਾਡੇ ਬਾਰੇ ਮੈਨੂੰ ਕਹਿੰਦੇ ਯਾਰ ਇਟਲੀ ਵਾਲਾ ਬਾਈ ਵੀਡੀਓ ਨਹੀਂ ਪਾਉਂਦਾ 9-10 ਦਿਨ ਹੋ ਗਏ ਕਹਿੰਦੇ ਯਾਰ ਅਸੀਂ ਵੇਟ ਕਰਦੇ ਰਹਿੰਦੇ ਆ ਇਟਲੀ ਵਾਲਾ ਬਾਈ ਦੀ ਵੀਡੀਓ ਨਹੀਂ ਆਉਂਦੀ ਮੈਂ ਕਿਹਾ ਯਾਰ ਮੈਂ ਕਰੂੰਗਾ ਬਾਈ ਨਾ ਕੱਲ ਕਹਿੰਦੇ ਨਾ ਨਾ ਯਾਰ ਕਰੋ ਗੱਲ ਜਲਦੀ ਜਲਦੀ ਪਾਇਆ ਕਰੋ ਮੰਬਖਾਰ ਚੜਿਆ ਇਹ ਮੰਬਖਾਰ ਬੋ ਜਾ ਤੋਰ ਮੇਰੀ ਹਾਲਤ ਤੂੰ ਨਹੀਂ ਪਤਾ ਲੱਗਾਂ ਬੁਖਾਰ ਚੜਿਆ ਹੋਰ ਮੇਰਾ ਦਿਲ ਛੋਕ ਤੁਸੀਂ ਵੇਖੋ ਵੀ ਹੈਨਾ YouTube ਪੈਸਾ ਦਿੰਦੀ ਹੋਵੇ ਤਾਂ ਕਿਦਾਂ ਦਿਲ ਕਰਦਾ ਨਹੀਂ ਤਾਂ ਇਹ ਵਲੋਗਰਾਂ ਵਰਗੀ ਹੋਈ ਹੈ ਇਹ ਵੀ ਡੇਲੀ ਵੀਡੀਓ ਪਾਈਏ ਜਾਂ ਦੋ ਦਿਨਾਂ ਬਾਅਦ ਪਾ ਦਈਏ ਬਿਲਕੁਲ ਇਹ ਤਾਂ ਗੱਲ ਕਰਦਾ ਨਹੀਂ ਪਾਉਂਦੀ ਵੀਡੀਓ ਹੈਨਾ ਚਲੋ ਐਦੇ ਕਿਤੇ ਬੁਖਾਰ ਹੈ ਵੈਸੇ ਵੀ ਇਹੀ ਉਦਾਂ ਵੀ 5-6 ਦਿਨਾਂ ਬਾਅਦ ਪਾਣੀ ਸੋ ਸਮਝ ਕੇ ਕੋਈ ਗੱਲ ਸੱਜੇ ਖੱਬੇ ਕਹਿ ਨਾ ਬਿਲਕੁਲ 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 ਕਰ ਨਹੀਂ ਤੇ ਪੈਸੇ ਤੇ ਸਾਨੂੰ ਵੀ YouTube ਉਨੇ ਹੀ ਦਿੰਦੀ ਜਿੰਨੇ ਜਿੰਨੇ ਵਲੌਗਰਾਂ ਨੂੰ ਦਿੰਦੀ ਏ ਪੈਸੇ ਤਾਂ ਸੇ ਮਿਲਦੇ ਤੇ ਜਿੰਨੇ ਆ Instagram ਰੀਲਰਾਂ ਨੂੰ ਮਿਲਦੇ ਨੇ ਸਾਨੂੰ ਉਨੇ ਹੀ ਮਿਲਦੇ ਨੇ ਪਰ ਅਹੀ ਹਲਾਲ ਤੇ ਵੀ ਜਿੰਨੇ ਕ ਬੰਦੇ ਨੇ ਚਾਹੇ ਜੀ ਉਨੇ ਕ ਲੈਣੇ ਨੇ ਫालतू ਨਹੀਂ ਬਿਲਕੁਲ ਤੁਸੀਂ ਗੱਲ ਕਰਨ ਲੱਗੇ ਸੀ ਭਾਜੀ ਸੋਰੀ ਮੈਂ ਟੋਕਤੀ ਗੱਲ ਵਿੱਚ ਤੁਹਾਡੀ ਉਹ ਮੈਂ ਮੈਨੂੰ ਇਹੀ ਗੱਲ ਆ ਵਲੌਗਰਾਂ ਦੀ ਗੱਲ ਯਾਦ ਆ ਗਈ ਅੱਛਾ ਤੇ ਮੈਂ ਡਾਇਰੀ ਤੇ ਵੀ ਪਹਿਲਾਂ ਪੜਦਾ ਪਿਆ ਸੀ ਉਹ ਜਿਹੜੀ ਗੱਲ ਨਹੀਂ ਸੀ ਆ ਯਾਰ ਮੱਕੜ ਦੀ ਸੀ ਮਨ ਮੱਕੜ ਕਿਹਦਾ ਨਾਂ ਲੈਤਾ ਰਿਪੋਰਟਰ ਉਹਨੇ ਬਾਬੇ ਨਾਲ ਪੰਗਾ ਲੈ ਲਿਆ ਤੇ ਮੈਂ ਪਾਣੀ ਪੀਣ ਦੀ ਬੜੇ ਚਿਰ ਦੀ ਕੋਸ਼ਿਸ਼ ਕਰ ਰਿਹਾ ਮੈਂ ਪਹਿਲਾਂ ਪਾਣੀ ਖਤਮ ਕਰ ਰਿਹਾ ਤੇ ਜੋ ਗੱਲ ਮੈਂ ਵੀ ਚਾਹ ਪੀਣ ਦੀ ਕੋਸ਼ਿਸ਼ ਕਰ ਰਿਹਾ ਮੇਰੀ ਚਾਹ ਹੀ ਤਾਂ ਬੜੀ ਗਰਮ ਹੈ ਇੱਕ ਚਾਹ ਮੈਂ ਵੀ ਨਹੀਂ ਬਹੁਤ ਚਿਰ ਦੀ ਕੋਸ਼ਿਸ਼ ਕਰ ਰਿਹਾ ਪਰ ਚਾਹ ਬਹੁਤ ਗਰਮ ਹੈ ਹਜੇ ਸੋ ਇਹਨੂੰ ਟਾਈਮ ਲੱਗੂਗਾ ਤੇ ਮੱਕੜ ਦੀ ਗੱਲ ਉਹਦਾ ਤੁਸੀਂ ਕਿਹਦਾ ਨਾਂ ਲੈਤਾ ਯਾਰ ਫਿਰ ਫਿਰ ਹਾਸਾ ਆਇਆ ਮੈਨੂੰ ਮੱਕੜ ਨਹੀਂ ਬਾਬਾ ਉਹ ਵੀ ਹਿਲ ਬਾਬੇ ਨਾਲ ਪੰਗਲ ਲੇ ਯਾਰ ਉਹ ਮੱਕੜ ਨੇ ਨਹੀਂ ਅੱਜ ਵੈਸੇ ਨਾ ਮੈਂ ਪੂਰੀਆਂ ਨਾ ਪੂਰੀਆਂ ਇੰਟਰਵਿਊ ਵੇਖੀਆਂ ਨੇ ਸਿਮਰ ਜੁਤ ਮੱਕ ਕਿੱਥੋਂ ਮਸਲਾ ਸ਼ੁਰੂ ਹੋਇਆ ਫਿਰ ਬਾਬਾ ਬੋਲੇ ਆ ਫਿਰ ਸਿਮਰ ਜੁਤ ਮੱਕੜ ਨੇ ਇੱਕ ਆਪਣੇ ਚੈਨਲ ਤੇ ਆ ਕੇ ਨਾ ਲਾਈਵ ਠੀਕ ਹੈ ਠੀਕ ਹੈ ਇੱਥੇ ਇਹ ਇਹਦੇ ਨਾਲ ਖੁੱਲਾ ਚੈਲੰਜ ਕੀਤਾ ਕਹਿੰਦਾ ਮੇਰੇ ਨਾਲ ਆ ਕੇ ਇੰਟਰਵਿਊ ਕਰ ਬਾਬੇ ਨੂੰ ਕਿਹਾ ਤੇ ਮੈਂ ਸਨਮਸਟਰੀ ਤਨੁਸਾਰੀ ਤੁਸੀਂ ਸੁਣਾ ਲਓ ਫਿਰ ਮੈਨੂੰ ਜਿਹੜਾ ਪਤਾ ਲੱਗੂ ਮੈਂ ਬੋਲ ਦੂੰਗਾ ਪਹਿਲੇ ਤੁਸੀਂ ਸੁਣਾ ਲਓ ਨਹੀਂ ਚੱਲ ਤੂੰ ਤੈਨੂੰ ਕੀ ਪਤਾ ਲੱਗਾ ਤੂੰ ਸੁਣਾ ਨਾ 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 ਪਹਿਲਾਂ ਤੂੰ ਹੀ ਪਹਿਲਾਂ ਤੂੰ ਹੀ ਪਹਿਲਾਂ ਤੂੰ ਹੀ ਪਹਿਲਾਂ ਤੂੰ ਨਾ ਪਹਿਲਾਂ ਛੋਟੇ ਛੋਟੇ ਚਲੋ ਠੀਕ ਹੈ ਮੈਂ ਸੁਣਾ ਲੈਂਦਾ ਮੈਨੂੰ ਤਾਂ ਪਤਾ ਜਦੋਂ ਮੈਂ ਸਟੋਰੀ ਨਹੀਂ ਸੁਣਾਉਂਗਾ ਪਰ ਮੈਨੂੰ ਇੱਕ ਗੱਲ ਨਾ ਵਿੱਚੋਂ ਬੜੀ ਖੜਕੀ ਗੱਲ ਤੁਸੀਂ ਚਲੋ ਇੰਟਰਵਿਊ ਵੀ ਦੇਖੀ ਹੋਣੀ ਹੈ ਕਿ ਉਹ ਕਹਿੰਦਾ ਬਾਬਾ ਵਲੌਗ ਬਣਾਉਂਦਾ ਹੈ ਇਹ ਬਾਬਾ ਜੀ ਹੈਗਾ ਹੈ ਕੱਪੜੇ ਪਾਉਗਾ ਮੇਗੇ ਮਹਿੰਗੇ ਵਲੌਗ ਬਣਾਉਂਦਾ ਹੈ ਤੇ ਸਾਲਿਆ ਅੱਜ ਤੋਂ ਮੇਰੇ ਕੋਲ ਗਾਲ ਨਿਕਲਦੀ ਮੂੰਹ ਤੋਂ ਅੱਜ ਤੋਂ 3 ਮਹੀਨੇ ਪਹਿਲਾਂ ਤੂੰ ਕਹਿਣਾ ਸੀ ਵਲੌਗ ਜਿਹੜੇ ਬਣਾਉਂਦੇ ਉਹਨਾਂ ਨੇ ਅਗਲੇ ਜੋ ਕਰਦੇ ਨੇ ਕਰ ਲੈਣ ਦੋ ਹੁਣ ਤੂੰ ਕੀ ਬੋਲਦਾ ਬਾਬੇ ਨੂੰ ਤੂੰ ਵੀ ਕਰ ਲੈਂਦੇ ਉਹਨੂੰ ਜੋ ਕਰਦਾ ਉਹਦੀ ਲਾਈਫ ਹੈ ਉਹ ਮਹਿੰਗੇ ਕੱਪੜੇ ਪਾਵੇ ਉਹ ਜੋ ਮਰਜੀ ਪਾਵੇ ਉਹ ਜਾਵੇ ਜਿੱਥੇ ਮਰਜੀ ਤੈਨੂੰ ਕੀ ਉਹ ਭਾਂ ਟੈਂਪੂ ਚ ਘੁੰਮੇ ਜਾ ਗੱਡੀ 'ਚ ਤੈਨੂੰ ਕੀ ਬਿਲਕੁਲ ਬਿਲਕੁਲ ਆਹ ਤੂੰ ਹੀ ਸਟੋਰੀ ਦੱਸਣਾ ਨਹੀਂ ਬਿਲਕੁਲ ਗੱਲ ਨਹੀਂ ਨਹੀਂ ਮੈਂ ਵੀ ਇਹੀ ਪੁਆਇੰਟ 'ਤੇ ਦਾ ਫੜਿਆ ਨਾ ਗੱਲ ਸਾਰੀ ਆਹ ਪਹਿਲਾਂ ਤੇ ਉਦੋਂ ਤੂੰ ਕਹਿੰਦਾ ਸੀ ਅੱਜ ਤੋਂ ਮਹੀਨਾ ਪਹਿਲਾਂ ਇਹਨੇ ਜਿਹਨੂੰ ਨਹੀਂ ਗੱਲ ਤਾਂ ਕਿਸ ਨੂੰ ਪਤਾ ਸਿਮਰਜੋਤ ਮੱਕੜ ਨੇ ਇੱਕ ਪੋਸਟ ਪਾਈ ਫੇਸਬੁੱਕ ਤੇ ਤੇ ਕਹਿੰਦਾ ਸੀ ਪੰਜਾਬ ਦੇ ਜਿਹੜੇ ਵਲੌਗਰ ਨੇ ਨਾ ਉਹ ਜਿਹੜੇ ਵਲੌਗ ਕੰਮ ਕਰ ਰਹੇ ਨੇ ਉਹ ਸਹੀ ਕਰਦੇ ਪਏ ਨੇ ਤੇ ਵਲੌਗਰਾਂ ਜੜੀ ਨੇ ਸਹੀ ਕਿਹਾ ਸੀ ਕਹਿੰਦਾ ਸੀ ਵੀ ਕੋਈ ਨਸ਼ੇ ਪਤੇ ਤੇ ਨਹੀਂ ਨਾ ਕਰਦੇ ਪਏ ਵਲੌਗਰਾਂ ਦੇ ਹੱਕ ਚ ਨੇ ਨਾ ਸਟੈਂਡ ਲਿਆ ਸੀ ਕਹਿੰਦੇ ਨੇ ਉਹ ਕਹਿੰਦਾ ਉਹ ਨਸ਼ੇ ਪਤੇ ਤੇ ਨਹੀਂ ਨਾ ਕੋਈ ਕਰ ਰੇ ਕੋਈ ਵਿਹਲੇ ਤੇ ਨਹੀਂ ਨਾ ਬੈਠੇ ਇਹ ਤੁਸੀਂ ਕੀ ਚਾਹਦੇ ਹੋ ਬੇਰਜਗਾਰ ਹੋ ਜਣ ਵੀ ਵਖ ਸਾਈਡ ਕਿੰਨਾ ਦੀ ਲੈ ਰਿਆ ਇੰਦਰ ਕੀਰਤ ਜਿਹੜੇ ਆਸਟ੍ਰੇਲੀਆ ਦੇ ਵਿੱਚ ਚੰਗੇ ਭਲੇ ਕੰਮ ਕਰਦੇ ਸੀ ਉਹ ਬੇਰਜਗਾਰ ਸੀ ਬੰਦਾ ਪੁੱਛੇ ਇਹਨਾਂ ਨੂੰ ਆਹੋ ਉਹ ਤੱਕੇ ਨਾਲ ਉਹ ਰੋਜ਼ਗਾਰ ਲੱਗੇ ਉਹ ਤੱਕੇ ਨਾਲ ਬੇਰਜਗਾਰ ਬਣੇ ਨੇ ਆ ਪੰਜਾਬੀ ਬਲੌਗਰ ਵੇਲੇ ਕੈਨੇਡਾ ਹੀ ਨੇ ਸੋਹਣੇ ਮੁਲਖ ਆਇਆ ਵਧੀਆ ਆਈਟੀ 'ਚ ਕੰਮ ਕਰਦਾ ਸੀ ਇਹ ਬੇਰਜਗਾਰ ਸੀ ਇਹ ਬੇਰਜਗਾਰ ਸੀ ਫਰੇਸ਼ੀ ਚੰਗਾ ਭਲਾ ਉਹਨੂੰ ਜਾਣਦਾ ਫਰੇਸ਼ੀ ਤੂੰ ਇੱਕ ਦਿਨ ਉਹਨੂੰ ਗੱਲ ਨਹੀਂ ਦਿੰਦਾ ਕਿੰਨੇ ਪੈਸੇ ਕਮਾਉਂਦਾ ਹੁੰਦਾ ਭਾਜੀ ਟੋਰਾਂਟੋ 'ਚ ਕੰਮ ਕਰਦਾ ਸੀ ਇਹ ਘੱਟੋ ਘਾਟ 5 ਤੋਂ 6 ਹਜ਼ਾਰ ਡਾਲਰ ਤਾਂ ਮਹੀਨੇ ਦਾ ਆਉਂਦਾ ਇਹਨਾਂ YouTube ਨਹੀਂ ਦਿੰਦਾ ਹਨ ਇਹਨਾਂ ਨੇ YouTube ਦਿੰਦਾ ਹਨ ਮੈਂ ਤਾਂ 6000 ਡਾਲਰ ਮਹੀਨੇ ਦਾ ਕਮਾਉਂਦਾ ਸੀ ਵਧੀਆ ਕੰਮ ਸੀਗਾ ਆਫਿਸ 'ਚ ਬਹਿਣਾ ਜੇ ਆਫਿਸ ਜਾਣਾ ਵੀ ਨਹੀਂ ਤੇ ਘਰੋਂ ਕਰ ਲਓ ਇਹ ਜਾਣਾ ਵੀ ਨਹੀਂ ਕਰੋ ਬੈਠ ਕੇ ਕਰ ਲਓ ਪ੍ਰੋਜੈਕਟ ਜੇ ਬਣਾਉਣੇ ਹੁੰਦੇ ਸੀ ਤੇ ਬਹੁਤ ਛੋਟਾ ਕੰਮ ਸੀਗਾ ਇਹ ਮੈਨੂੰ ਮਿਲਦਾ ਮੈਂ ਤਾਂ ਕਦੇ ਨਾ ਛੱਡਦਾ ਯਾਰ ਪਰ ਇਹ ਚਲੋ ਜੋ ਉਸ ਟਾਈਮ ਨਾ ਉਸ ਟਾਈਮ ਕਿਉਂ ਛੱਡਿਆ ਗਿਆ ਕਿਉਂਕਿ ਉਸ ਟਾਈਮ ਲਾਲਚ ਨਹੀਂ ਕਹਿ ਸਕਦੇ ਇਹਨੂੰ ਪਰ ਉਸ ਟਾਈਮ ਇੱਕਦਮ ਹਵਾ ਜਿਹੀ ਆਈ ਸੀ ਨਾ ਜਦੋਂ ਜੀਓ ਚੱਲਿਆ ਤਾਂ ਇੱਕਦਮ ਜਿਹੜੀ ਕਮਾਈ YouTube ਤੇ ਕਿਉਂਕਿ ਮੈਂ ਵੀ ਭਾਈ ਕਰਦਾ ਸੀ ਉਸ ਟਾਈਮ ਕਮਾਈ ਉਦੋਂ ਘੱਟ ਬਹੁਤ ਹੁੰਦੀ ਸੀ ਇੰਡੀਆ ਦੇ ਹਿਸਾਬ ਨਾਲ ਹਣਾ ਮਤਲਬ ਮੇਰੇ ਤਾਂ 30 ਚੱਲੇ ਡਾਲਰ ਵੀ ਨਹੀਂ ਮਿਲਦੇ ਹੁੰਦੇ ਸੀ ਉਸ ਟਾਈਮ ਮੇਰੇ ਹਜੇ ਵਿਊ ਉਸ ਟਾਈਮ 20000 ਹੁੰਦੇ ਹੁੰਦੇ ਸੀ ਵਲੌਗ ਦੇ ਜਿਹਦੇ 50 10 70 ਨਹੀਂ ਤੇ ਉਦੋਂ 20 ਹੁਣਾ ਬੰਦਰ ਗਾਣਾ ਕੋਈ ਚੱਕਰ ਨਹੀਂ ਪਰ ਉਦੋਂ Jio ਚੱਲਿਆ ਨਵਾਂ ਨਵਾਂ ਗੱਲ ਪਤਾ ਤੇ Jio ਨੇ ਕਮਾਈ ਚੱਕ ਕੇ ਮਾਰੀ ਆਹ ਡਬਲ ਦੇ ਟ੍ਰਿਪਲ 4 ਗੁਣਾ ਚੱਕ ਕੇ ਮਾਰਦੇ ਨੇ Jio ਨੇ ਕਮਾਈ ਤੇ ਇੰਡੀਆ ਚ ਉਦੋਂ ਕਲਚਰ ਵੀ ਚੱਲ ਗਿਆ YouTube ਦਾ ਉਦੋਂ ਫਿਰ ਲੱਗਣਾ ਭਾਈ ਨੂੰ ਕਿ ਆ ਤਾਂ ਨਿਆਰੇ ਆ ਇੱਧਰ ਇੱਧਰ ਦੇ ਬਸੇ ਰਹੀਏ ਤੇ ਫੁੱਲ ਟਾਈਮ ਕਰੀਏ ਚਾਰ ਚਾਰ ਚੈਨਲ ਵੀ ਖੋਲ ਲਏ ਆ ਕਿ ਸਕਸੈਸਫੁਲੀ ਰਹਿਣਗੇ 4 ਚੈਨਲ ਕਿ ਆ ਤਾਂ ਮਲਾਈ ਆ ਜਿਹਨੇ ਮਰਜ਼ੀ ਲੈ ਜੀਏ ਤੇ ਬਾਅਦ ਹੁਣ ਉਹ ਵੇਖਦੇ ਆ ਕਿ ਕੀ ਹੋ ਕੀ ਰਿਹਾ ਸਾਡੇ ਨਾਲ ਹੋ ਕੀ ਰਿਹਾ ਨਹੀਂ ਆ ਤਾਂ ਇੱਕ ਵਾਰੀ ਨਾ ਮੰਨਣਾ ਇਹ ਦੇਖੋ ਤੁਸੀਂ ਉਹ ਬੰਦਾ ਕੇ ਬੰਦਾ ਉਹ ਉਹਨਾਂ ਦਾ ਕੀ ਕਹਦੇ ਆ ਸਾਈਡ ਕਿਨਾਂ ਲੈਂਦਾ ਪਿਆ ਫਿਰਦਾ ਸੀਗਾ ਵਲੌਗ ਕਰਾਂ ਦੀ ਅਜ ਤੋਂ 4 ਮਹੀਨੇ ਪਹਿਲਾਂ ਤੇ ਅੱਜ ਤੋਂ ਹੁਣ ਦੇਖ ਲੋ ਕਿ ਉਹ ਬੱਦਾ ਉਹ ਬਾਬੇ ਨੂੰ ਬੋਲ ਰਿਹਾ ਕਿ ਤੂੰ ਵਲੌਗ ਕਿਉਂ ਬਣਾਉਣਾ ਤੈਨੂੰ ਤੂੰ ਦੱਸ ਤੂੰ ਮੱਕੜ ਨੂੰ ਮੈਂ ਵੱਲ ਪੁੱਛਣੇ ਤੂੰ ਦੱਸ ਤੇਰਾ ਮਨ ਲਕੀ ਸਾਈਕਲ ਦਾ ਵੀ ਹੁੰਦਾ ਇਸ ਤੋਂ ਅਖਰੀ ਅੱਜ ਕੱਲ ਤਾਂ ਸਾਰਿਆਂ ਦੀ ਫੇਵਰਟ ਰਿੰਗ ਲੈਟ ਦਾ ਵੀ ਹੁੰਦਾ ਤੇਰਾ ਸਟੈਂਡ ਹੈਗਾ ਕੋਈ ਕਿ ਨਹੀਂ ਹੈਗਾ ਤੂੰ ਇੱਕ ਪਾਸੇ ਹੋ ਜਾ ਰਿੰਗ ਲੈਟ ਦਾ ਵੀ ਆਓ ਆਹੋ ਨਹੀਂ ਬਿਲਕੁਲ ਇੱਕ ਨਹੀਂ ਨਹੀਂ ਚੱਲ ਠੀਕ ਹੁਣ ਉਹਨੂੰ ਹੁਣ ਸਮਝ ਲੱਗ ਗਈ ਹੋਣੀ ਹਾਂ ਉਹ ਨੂੰ ਲੋਕ ਜਿਹੜਾ ਵਲੋਗ ਹੈ ਵਲੋਗ ਹੁੰਦੇ ਨੇ ਬੜੇ ਕਿਸਮਾਂ ਦੇ ਨਾ ਚਲੋ ਬਾਬਾ ਵੀ ਬਣਾਵੇ ਮਾੜੀ ਗੱਲ ਨਹੀਂ ਹੈ ਹੈਨਾ ਬਾਬਾ ਵੀ ਵਲੋਗ ਬਣਾਵੇ ਹਾਂ ਹਾਂ ਪਰ ਵਿੱਚ ਬਾਬਾ ਅਥੀ ਕਦੀ ਕਦੀ ਕਰਤੇ ਵੀ ਕਰਕੇ ਦੱਸ ਦਿਆ ਕਰੇ ਇੰਨੀ ਬਾਬੇ ਕੋ ਜਮੀਨ ਹੈ ਉੱਥੇ ਪਰਮੇਸ਼ਰ ਦੁਆਰ ਬੜੀ ਜਮੀਨ ਹੈ ਉੱਥੇ ਆਲੂ ਲਚਲਾ ਲਿਆ ਕਰੇ ਮਲਕੇ ਆਰਗੇਨਿਕ ਖੇਤੀਬਾੜੀ ਕਰੇ ਵਧੀਆ ਚੀਜ਼ਾਂ ਦਿਖਾਵੇ ਦੱਸੇ ਵੀ ਦਾ ਆਰਗੇਨਿਕ ਖੇਤੀ ਹੁੰਦੀ ਹੈ ਨਾ ਜਿੱਦਾਂ ਬਾਬਾ ਨਾਨਕ ਜੀ ਨੇ ਆਪਣਾ ਕੀ ਕਿਰਤ ਕੀਤੀ ਉਹਦੇ ਵੀ ਵਲੋਗ ਬਣਾਵੇ ਨਾ ਬਾਬਾ ਕਦੀ ਜਾ ਕੇ ਉੱਟੀ ਦਿਖਾਉਂਦਾ ਰਹਿੰਦਾ ਤਮਲ ਲਾਡੂ ਜਾ ਕੇ ਬਾਬਾ ਬੜੀ ਜਗ੍ਹਾ ਤੇ ਘੁੰਮਦਾ। ਉਹ ਕਦੀ ਕਹਿੰਦਾ ਆ ਵੇ ਹੋਵੇ ਚਲੋ ਵਧੀਆ ਗੱਲ ਦੂਸਰੇ ਜਿੰਦੀ ਵੀ ਚੀਜ਼ਾਂ ਦਿਖਾਓ। ਨਹੀਂ। ਪਰ ਆਪ ਵੀ ਕੁਝ ਬਣਾਓ। ਹਥੀਕਰਤ ਮਾੜੀ ਮੋਟਿਆ ਵੀ ਕਰ ਲਓ। ਕਈ ਕਈ ਵਲੌਗ ਦੇਖੇ ਆ ਮੈਂ ਉਹਦੇ ਮੈਂ ਦੇਖਦਾ ਹਾਂ ਨਾ ਵਲੌਗ ਕਰੇ ਹੋਰੇ ਉਹਦੇ। ਜਦੋਂ ਮੈਂ ਫ੍ਰੀ ਟਾਈਮ ਹੋਣਾ ਜਦੋਂ ਜਾਨਮਾਲ ਤੋਂ ਬੋਰ ਹੋ ਜਾਂ ਫਿਰ ਮੈਂ ਉਹ ਦੇਖਦਾ ਹਾਂ ਨਾ। ਨਹੀਂ ਵੈਸੇ ਕਈ ਕਈ ਗੱਲਾਂ 'ਚ ਲੌਜਿਕ ਹੁੰਦਾ ਢੜਰੀਆਂ ਵਾਲੇ ਦੇ ਨਾ ਬਾਬੇ ਦੀ ਗੱਲਾਂ 'ਚ ਕਈ ਕਈ ਗੱਲਾਂ 'ਚ ਲੌਜਿਕ ਹੁੰਦਾ। ਬਿਲਕੁਲ ਬਿਲਕੁਲ। ਜਿਹੜੀਆਂ ਹਾਂ। ਪਰ ਕਈ ਵਾਰੀ ਤਾਂ ਬਹੁਤੇ ਉਲਟੀ ਚੱਲ ਜਾਂਦਾ ਖਲਾ ਬਹੁਤ ਹੀ ਆਪੋਜ਼ਿਟ ਚੱਲ ਜਾਂਦਾ ਚਲ ਛੱਡੋ ਪਾਜ ਧਾਰਮਿਕ ਮੁੱਦੇ 'ਚ ਨਹੀਂ ਪੈਣਾ ਸਾਬ ਤੇ ਪੈਗ ਪੁੱਗ ਲਾਓ ਮੁੱਦੇ 'ਚ ਕੀ ਨਹੀਂ ਪੈਣਾ ਬਾਬੇ ਬਾਬੇ ਨੂੰ ਮੱਕੜ ਕਹਿੰਦਾ ਤੂੰ ਵਲੈਂਸੀਆ ਦੇ ਬੂਟ ਪਾਣਾ ਹੈ ਵਲੈਂਸੀਆ ਦੇ ਬੂਟ ਪਾਣਾ ਉਹ ਕੋਈ ਨਾ ਯਾਰ ਅਗਲੇ ਨੇ ਕਮਾਈ ਕੀਤੀ ਹੈ ਯਾਰ ਨਹੀਂ ਵੈਸੇ ਗੱਲ ਸੋਚਣ ਵਾਲੀ ਹੈ ਨਹੀਂ ਗੱਲ ਵੈਸੇ ਸੋਚਣ ਵਾਲੀ ਹੈ ਵਲੈਂਸੀਆ ਦੇ ਜਿੱਦੂ ਬਾਬੇ ਇੱਕ ਇੱਕ 500 ਦੇ ਬੂਟ ਆਂਦੇ ਨੇ ਹਨਾ ਹਜ਼ਾਰ ਦੇ ਬੂਟ ਆਂਦੇ ਨੇ ਹਾਂਜੀ ਹਾਂਜੀ ਬਿਲਕੁਲ 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 ਜਿਹੜੇ ਜਿਹੜੇ ਫਰੇਸ਼ ਪ੍ਰਚਾਰਕ ਹੁੰਦੇ ਨੇ ਨਾ ਹਾਂ ਮੇਰੇ ਹਿਸਾਬ ਨਾਲ ਚਲੋ ਸਾਰੀਆਂ ਚੀਜ਼ਾਂ ਤੇ ਨਹੀਂ ਹੈਣਾ ਜਮਾਨੇ ਦੇ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਜਿੱਦਾਂ ਇਹ ਪਿੱਛੇ ਜੇ ਇੱਕ ਵਾਰੀ ਪਤਾ ਜਦੋਂ ਬੱਬੂ ਮਾਨ ਨੇ ਗਾਣਾ ਗਾਇਆ ਸੀ ਇੱਕ ਬਾਬਾ ਨਾਨਕ ਸੀ ਜਿਨੇ ਹਾਂ 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 ਤੁਰ ਕੇ ਦੁਨੀਆ ਗਾਤੀ ਹੈਨਾ ਉਦੋਂ ਪਤਾ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਮੋਰਾਵਾਲੀ ਮੋਰਾਵਾਲੀ ਨੇ ਵੀ ਤੇ ਕਢੀ ਮੋਰਾਵਾਲੀ ਨੇ ਜਾਨੀ ਕਿ ਇਹਦੇ ਹੱਕ ਤੇ ਸਟੇਟਮੈਂਟ ਦਿੱਤੀ ਸੀ ਕਹਿੰਦਾ ਸੀ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਪ੍ਰਚਾਰਕ ਹੁਣ ਘੋੜਿਆਂ ਤੇ ਹੁਣ ਘੋੜਿਆਂ ਤੇ ਵੀ ਤੁਰ ਕੇ ਜਾਣ ਆ ਘੋੜਿਆਂ ਤੇ ਆਣ ਤੇ ਸੰਗਤ ਜਿਹੜੀ ਉਹ ਗੱਡੀਆਂ ਤੇ ਪਹੁੰਚ ਜਾਵੇ ਮੇਰੇ ਹਿਸਾਬ ਨਾਲ ਠੀਕ ਹੈ ਚਲੋ ਹਨਾ ਟਾਈਮ ਨਾਲ ਬਦਲਣਾ ਚਾਹੀਦਾ ਮੇਰੇ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਹਾਂ ਹਾਂ ਬਿਲਕੁਲ ਆ ਬਿਲਕੁਲ ਬਿਲਕੁਲ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਘੋੜਿਆਂ ਤੇ ਆਓ ਤੇ ਸੰਗਤ ਜਿਹੜੇ ਗੱਡੀਆਂ ਦੇ ਜਾਵੇ ਪਰ ਮਤਲਬ ਕਿ ਕੰਮ ਤੂੰ ਕੰਮ ਬਚਤ ਕੀਤੀ ਆਵੇ ਉੱਥੇ ਤਾਂ ਬੰਦਾ ਕਰ ਸਕਦਾ ਜਿੱਥੇ ਕੰਮ ਤੋਂ ਕੰਮ ਬਚਤ ਕੀ ਕਰਕੇ ਸੰਗਤ ਦਾ ਭਲਾ ਹੋ ਸਕਦਾ ਮੰਨ ਲਓ ਜਿੱਥੇ ਜਿਹੜੇ 2 ਕਰੋੜ ਦੀ ਗੱਡੀ ਤੁਸੀਂ ਉਹ ਤਾਂ 10-15 ਲੱਖ ਦੀ ਸੋਹਣੀ ਗੱਡੀ ਆ ਜਾਂਦੀ ਏ ਮੇਰੇ ਸਾਹਬ ਨਾਲ ਉਹ ਫਿਰ ਉਹ ਬਾਬਾ ਨਾ ਉਹ ਲੈ ਲੋ ਬਾਬਾ ਨਿੱਕੂ ਵਾਲਾ ਕਰਦਾ ਹਣਾ ਨਾ ਕਿ ਸਟੇਟਸ ਵੀ ਮੈਂਟੇਨ ਰੱਖਣਾ ਪੈਂਦਾ ਮੈਨੂੰ ਸਟੇਟਸ ਇਹਦੀ ਇੱਕ ਸਟੇਟ ਨਹੀਂ ਉਹਦਾ ਮੱਕੜ ਕਹਿੰਦਾ ਪੈਸੇ ਵੀ ਆਪਾਂ ਨੂੰ ਆਪਾਂ ਨੂੰ ਗਲਤ ਨਹੀਂ ਕਹਿੰਦੇ ਇਹਦੀ ਇਹ ਸਟੇਟਮੈਂਟ ਨਹੀਂ ਆਈ ਸੀ ਜਦੋਂ ਕਿਸਾਨੀ ਪ੍ਰੋਟੈਸਟ ਚੱਲਣ ਡਿਆ ਸੀ ਕਹਿੰਦੇ ਕਿ ਜਾਂਦੇਗਾ ਤੋਂ ਨਹੀਂ ਬਾਬਾ ਜੀ ਤੁਸੀਂ ਕਹਿੰਦਾ ਇੱਕ ਮੇਰਾ ਢੇੜਾ ਸਰਕਾਰ ਨੂੰ 1 ਕਰੋੜ ਦਾ ਪੈਣਾ ਜੇ ਮੈਂ ਗਿਆ ਤੇ ਹੋਏ ਹੋਏ ਸਿਕਿਉਰਟੀ ਨਹੀਂ ਚਾਹੀਦੀ ਮੇਰੇ ਨਾਲ ਨਹੀਂ ਨਹੀਂ ਬਿਲਕੁਲ ਕਿਉਂਕਿ ਉਹ ਉਹਨੇ ਬਿਲਕੁਲ ਸਿਕਿਉਰਟੀ ਦਾ ਵੀ ਤੇ ਵੈਸੇ ਵੀ ਬਾਬਾ ਬਾਬੇ ਜਿਹੜੇ ਜਦੋਂ ਐਲਾਨ ਕਰਦੇ ਨੇ ਆਪਣੇ ਜਿਹੜੇ ਇਹਨਾਂ ਨੂੰ ਚਾਹਣ ਵਾਲੇ ਹੁੰਦੇ ਨੇ ਹਾਂਜੀ ਜੀ ਤੇ ਫਿਰ ਉਹ ਭੇਜਦੇ ਨੇ ਨਾ ਨਾ ਮਾਇਆ ਦੇ ਮੈਂ ਤਾਂ ਇਹ ਕਹੂੰਗਾ ਮੱਕੜ ਸਾਹਿਬ ਨੂੰ ਉਸ ਤੋਂ ਪੱਖੂ ਵੀ ਕਹਿ ਸਕਦਾ ਨਹੀਂ 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 ਮੈਂ ਤਾਂ ਇਹ ਕਹੂੰਗਾ ਮੱਕੜ ਸਾਹਿਬ ਨੂੰ ਕਿ ਮੱਕੜ ਸਾਹਿਬ ਪੈਗ ਪੁਗ ਲਾਓ ਤੇ ਬੈਠੋ ਐਵੇਂ ਦੁਨੀਆ ਦੀ ਟੈਨਸ਼ਨ ਤੁਸੀਂ ਨਾ ਲਿਆ ਕਰੋ ਤੁਸੀਂ ਜਦੋਂ ਟੈਨਸ਼ਨ ਲੈਂਦੇ ਜਦੋਂ ਤੁਸੀਂ ਉਲਟੀ ਖਾਂਦੇ ਜਦੋਂ ਟੈਨਸ਼ਨ ਲੈਂਦੇ ਜੇ ਤੇ ਪੈਗ ਤੋਂ ਗੱਲ ਜ਼ਿਆਦਾ ਹੀ ਨਹੀਂ ਬਸ਼ਰੀ ਮਨ ਤੇ ਕੀ ਸ਼ੈਰੀਮਾਨ ਨੇ ਕੀ ਸੀਨ ਕਰ ਲਿਆ ਦਸ ਦਸ ਤੂੰ ਤੁਸੀਂ ਬੜੇ ਫੈਨ ਬਣਦੇ ਤੁਸੀਂ ਬੜੇ ਫੈਨ ਬਣਦੇ ਸੀ ਸ਼ੈਰੀਮਾਨ ਭਾਜੀ ਨੂੰ ਵੀ ਨਾ ਡੇਣੀ ਸ਼ੈਰੀਮਾਨ ਭਾਜੀ ਨੂੰ ਵੀ ਨਾ ਥੋੜੀ ਜਿਹੀ ਨਾ ਰੀਫਰੈਸ਼ ਹੁੰਦੀ ਲੋਡ ਆਓ ਜਿਦਾ ਕੰਪਿਊਟਰ ਨੂੰ ਨਹੀਂ ਰੀਫਰੈਸ਼ ਹੁੰਦੀ ਲੋਡ ਉਦਾਂ ਲੋਡ ਬੰਦੇ ਜੇ ਟੈਲੈਂਟ ਹੈ ਵੇ ਦੇਲ ਥੋੜਾ ਜਿਹਾ ਛੱਡ ਗਿਆ ਕਿਉਂਕਿ ਉਹ ਨਾ ਸਾਡੇ ਵਾਂਗੂ ਥੋੜੇ ਜਿਹੇ ਸ਼ਾਇਰ ਤਾਂ ਬੰਦਾ ਸੀ ਡੈਰੀ ਹੱਥ 'ਚ ਰੱਖਦਾ ਹੀ ਤੇ ਉਹ ਚਰੀ ਮਾਨ ਆਇਆ 2010 12 ਦਾ ਇੰਟਰਨੈਟ ਤੇ ਹਨਾ 14 ਦਾ ਜਿੱਦ ਕੌਂਟਰੋਵਰਸੀਆਂ ਕਰਕੇ ਦਾ ਯਾਰਾਂ ਦੋਸਤਾਂ 'ਚ ਚੱਲ ਪੈਂਦਾ ਹੁੰਦਾ ਸੀ ਜਮਾਨਾ ਅੱਜਕੱਲ ਤੈਨੂੰ ਪਤਾ ਸਾਡੇ ਵਰਗੇ ਬੰਦੇ ਆ ਗਏ ਨੇ ਰੋਸਟਰ ਅਸੀਂ ਤੇ ਝੱਟ ਪੜਦਾ ਖੋਲ ਦੀਦਾ ਹਨਾ ਕਿਹੜੀ ਚੀਜ਼ ਪਲੈਨਿੰਗ ਹੈ ਕਿਹੜੀ ਨਹੀਂ ਲੋਕੀ ਵੀ ਸਿਆਣੇ ਹੋ ਗਏ ਭਈ ਅੱਜਕੱਲ ਉਸ ਟਾਈਮ ਨਾਲ ਉਹਦੋਂ ਲੋਕੀ ਵੀ ਸਿਆਣੇ ਹੋ ਗਏ ਨੇ ਨਾਲੇ ਹੁਣ ਮੁੰਡੇ ਬੜੇ ਪੇਜਾਂ 'ਲੇ ਆ ਗਏ ਨੇ ਬੜੇ ਸੂਝਵਾਨ ਆ ਗਏ ਨੇ ਮੁੰਡੇ ਹੋਰ ਵੀ ਕਈ ਪੇਜਾਂ 'ਲੇ ਪਤਾ ਲੱਗ ਜਾਂਦਾ ਬੰਦਾ ਕਿਹੜੀ ਕੌਂਟਰੋਵਰਸੀ ਕਰ ਰਿਹਾ ਮੇਰੇ ਹਿਸਾਬ ਨਾਲ ਤੇ ਉਹ ਸੋਖਦਾ ਚਲੋ ਸ਼ਰੀਮਾਨ ਦਿਲੂ ਨਾ ਕੌਂਟਰੋਵਰਸੀ ਕਰਦਾ ਹੋਵੇ ਪਰ ਇਦਾਂ ਕਰਨਾ ਨਹੀਂ ਚਾਹੀਦਾ ਹਨਾ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਆ ਜਾਓ ਤੇ ਉਤੋਂ ਕਹੋ ਕਿ ਹੁਣ ਤਾਂ ਮੈਨੂੰ ਸਿਰਫ ਓਸ਼ੋ ਬਚਾ ਸਕਦਾ ਕਿਸੇ ਹਨਾ ਮੈਂ ਹੁਣ ਦਲਗਾਲ ਨਹੀਂ ਕੱਢਣੀ ਪੋਡਕਾਸਟ ਦੇ ਵਿੱਚ ਕਿ ਕੋਈ ਗੁਰੂ ਨਹੀਂ ਬਚਾ ਸਕਦਾ ਹੁਣ ਓਸ਼ੋ ਓਦੇ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਨਾ ਗੁਰੂ ਲਫ਼ਜ਼ ਨਾਲ ਓਸ਼ੋ ਬੰਦਿਆਂ ਦੀ ਓਸ਼ੋ ਬਚਾ ਸਕਦਾ ਕਹਿੰਦਾ ਓਸ਼ੋ ਬਚਾ ਸਕਦਾ ਮੈਨੂੰ ਸਿਰਫ ਹਾਂ ਬਿਲਕੁਲ ਤੇ ਜਿਹੜੇ ਲਫਜ਼ ਉਹਨੇ ਗਾਲ ਕੱਢੀ ਸੀ ਨਾ ਪੀ ਗੁਰੂ ਮੈਨੂੰ ਹੋਰ ਕੋਈ ਉਹ ਮਗਾਲ ਕੱਟ ਕੇ ਦੱਸਾਂ ਨਾ 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 ਦੱਸਣ ਮੈਂ ਨਾ ਰਹਿਣ ਦੋ ਗਾਲ ਕੋ ਕੱਟਨੀ ਆ ਪੱਲੋ ਕੱਢ ਦੇਖ ਲਈ ਸਾਰੇ ਤੱਕਰ ਵੀਡੀਓ ਪਹੁੰਚ ਗਈ ਆ ਲੈਣੀ ਲੋਕਾਂ ਨੇ ਬਹੁਤ ਚਰਚੀ ਦੇਖ ਲਈ ਆਪ ਅੱਛਾ ਤੇ ਉਹ ਇਹਦੇ ਹੋਰ ਵੀ ਪਤਾ ਨਹੀਂ ਕੀ ਕਹੇ ਨੇ ਜੇ ਪਰਮੇਸ਼ਵਰ ਰਾਮਾ ਨੂੰ ਵੀ ਕੁਝ ਕਿਹਾ ਸੀ ਨਾ ਉਸ ਲਾਈਵ ਬਿਲਕੁਲ ਕਹਿੰਦਾ ਜੱਟ ਦਾ ਭਾਈ ਐ ਸੀਐਮ ਜਦੋਂ ਜਾਊਗਾ ਇੰਡੀਆ ਤਾਂ ਚੈਡ ਸਕਿਉਰਟੀ ਮਿਲਣੀ ਆ ਜੇ ਤੈਨੂੰ ਚਾਹੀਦੀ ਉਹ ਤੂੰ ਵੀ ਦੱਸ ਦੀ ਜੱਟ ਨੂੰ ਕੋਈ ਮਾਰ ਸਕਦਾ ਉਹ ਜਿਆਦਾ दारू ਪੀ ਕੇ ਨਾ ਜਿਆਦਾ ਭਾਵਕ ਹੋ ਜਾਂਦਾ ਬੰਦਾ ਉਹ ਮੈਨੂੰ ਲੱਗਦਾ ਭਾਈ ਦੇਖੋ ਇੱਥੇ ਦੋ ਗੱਲਾਂ ਨੇ ਇੱਕ ਨਾ ਉਹ ਲੋਕੀ ਉਹਨੂੰ ਕਹਿੰਦੇ ਤੂੰ ਪਰਮੇਸ਼ਵਰ ਨੂੰ ਬਾਰ-ਬਾਰ ਘੱਤੋਂ ਛੇੜਦਾ ਇਹਨਾਂ ਦੋਵਾਂ ਦੀ ਯਾਰੀ ਬਹੁਤ ਪੱਕੀ ਸੀਗੀ ਇਹ ਦੋਵਾਂ ਦੀ ਪਰਮੇਸ਼ਵਰ ਬਾਂਦੀ ਤੇ ਸ਼ੈਰੀਮਾਨ ਦੀ ਇਹ ਅੱਜ ਤੋਂ ਨਹੀਂ ਗਏ ਜਦੋਂ ਉਹਨਾਂ ਨੇ ਪਹਿਲਾ ਗਾਣਾ ਸ਼ੂਟ ਕੀਤਾ ਹੋਸਟਲ ਜਾਂ ਤੋਂ ਪਹਿਲਾਂ ਵੀ ਦੋ ਦਿਨ ਸ਼ੂਟ ਕੀਤੇ ਹੋਰ ਹੁੰਦੇ ਨੇ ਅੱਜ ਤੋਂ ਮੈਨੂੰ ਲੱਗਦਾ ਹੋ ਵੱਧੂ ਹੋ ਗਏ ਆ 6 ਸਾਲ ਹੋ ਗਏ ਠੀਕ ਆ ਤੇ ਜਦੋਂ ਇਦਾਂ ਦਾ ਕੁਝ ਬੰਦੇ ਨਾਲ ਬਲਕਿ ਯਾਰੀ ਟੁੱਟਦੀ ਆ ਤੇ ਉਦੋਂ ਦਾ ਬੰਦੇ ਨੂੰ ਥੋੜਾ ਲੱਗਦਾ ਪਰ ਉੱ ਸ਼ਰੀਮਾਂ ਦੀ ਗਲਤੀ ਸੀ ਇਹਨਾਂ ਦਾ ਨਾ ਹਾਂ ਬੋਲੋ ਬੋਲੋ ਇਹਨਾਂ ਦਾ ਨਾ ਇੱਕ ਪ੍ਰੋਗਰਾਮ ਹੈ ਪਟਾਰਾ ਟੀਵੀ ਤੇ ਜਿਹੜਾ ਹੋਸਟ ਕਰ ਦਿੰਦਾ ਹੈ ਕਿਹੜਾ ਕੀ ਨਾਂ ਸੀ ਤੇ ਯਾਰਾਂ ਦੀ ਯਾਰੀ ਯਾਰਾਂ ਦੀ ਯਾਰੀ ਯਾਰਾਂ ਦੀ ਯਾਰੀ ਹਾਂ ਉਹਦੇ ਵਿੱਚ ਪਤਾ ਹੈ ਪਰਮੇਸ਼ਰ ਮਾਤੇ ਇਕੱਠੇ ਆਏ ਸੀ ਤੇ ਕਿਸੇ ਸੁਣਾਦੇ ਸੀ ਹਾਂ ਕਿ ਸਾਡੇ ਇਨੀ ਗੁੜੀ ਜਾ ਰਹੀ ਹੈ ਤੇ ਇਹਨਾਂ ਨੂੰ ਯਾਰ ਕਿਸੇ ਨੇ ਮੇਰੇ ਹਸਾਬ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਥਰੇ ਸਵਾਦ ਹੀ ਲੈਂਦੇ ਪਏ ਨੇ ਨਾ ਤੇ ਜਿਹੜੇ ਆਸੇ-ਪਾਸੇ ਵੀ ਹੋ ਸਕਦਾ ਜਿਹੜੇ ਯਾਰ ਦੋਸਤ ਹੁਣ ਮੇਰੇ ਹਿਸਾਬ ਨਾਲ ਤੇ ਫਿਰ ਇਹ ਫਰਚੀ ਭਾਜੀ ਜੋੜ ਸਕਦੇ ਆ ਮੇਰੇ ਹਿਸਾਬ ਨਾਲ ਜੋੜਨਾ ਚਾਹੀਦਾ ਇਹਨਾਂ ਨੂੰ ਹੈ ਨਾ ਸ਼ਾਇਦ ਮੇਰੇ ਹਿਸਾਬ ਨਾਲ ਨਾ ਜਿਹੜਾ ਨਾ ਸ਼ੈਰੀਮਾਨ ਉਹ ਇਮੋਸ਼ਨਲ ਬੰਦਾ ਹੈ ਸਾਡੇ ਵਰਗਾ ਨਾ ਪੈਂਡੂ ਸਮਝ ਗਏ ਦੇਸੀ ਟਾਈਪ ਬੰਦਾ ਜਮੀਨ ਨਾਲ ਜੁੜਿਆ ਬਿਲਕੁਲ ਬਿਲਕੁਲ ਜਿਆਦਾ ਦੇਸੀ ਬੰਦਾ ਇਮੋਸ਼ਨਲ ਹੈ ਇਮੋਸ਼ਨਲ ਬੰਦਾ ਇਮੋਸ਼ਨਲ ਬੰਦਾ ਹੈ ਮੇਰੇ ਹਿਸਾਬ ਨਾਲ ਤੇ ਉਹਦੇ ਇਮੋਸ਼ਨਲ ਇਮੋਸ਼ਨਲ ਨਿਕਲ ਜਾਂਦੇ ਨੇ ਹਾਂ ਦਰੂ ਪੀ ਗਏ ਨਾ ਤੇ ਫਿਰ ਪੁਰਾਣੀ ਯਾਰੀ ਸੀ ਜਾਂ ਬਹੁਤਾ ਦਿਲੋਂ ਪਿਆਰ ਕਰਦਾ ਸੀ ਪਤਾ ਕਈ ਬੰਦੇ ਹੁੰਦੇ ਨੇ ਸਾਡੇ ਵਰਗੇ ਜਿਹੜੇ ਬਹੁਤ ਹੁਣ ਸਾਡੇ ਸਾਡੇ ਕਈ ਜਿਹੜੇ ਚੰਗੇ ਆਹ ਕੱਲ ਨੂੰ ਮੈਂ ਦਰ ਵੀ ਕਹਿੰਦਾ ਵਾਂ ਹਨਾ ਕਈ ਮੁੰਡੇ ਹੁੰਦੇ ਨੇ ਯਾਰ ਜਿਹੜੇ ਯਾਰੀ ਨੂੰ ਬਹੁਤ ਸੀਰੀਅਸ ਲੈ ਜਾਂਦੇ ਨੇ ਯਾਰੀ ਉਹਨਾਂ ਵਾਸਤੇ ਬੜਾ ਕੁਝ ਹੁੰਦੀ ਹੈ ਹਨਾ ਬਿਲਕੁਲ ਬਿਲਕੁਲ ਤੇ ਸ਼ੈਰੀਮਾਨ ਉਹ ਸਟੈਪ ਦਾ ਬੰਦਾ ਹੋਣਾ ਇਮੋਸ਼ਨਲ ਹਾਂ ਬਿਲਕੁਲ ਉਹਦੀ ਯਾਰ ਵਿਚਾਰ ਦੀ ਯਾਰੀ ਟੁੱਟ ਗਈ ਹੋਣੀ ਤੇ ਹੁਣ ਉਹ ਕਹਿੰਦਾ ਹਣਾ ਮੇਰਾ ਯਾਰ ਮੈਨੂੰ ਮਲਾ ਦੇ ਕੋਈ ਕੋ ਬਹਾਨੇ ਲੱਭਾਉਣਾ ਕਈ ਹੈਨਾ ਪਤਾ ਹੈ ਕਈ ਵਰੀ ਇਦਾਂ ਦਾ ਬਹਾਨੇ 'ਚ ਮਾਰਦਾ ਬੰਦਾ ਸੱਜੇ ਖਬਲ ਪਰ ਉਹ ਸ਼ਹਿਰੀ ਮਾਨੂੰ ਗੱਲਾਂ ਕਰਦਾ ਰਹਿੰਦਾ ਹੈ ਸ਼ਹਿਰੀ ਮਾਨੂੰ ਇਥੇ ਚਾਹੀਦਾ ਕਿ ਜਦੋਂ ਦਾਰੂ ਪੀ ਲੈਂਦਾ ਨਾ ਤਾਂ ਆਪਣਾ ਫੋਨ ਵਿਚਾਰਾ ਸਾਈਡ ਤੇ ਰੱਖ ਦਿਆ ਕਰੇ ਉਹਦੇ ਲਈ ਭਾਰੀ ਪੈਂਦਾ ਹਮੇਸ਼ਾ ਇੱਕ ਵਾਰੀ ਪਿੱਛੇ ਵੀ ਉਹ ਆਪਣੇ ਹਗੜ ਐਡਮਿੰਟਨ ਦਾ ਹੀ ਸੰਗਰ ਹੈ ਮਨਪ੍ਰੀਤ ਮੰਨਾ ਉਹਦੇ ਨਾਲ ਲਾਈਵ ਹੋ ਕੇ ਦਾਰੂ ਪੀ ਗਏ ਉਦੋਂ ਵੀ ਕਹਿੰਦਾ ਐ ਮੀ ਅਮਰੀਕਾ ਨੇ ਮੇਰੇ ਪੈਸੇ ਮਾਰ ਲਏ 25000 ਕੀਗਾ ਨਾਦੀ ਇਹਦਾ ਮਿਰਗਣੇ ਮੇਰੇ 25000 ਰੁਪਇਆ ਮਾਰ ਲਿਆ ਨਾਲੇ ਗਗਨ ਕੋਕਰੀ ਦੇ ਮਾਰ ਲਿਆ ਤੇ ਉਹ ਉਹਦੋਂ ਵੀ ਬੱਜ ਗਏ ਦੇ ਅੱਗੇ ਮਾਫੀ ਮੰਗੀ ਕਹਿੰਦਾ ਯਾਰ ਰਾਤੀ ਪਜਾਦੀ ਹੋ ਗਈ ਅੱਜ ਤੋਂ ਬਾਅਦ ਨਹੀਂ ਪੀਆ ਕਰਨੀ ਦਾਰੂ ਤੇ ਇਹ ਫੂਨ ਦਾਰੂ ਨਾਲ ਫੁੰਡਾ ਨਾ ਚੱਕਰ ਪਿਆ ਜਾਂਦਾ ਰੱਖ ਲੈਣਾ ਜਿਹਦਾ ਨਹੀਂ ਨਹੀਂ ਕਸਮਾ ਤੇ ਇੱਕ ਦੋ ਦੋ ਇੱਕ ਵਾਰੀ ਚੱਕ ਲਈ ਮੈਂ ਸ਼ਰੀਮਾਨ ਨੇ ਹਣਾ ਦੂਗਵੀਂ ਕਸਮਾਂ ਚੱਕੀਆਂ ਮੇਰੇ ਸਾਹਬ ਨਾਲ ਵੀ ਮੈਂ ਅੱਜ ਤੋਂ ਬਾਅਦ ਦਾਰੂ ਨਹੀਂ ਪੀਂਦਾ ਨਹੀਂ ਦਾਰੂ ਵਾਲੀ ਸ਼ੈਰੀਮਾਨ ਆ ਪਿੱਛੇ ਜੀ ਨਹੀਂ ਕਸਮ ਨਹੀਂ ਚੱਕੀ ਬਾਈ ਮੈਂ ਉਹ ਮਰਪਿਤ ਮਨਣੇ ਚੱਕੀ ਦਾਰੂ ਦੇ ਵਾਲੀ ਸ਼ੈਰੀਮਾਨ ਨੇ ਕਸਮ ਨਹੀਂ ਚੱਕੀ ਉਹ ਭਗਵੰਤ ਮਾਨ ਹੈ ਫਰਕ ਸਮਝੋ ਭਗਵੰਤ ਮਾਨ ਚੱਕਦਾ ਦਰ ਦੀ ਕਸਮ ਨਹੀਂ ਉਹ ਯਾਰ ਮੈਂ ਤੂੰ ਤੂੰ ਯਕੀਨ ਨਹੀਂ ਕਰਨਾ ਮੈਨਾਂ ਬੁਖਾਰ ਹੋ ਗਿਆ ਮੇਰੀ ਵੀਡੀਓ ਰਹਿ ਗਈ ਅੱਧੀ ਮੈਂ ਸਾਰੀਆਂ ਸੇਮ ਇਹੀ ਗੱਲਾਂ ਕੀਤੀਆਂ ਸੀ ਇੱਕ ਸੀਮ ਆਂਦਾ ਜਿਹਦੇ ਚ ਨਾ ਬਰ ਜਦੋਂ ਉਹ ਉਹ ਵੀਡੀਓ ਵੇਖੋਗੇ ਤੁਹਾਨੂੰ ਸਮਝ ਲੱਗ ਜਣੀ ਮੈਂ ਨਾ ਇੱਕ ਜਗ੍ਹਾ ਤੇ ਨਾ ਸ਼ਰੀ ਮਾਨ ਤੇ ਭਗਵੰਤ ਮਾਨ ਨੂੰ ਇਕੱਠੇ ਕਰਤਾ ਕਿਉਂਕਿ ਉਹ ਸ਼ਰਾਬ ਦੀ ਗੱਲ ਆਂਦੀ ਨਾ ਉੱਥੇ ਅੱਛਾ ਠੀਕ ਹੈ ਠੀਕ ਹੈ ਉੱਥੇ ਨਾ ਮੈਂ ਮੀਮੇ ਕੱਟ ਕੇ ਬੜਾ ਵਧੀਆ ਲਾਇਆ ਦੋਨਾਂ ਯਾਰਾਂ ਨੂੰ ਨਾ ਇਹਨਾਂ ਦੀ ਇੱਕ ਫੋਟੋ ਵੀ ਹੈ ਨਾ ਅੱਛਾ ਠੀਕ ਹੈ ਸੋਸ਼ਲ ਮੀਡੀਆ ਤੇ ਨਾ ਉੱਥੋਂ ਮੈਂ ਚੱਕ ਕੇ ਨਾ ਉੱਥੇ ਮੀਮੇ ਬਣਾਇਆ ਬੜਾ ਵਧੀਆ ਚਲੋ ਤੁਹਾਡੇ ਸਕ੍ਰਿਪਟ ਲੀਕ ਹੋ ਗਈ ਫਿਰ ਤੁਹਾਡੀ ਵੀਡੀਓ ਉਹ ਵੀ ਤੁਸੀਂੇ ਮੈਂ ਗੱਲ ਕੀਤੀ ਸਕ੍ਰਿਪਟ ਲੀਕ ਹੋ ਗਈ ਤੁਹਾਡੀ ਵੀਡੀਓ ਦੀ ਹੈ ਅੱਛਾ ਮੈਂ ਉਹ ਚਲ ਕੋਈ ਚੱਕਰ ਨਹੀਂ ਬਿਲਕ ਪਾਲਿਓ ਪ੍ਰਾਣੀ ਹੋ ਗਈ ਨਾਲੇ ਅਪਡੇਟ ਆਪਾਂ ਉਹੀ ਗੱਲਾਂ ਕਰ ਦਿੱਤੀਆਂ ਮੱਕੜਤੀਆਂ ਮੈਂ ਉਹਦੇ 'ਚ ਉਹੀ ਗੱਲਾਂ ਕੀਤੀਆਂ ਕੋਈ ਨਾ ਆਡੀਅੰਸ ਵੱਖ-ਵੱਖ ਹੈ ਭਾਜੀ ਉੱਥੇ ਗੱਲਾਂ ਜ਼ਿਆਦਾ ਹੁੰਦੀਆਂ ਨੇ ਬੜੇ ਵਿੱਚ-ਵਿੱਚ ਕਰ ਕਰੇ ਫਿਰ ਉਹ ਸਾਰੇ ਜਾਨੇ ਦੇਖਦੇ ਨਹੀਂਗੇ ਇੱਥੇ ਸਾਰਿਆਂ ਨੇ ਦੇਖ ਲੈਣੀਆਂ ਨੇ ਚੱਲ ਸਹੀ ਚੱਲ ਠੀਕ ਹੈ ਪਤਾ ਲਾਂਗੇ ਫਿਰ ਯਾਰ ਇਦਾਂ ਕਰ ਲਾਂਗੇ ਤੇਰੀ ਗੱਲ ਮੰਨ ਲੈਂਦੇ ਨਹੀਂ ਨਹੀਂ ਆਪਣੇ ਦੋਵਾਂ ਦੇ ਮੇਨ ਚੈਨਲ ਤੇ ਆਪਾਂ ਥੋੜੇ ਜਿਹਾ ਨਾ ਜਰੇ ਪੜਕਾ ਲੂ ਪੜਕੀ ਨਾ 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 ਪੜਕਾਏ ਚੱਲਦੇ ਜਣ ਥੋੜੇ ਨੇ ਕੀ ਕਹਿੰਦੇ ਨੇ ਪੜਕਾਉ ਪੜਕਾਉ ਚੱਲਦੇ ਆ ਤੇ ਇੱਥੇ ਆਪਣਾ ਦਾ ਨੋਰਮਲ ਕਈ ਲੋਕੀ ਮੈਂ ਕਈ ਲੋਕੀ ਮੈਂ ਦੇਖਿਆ ਕਮੈਂਟ ਕਰ ਰਹੇ ਥੱਲੇ ਕਹਿੰਦਾ ਭਾਜੀ ਇੱਥੇ ਬੜੇ ਸ਼ਰੀਫ ਜਿਹੋਗੇ ਬੈਠੇ ਮੈਂ ਕਿਹਾ ਮੈਂ ਕਿਹਾ ਹਰ ਤੈਨੂੰ ਵੀ ਲੱਗਦਾ ਸਾਰੀ ਦਿਹਾੜੀ ਤਾਂ ਜ਼ਿੰਦਗੀ ਚ ਕਾਲਾ ਹੀ ਕੱਟੀ ਜਾਂਦੀ ਆ ਆਪਾਂ ਕਿਤੇ ਸ਼ਰੀਫ ਨਹੀਂ ਹੁੰਦੇ ਹਾਂ ਹਾਂ ਨਹੀਂ ਯਾਰ ਮੈਨੂੰ ਨਾ ਮੈਂ ਕਈ ਵਾਰੀ ਨਾ ਮੈਨੂੰ ਨਾ ਮਤਲਬ ਕੀ ਕਈ ਭਰਾ ਭੈਣਾ ਫੋਨ ਕਰਦੀ ਹੈ ਹਨਾ ਅੱਛਾ ਤੇ ਉਹ ਨਾ ਕਈ ਆਪਣੇ ਵੱਲੋਂ ਬੜੀਆਂ ਐਕਸਪੈਕਟ ਕਰਦੀਆਂ ਨੇ ਵੀ ਹੈ ਨਾ ਇਹਦਾ ਫਨੀ ਵੇਚ ਗੱਲ ਕਰੇਗਾ ਪਰ ਮੈਂ ਕਰ ਵੀ ਕਈਆਂ ਨਾਲ ਹੋ ਜਾਂਦੀਆਂ ਨੇ ਕਈਆਂ ਨਾਲ ਨਹੀਂ ਵੀ ਹੁੰਦੀ ਤੇ ਜਿਨ੍ਹਾਂ ਨਾਲ ਨਹੀਂ ਹੁੰਦੀ ਆ ਫੜੀਵੇਂ ਨਾ ਗੱਲਾਂ ਜਿਨ੍ਹਾਂ ਨਾਲ ਹਨਾ ਬੋਰ ਐਂਡ ਤੇ ਪਛਾਮਾ ਨੂੰ ਆ ਕੇ ਬੰਦਾ ਕਿੰਨੀ ਕੁ ਚਿਰ ਮਨ ਲਈ ਖੁਸ਼ ਰਹਿ ਰ ਕੇ ਗੱਲਾਂ ਕਰੇ ਹੁੰਦੇ ਬਿਲਕੁਲ ਬਿਲਕੁਲ ਹਨਾ ਉਸ ਕਰੈਕਟਰ ਜਿਹੇ ਚ ਇਟਲੀ ਵਾਲੇ ਦੇ ਜੀ ਹਾਂ ਹਾਂ ਉਹ ਲਾਊਡ ਬੋਲਦਾ ਇਨਾ ਯਾਰ ਸਾਹੀ ਨਹੀਂ ਲੈਂਦਾ ਬੋਲਦਾ ਤੇ ਮੈਂ ਇਥੇ ਪੋਡਕਾਸਟ ਜੀ ਵੀ ਬੜਾ ਪਿਆ ਪਰ ਅਸਲ ਜ਼ਿੰਦਗੀ ਚ ਤੇ ਬਹੁਤ ਰੋਕੇ ਬੋਲਦਾ ਭਰਾਓ ਮੈਂ ਕੀ ਦਸਾਉਣਾ ਇਮੋਸ਼ਨਲ ਬੰਦੇ ਤੋਂ ਚਿੱਤਾ ਆ ਜਿਹਦਾ ਕਹਿੰਦੇ ਸ਼ਰੀਮਣ ਇਮੋਸ਼ਨਲ ਹੋ ਜਾਂਦਾ ਤੇ ਇਮੋਸ਼ਨਲ ਬੰਦਾ ਇੱਕ Song ਆਇਆ ਆਪਣੇ ਰਣਜੀਤ ਬਾਵੇ ਦਾ ਉਹਦੇ ਬਾਰੇ ਤੁਸੀਂ ਕੀ ਕਹਿਣ ਜਾਓਗੇ ਬਲਕਿ ਉਹ ਚ ਤਿੰਨ ਚਾਰ ਗੱਲਾਂ ਛੇੜੀਆਂ ਨੇ ਉਹਨੇ ਗਾਣੇ ਚ ਉਹਦੇ ਬਾਰੇ ਕੋਈ ਆਪਣੇ ਪੁਆਇੰਟ ਆਫ ਊ ਹਾਂ ਛੇੜੀਆਂ ਨੇ ਹਾਂ ਆਹੋ ਕੋਈ ਨਹੀਂ ਪੁਆਇੰਟ ਆਫ ਊ ਵਧੀਆ ਗੱਲਾਂ ਕੀਤੀਆਂ ਨੇ ਗਾਣਾ ਆਇਆ ਉਹਨੇ ਇਮੋਸ਼ਨਲ ਆਪਣੇ ਵਿਚਾਰ ਪੇਸ਼ ਕੀਤੇ ਨੇ ਜੋ ਸੋਚਦਾ ਦਿਲੋਂ ਹਾਂ ਤੇ ਇਹੀ ਤਾਂ ਸੇ ਵੀ ਇਮੋਸ਼ਨਲ ਬੰਦਾ ਮਰਦਾ ਯਾਰ ਬਿਲਕੁਲ ਆਪਣਾ ਗੋਲੀ ਨਾਲ ਦੀਪ ਸਿੱਧੂ ਆਹੋ ਦੀਪ ਸਿੱਧੂ ਦੀਆਂ ਫੋਟੋਆਂ ਲਾਈਆਂ ਸੀ ਉਹਨੇ ਹਾਂ ਸਿੱਧੂ ਮੂਸੇਵਾਲੇ ਵਾਲੇ ਦੀਆਂ ਤੇ ਦੂਸਰੇ ਦੀਆਂ ਸੰਦੀਪ ਨੰਗਲੀ ਦੀਆਂ ਇਮੋਸ਼ਨਲ ਸੀ ਤਿੰਨੇ ਇਮੋਸ਼ਨਲ ਸੀ ਆਹ ਹੋਏ ਤਾਂ ਗੱਲ ਤਿੰਨੇ ਇਮੋਸ਼ਨਲ ਬਿਲਕੁਲ ਸਹੀ ਹੈ ਤੇ ਇੱਕ ਉਹਨੇ ਗੱਲ ਜਿਹੜੀ ਸ਼ੁਰੂ ਚ ਕੀਤੀ ਕਿ ਸਿੱਧੂ ਮੂਸੇਵਾਲੇ ਦਾ ਕਹਿੰਦਾ ਦੁਬਾਰਾ ਇੱਕ ਗਾਣਾ ਲੀਕ ਹੋ ਗਿਆ ਹਾਂ ਸਿੱਧੂ ਮੂਸੇਵਾਲੇ ਦਾ ਕਹਿੰਦਾ ਕੋਈ ਗਾਣਾ ਲੀਕ ਹੋ ਗਿਆ ਨਵਾਂ ਆਣ ਵਾਲਾ ਹਾਂ ਐਲਾਨ ਗਾਣਾ ਲੀਕ ਹੋ ਗਿਆ ਦਾ ਐਲਾਨ ਤੇ ਉਹ ਗਾਣੇ ਚ ਉਹਨੇ ਕਿਹਾ ਸੀਗਾ ਤਕੜੇ ਰਹੋ ਮੇਰੇ ਵੈਰੀਆਂ ਨੂੰ ਫਿਰ ਨਹੀਂ ਸ਼ਾਇਦ ਮੇਰੇ ਵੈਰੀਓ ਨੇ ਤਰ ਕੋਈ ਗਾਣਾ ਹੈ ਉਹ ਅਲ ਲੀਕ ਹੋ ਗਿਆ ਹੈ ਪੂਰੇ ਦਾ ਪੂਰਾ ਗਾਣਾ ਲੀਕ ਹੋ ਗਿਆ 4 ਮਿੰਟ ਦਾ ਗਾਣਾ ਤੇ ਮਲਕੀ ਮਿਊਜ਼ਿਕ ਚ ਨਹੀਂ ਲੀਕ ਹੋਇਆ ਬਟ ਡਮੀ ਮਿਜ਼ਰੀ ਲੀਕ ਹੋ ਗਿਆ ਯਾਰ ਇਹ ਗਾਣੇ ਕੋਣ ਲੀਕ ਕਰਦਾ ਸਿੱਧੂ ਦੇ ਗਾਣੇ ਇਹਦੇ ਪਹਿਲਾਂ ਵੀ ਯਾਰ ਜਦੋਂ ਵਿਚਾਰਾ ਜਿੰਦਾ ਹੂ ਤੂੰ ਵੀ ਕੋਈ ਗਾਣੇ ਇਹਦੇ ਲੀਕ ਕਰ ਛੱਡਦਾ ਸੀ ਹੁਣ ਪੂਰਾ ਆ ਗਿਆ ਉਹਦੋਂ ਹੁਣ ਵੀ ਲੀਕ ਕਰਦੇ ਕੌਣੇ ਬੰਦਾ ਯਾਰ ਪਤਾ ਨਹੀਂ ਯਾਰ ਇਹ ਭਾਜੀ ਇਹ ਇਦਾਂ ਹੁੰਦਾ ਨਾ ਸਿਸਟਮ ਜਦੋਂ ਮੰਨ ਲਓ ਆਪਣਾ ਚਲੋ ਆਪਾਂ ਦਾ ਵੀਡੀਓ ਬਣਾਉਨੇ ਆ ਤੇ ਆਪਣਾ ਆਪਾਂ ਇੱਕ ਵੀਡੀਓ ਛੱਡਦੇ ਤਾਂ ਕੋਈ ਚੱਕਰ ਨਹੀਂ ਪਰ ਜਦੋਂ ਬੰਦਾ ਗਾਣੇ ਬਣਾਉਂਦਾ ਨਾ ਜਿਹੜਾ ਉਹ ਬੰਦਾ ਜਿਹੜਾ ਯਾਰ ਦੋਸਤ ਬਣਾ ਲੇ ਖੇ ਨੇ ਤੇ ਕਹਿੰਦਾ ਯਾਰ ਮੈਂ ਨਵੀਂ ਚੀਜ਼ ਬਣਾਈ ਹੈ ਜਦੋਂ ਮੰਨ ਲਓ ਤੁਸੀਂ ਹੀ ਮੇਰੇ ਫਰੈਂਡ ਜੇ ਤੇ ਮੈਂ ਕੋਈ ਗਾਣਾ ਕਰਦਾ ਆਂ ਤੇ ਮੈਂ ਤੁਹਾਨੂੰ ਭੇਜੂਗਾ ਯਾਰ ਆ ਮੈਂ ਨਵੀਂ ਚੀਜ਼ ਬਣਾਈ ਸੁਣੀ ਠੀਕ ਆ ਤੇ ਤੁਸੀਂ ਅੱਗੇ ਤਿੰਨ ਚਾਰ ਜਿਹੜੇ ਹੋਰ ਬਿਠਿਓ ਉਹ ਕਹਿੰਦੇ ਨੇ ਯਾਰ ਗਾਣਾ ਵਧੀਆ ਸਾਨੂੰ ਵੀ ਦੇ ਦੇ ਤੇ ਉਹ ਤੋਂ ਅੱਗੇ ਕੇ ਗਾਣੇ ਪਹੁੰਚ ਜਾਂਦੇ ਨੇ ਤੇ ਉਹ ਤੇ ਲੀਕ ਇਹ ਚੀਜ਼ ਖੁਦ ਵੀ ਕਰਦੇ ਨੇ ਹੁਣ ਜੇ ਮੈਂ ਕੱਲ ਨੂੰ ਗਾਣਾ ਕਰੂੰਗਾ ਰਿਲੀਜ਼ ਤੇ ਮੈਂ ਤੁਹਾਨੂੰ ਤੇ ਨਹੀਂ ਭੇਜੂੰਗਾ ਨਾ ਮੈਨੂੰ ਪਤਾ ਨਹੀਂ ਤੁਹਾਨੂੰ ਭੇਜ ਦਿੱਤੀ ਜਿਹੜੀ ਆਪਾਂ ਟਿਊਨ ਤਿਆਰ ਕੀਤੀ ਸੀ ਆ ਮਿੱਤਰਾਂ ਦੀ ਪੋਡਕਾਸਟ ਦੀ ਨਹੀਂ 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 ਮਜ਼ਾਕ ਆ ਮਜ਼ਾਕ ਕਰਦਾ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਹਾਂ ਇਦਾਂ ਹੋ ਜਾਂਦਾ ਹੈ ਤੇ ਪਰ ਕਈ ਕਈ ਜਗ੍ਹਾ ਤੇ ਨਾ ਇਹ ਉਹ ਵੀ ਹੁੰਦਾ ਹੈ ਖੁਦ ਵੀ ਕਰਾਉਂਦੇ ਨੇ ਲੀਕ ਉਹਦੇ ਨਾਲ ਪਬਲਿਕ ਦਾ ਰਿਸਪੌਂਸ ਚੈੱਕ ਕਰਨ ਲਈ ਕਿ ਕਿਦਾਂ ਦਾ ਰਿਸਪੌਂਸ ਹੁੰਦਾ ਇਹ ਚੀਜ਼ ਤੇ ਫਿਰ ਰਿਲੀਜ਼ ਕਰ ਦਾਂਗੇ ਫਿਰ ਜਦੋਂ ਅ ओरिजिनल ਗਾਣਾ ਪੈ ਜਾਂਦਾ ਉਸ ਤੋਂ ਬਾਅਦ ਉਹ YouTube ਆਪੇ ਤੁਹਾਨੂੰ ਬਤਾ ਉਹ ਚੱਕ ਦਿੰਦਾ ਹੈ ਜਿਹੜੇ ਜਿਹੜੇ ਨਕਲੀ ਗਾਣੇ ਪਏ ਹੁੰਦੇ ਨੇ ਉਹ ਸਾਰਿਆਂ ਦਾ ਰੈਵਨਿਊ ਇਕੱਠੇ ਇੱਕੋ ਚੈਨਲ ਨੂੰ ਆਉਂਦਾ ਪੈਂਦਾ ਉਹ ਜਿਹਦਾ ਕਹਿੰਦੇ ਕਾਪੀਰਾਈਟ ਮਾਰ ਦਿੰਦਾ ਸਾਰਿਆਂ ਤੇ ਉਹ ਵੀਊ ਕਾਊਂਟ ਵੀ ਇਕੱਠੇ ਵਿੱਚ ਕਾਊਂਟ ਹੋ ਜਾਂਦੇ ਨੇ ਅੱਛਾ ਅੱਛਾ ਮੰਨ ਲਓ ਇਹਦਾ ਇੱਕ ਸਿਸਟਮ ਹੁੰਦਾ ਹੈ ਇਹ ਸਿਸਟਮ ਹੁੰਦਾ ਹੈ 20 ਗਾਣਿਆਂ 20 ਚੈਨਲਾਂ ਨੇ ਗਾਣਾ ਪਾਤਾ ਇਹ ਲੱਖ ਲੱਖ 2-2 ਲੱਖ ਵੀਊ ਆ ਗਿਆ ਉਸ ਚੀਜ਼ ਤੇ ਤੇ ਜਿੱਦਨ ਅ ਜਿਨਾਂ ਗਾਣਾ ਅਪਲੋਡ ਹੋਊਗਾ YouTube ਨੂੰ ਨਾਲ ਉਹ 뮤지컬 ਲੈਟਰ ਹੁੰਦਾ ਨਾ ਨਾ ਕੋਈ ਸਾਡਾ ਕਾਣਾ ਜਿਹਨਾਂ ਜਦੋਂ ਜਿਹਨਾਂ ਜਣਾ ਅਪਲੋਡ ਹੋ ਗਿਆ ਉਹ ਸਾਰੇ ਗਾਣੇ ਜਿਹੜੇ ਪੇਨ ਡਾਟਾ ਤੋਂ ਡਿਲੀਟ ਹੋ ਜਾਣੇ ਨੇ ਕੀ ਆ ਮਿਊਜ਼ਿਕਲ ਪੇਨ ਡਾਟਾ ਤੋਂ ਸਿਲ ਹੋ ਜਾਣੇ ਰਾਈਟ ਵੇ ਤੇ ਬਾਅਦ ਵਿੱਚ ਉਹਨਾਂ ਦੀ ਜਿਹੜੇ ਵੀਊ ਕਾਊਂਟ ਹਨ ਉਹ ਵੀ ਹੌਲੀ ਹੌਲੀ ਕਰਕੇ ਇਹਦੀ ਚੈਟ ਹੋ ਜਾਣਾ ਫਿਰ ਉਹ ਮਿਲੀਅਨ ਤੋਂ ਮਿਲੀਅਨ ਵੀਊ ਇੱਧਰ ਵੀ ਇਕੱਠੇ ਹੋ ਜਾ ਕਰ ਲੈਂਦੇ ਨੇ ਸਮਝ ਗਈ ਗੱਲ ਨੂੰ ਇਹ ਵੀ ਬੜੀਆਂ ਕੁੰਡੀਆਂ ਹੁੰਦੀਆਂ ਨੇ ਮੈਂ ਹੁਣ ਇਹ ਨਹੀਂ ਕਹਿੰਦਾ ਸਿੱਧੂ ਮਸੇਵਾਲੇ ਦੇ ਜਾਂ ਫੈਮਿਲੀ ਨੇ ਲੀਕ ਕੀਤਾ ਬਟ ਮੈਂ ਦੱਸ ਰਿਹਾ ਕਿ ਕਈ ਸਿੰਗਰ ਕਰਦੇ ਨੇ ਇਹ ਜਿਹੜੇ ਜਿਹੜੇ ਰੈਐਕਸ਼ਨ ਚੈਨਲ ਨਹੀਂ ਬਣਾਉਂਦੇ ਰੈਐਕਸ਼ਨ ਚੈਨਲ ਮੁੰਡਿਆਂ ਨੇ ਰੈਐਕਸ਼ਨ ਚ ਨਹੀਂ ਭਈ ਜਿਹੜੇ ਪ੍ਰੋਡਕਸ਼ਨ ਦਾ ਸਾਰਾ ਜਾਂਦਾ ਰਿਐਕਸ਼ਨ ਚੈਨਲ ਆ ਰਿਐਕਸ਼ਨ ਦਾ ਸਾਰਾ ਹੀ ਜਾਂਦਾ ਭਈ ਸਾਰਾ ਹੀ ਜਿੰਨਾ ਰੈਵਨਿਊ ਨਾ ਟੋਟਲ 50% 100% ਉਹ ਸਾਰਾ ਗਾਣੇ ਨੂੰ ਜਾਂਦਾ ਇਹ ਤਾਂ ਸੇਵਾ ਹੀ ਕਰ ਰਹੇ ਨੇ ਰਿਐਕਸ਼ਨ ਜਨਰਲ ਵਾਲੇ ਮੈਂ ਦੇਖਦਾ ਹਾਂ ਨਾ ਮੇਰੇ ਮੁੰਡਾ ਯਾਰ ਦੋਸਤਾਂ ਆਕਾਸ਼ ਘੁੰਮਣ ਨਾ ਨਾ ਨਹੀਂ 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 ਦਨੀਆ ਅਰੇ ਸਾਰਾ ਨਹੀਂ ਜਾਂਦਾ ਇਹਨਾਂ ਨੇ ਚੈਨਲ ਚ ਘੁੰਮਣਾ ਨਹੀਂ 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 ਮੈਂ ਮੈਂ ਇਹਨਾਂ ਨੂੰ ਬਚਤ ਮੈਂ ਤੁਹਾਨੂੰ ਦੱਸਦਾ ਸਿਸਟਮ ਕੀ ਹੈ ਦਾ ਸਿਸਟਮ ਦੱਸਦਾ ਉਹਨੂੰ ਕੀ ਆਕਾਸ਼ ਘੁੰਮਣ ਪੱਕੀ ਆਪਣਾ ਸਰਦਾਰ ਜੇ ਮੁੰਡਾ ਦੇਖਿਆਣ ਤੁਸੀਂ ਆਕਾਸ਼ ਘੁੰਮਣ ਪੰਜਾਬੀਆਂ ਚ ਕਰਦਾ ਜਿਹੜਾ ਰਿਐਕਟ ਆਕਾਸ਼ ਘੁਮਣ ਕਰਦਾ ਨਹੀਂ ਮੈਂ ਨਹੀਂ ਵੇਖਿਆ ਉਹ ਦੇਖ ਲਿਓ ਨਟ ਤੇ ਉਹ ਬਾਕੀ ਪੰਜਾਬੀ ਜਿਹਾ ਰਿਐਕਸ਼ਨ ਕਰਦਾ ਮੈਂ ਨਾ ਉਹ ਗੱਲ ਗੁੱਲ ਜਿ ਪਿਛਲੀ ਕੀਤੀ ਮੈਂ ਉਹਨੂੰ ਰੋਸਟ ਕਰਤਾ ਸੀ ਅਸਲ 'ਚ ਇੱਕ ਵੀਡੀਓ 'ਚ ਫਿਰ ਤਾਂ ਮੈਨੂੰ ਮੈਸੇਜ ਆਇਆ ਮੈਂ ਕਿਹਾ ਯਾਰ ਤੁਸੀਂ ਦੱਸੋ ਆ ਜਿਹੜਾ ਤੁਸੀਂ ਕਰ ਦਿਜੀਏ ਰਿਐਕਸ਼ਨ ਇਹਦਾ ਤੁਹਾਨੂੰ ਬਚਦਾ ਕੁਝ ਕਿਉਂਕਿ ਸਾਨੂੰ ਪਤਾ ਹੈ ਜਦੋਂ ਆਪਾਂ ਕੋਈ ਗਾਣਾ ਯੂਜ਼ ਕਰ ਲਈਏ ਸਾਡੇ ਦੋਸਤਲੇ ਪੈਂਦਾ ਕੋਪੀਰਾਈਟ ਉਧਰ ਚੱਕ ਕੇ ਰੈਵਨਿਊ ਸਾਰਾ ਉਹਨੂੰ ਹੀ ਚਲਾ ਜਾਂਦਾ ਕਿ ਕਹਿੰਦਾ ਭਾ ਜਿਹੜੇ ਗਾਣੇ ਵਾਲਾ ਰੈਵਨਿਊ ਹੈ ਉਹ ਸਾਰਾ ਜਾਂਦਾ ਹੈ ਉਧਰ ਤੇ ਕਹਿੰਦਾ ਫਿਰ ਜਿਹੜੇ ਜਿੰਨੇ ਵੀ ਰਿਐਕਸ਼ਨ ਚ ਤੇ ਬਾਦੂ ਚ ਖੇਦੇ ਇੰਟਰਵਿਊ ਤੇ ਰੈਕਸ਼ਨ ਦੇਣ ਲੱਗ ਪਣਗੇ ਖੇਦੇ ਮੀਮਸ ਤੇ ਰੈਕਸ਼ਨ ਦੇਣ ਲੱਗ ਪਣਗੇ ਕਹਿੰਦਾ ਫਿਰੋਚੋ ਪੈਸੇ ਬਾਈ ਬੰਦੇ ਨੇ ਆਪ ਨੂੰ 100% ਲੱਗੇ ਸਮਝ ਚੈਨਲ ਦੀ ਰੀਚ ਉਧਰ ਨੂੰ ਕਰਕੇ ਗਾਣੇ ਵਾਲੇ ਪਾਸੋਂ ਫਿਰ ਉਹਨਾਂ ਦੀ ਇੰਟਰਵਿਊ ਤੇ ਰੈਕਸ਼ਨ ਕਰਕੇ ਇੰਟਰਵਿਊ ਤੇ ਨਹੀਂ ਕਾਪੀ ਰੈਟ ਪੈਂਦਾ ਉਹ ਚੋਂ ਪੈਸੇ ਕਮਾਉਂਦੇ ਨੇ ਸਾਰੇ ਇਹ ਸਿਸਟਮ ਹੈ ਤੁਹਾਨੂੰ ਕੀ ਲੱਗਦਾ ਜੀ ਤੁਹਾਡਾ ਬਿਜ਼ਨਸ ਤੁਹਾਡੇ ਦਿਮਾਗ ਚ ਕੀ ਬਿਜ਼ਨਸ ਮਾਡਲ ਸੀ ਇਹਨਾਂ ਨੂੰ ਲੈ ਕੇ ਨਹੀਂ ਨਹੀਂ ਮੈਂ ਤੇ ਸਕੂ ਪੜੀਆਂ ਸੀ ਨਾ ਪਤਾ ਨਹੀਂ ਮੈਂ ਕਿੱਥੇ ਗਾਈਡਲਾਈਨਸ ਪੜ੍ਹੀ ਗਾਈਡਲਾਈਨਸ ਨਹੀਂ ਮਤਲਬ ਕਿ ਪੜੀਆਂ ਹੀ ਇਹਦੇ ਨਾਲ ਕੀ ਇਹਦਾ 70 70% ਜਾਂਦਾ ਰਹੇ ਗਾਣੇ ਨੂੰ 30% ਜਾਂਦਾ ਜਿਹੜਾ ਰਿਐਕਸ਼ਨ ਦਿੰਦਾ ਇਹਦੇ ਤੇ ਨਾ ਭਾਜੀ ਉਹ ਜਾਂਦਾ ਉਹਨਾਂ ਨੂੰ ਜਿਨ੍ਹਾਂ ਨੇ ਨਾ ਜਿਨ੍ਹਾਂ ਨੂੰ ਥੋੜੀ ਬਹੁਤੀ ਨੋਲਿਜ ਹੁੰਦੀ ਡਿਸਪਿਊਟ ਕਰਨ ਦੀ YouTube ਨਾਲ ਕੀ ਹੋ ਗਿਆ ਕੀ ਹੋ ਗਿਆ ਆ ਕੀ ਮੱਖੀ ਸੀ ਉਹ ਯਾਰ ਮੱਖੀ ਪਤਾ ਨਹੀਂ ਕਿੱਥੋਂ ਆ ਜਾਂਦੀ ਜਦੋਂ ਕੋਈ ਕੰਮ ਕਰੀਏ ਮੱਖੀ ਪਤਾ ਨਹੀਂ ਕਿੱਥੋਂ ਆ ਜਾਂਦੀ ਇਹ ਗੱਲ ਉਹ ਆਪਣਾ ਵਧੀਆ ਹਜੇ ਹੁਣ ਕੱਲ ਨੂੰ ਆਉਣ ਲੱਗ ਪਏ ਨੇ ਇੱਥੇ ਮੈਂ ਜਿਹੜੀ ਚੀਜ਼ ਕਹਣਾ ਕਿ ਇਹ ਚੀਜ਼ ਵਧੀਆ ਉਹ ਕੱਲ ਨੂੰ ਮੇਰੇ ਨਾਲ ਉਲਟੀ ਹੋ ਜਾਂਦੀ ਹੈ ਠੀਕ ਆ ਆਹੋ ਉਹੀ ਹੁੰਦਾ ਉਹੀ ਹੁੰਦਾ ਸਹੀ ਗੱਲ ਤੇ ਉਹ ਮੈਨੂੰ ਨਾ ਜਿਹੜੇ ਬੰਦੇ ਨੂੰ ਜਿਹਦੂ ਕੋਹਣਾ ਦਾੜ ਨਹੀਂ ਦੁਖਦੀ ਮੈਂ ਮੇਰੀ ਕਦੀ ਹੁਣ ਮੈਂ ਨਹੀਂ ਕਹਿਣਾ ਮੇਰੀ ਦੁਖਾਂ ਲੱਗ ਪਈ ਏਦਾਂ ਹੁੰਦਾ ਹੈ ਸੱਚੀ ਗੱਲ ਹੈ ਹੁੰਦਾ ਹੁੰਦਾ ਇਹ ਲਾਅ ਆਫ ਕੀ ਕਹਿੰਦੇ ਹੁੰਦੇ ਨੇ ਲਾਅ ਆਫ ਅਟ੍ਰੈਕਸ਼ਨ ਕੀ ਜਿਹੜੀ ਚੀਜ਼ ਆਪ ਨੂੰ ਲੱਗਦਾ ਕਿ ਯਾਰ ਆਹ ਚੀਜ਼ ਜਿਹੜੀ ਹੋ ਸਕਦੀ ਜਿਹੜੀ ਚੀਜ਼ ਲੱਗਦਾ ਕਿ ਆਪ ਨੂੰ ਇਹ ਹੋਣੀ ਹੀ ਹੋਣੀ ਚਾਹੀਦੀ ਉਹਦੇ ਬਾਰੇ ਆਪ ਨੂੰ ਸੋਚ ਦਿਮਾਗ ਚ ਹੁੰਦੀ ਹੈ ਕਿ ਬਾਰ ਬਾਰ ਪੱਕੀ ਚੀਜ਼ ਕਰਨੀ ਹੈ ਜੇ ਸਾਡੇ ਨਾਲ ਹੋਵੇ ਜਾਂ ਸਾਡੇ ਨਾਲ ਹੋ ਜਾਣੀ ਹੈ ਉਹ ਸੱਚੀ ਹੋ ਜਾਂਦੀ ਹੈ ਤੇ ਜਦਾਂ ਤੁਸੀਂ ਕਹੋ ਕਿ ਯਾਰ ਮੇਰੇ ਸਿਰ ਦਰਦ ਹੋ ਰਹੀ ਹੈ ਠੀਕ ਆ ਮੇਰੇ ਉਧਰ ਸੱਚੀ ਆ ਮੇਰੇ ਸਿਰ ਦਰਦ ਹੋ ਰਹੀ ਹੈ ਭਾਵੇਂ ਹੋਵਣਾ ਰਹੀ ਹੋਵੇ ਸ਼ਾਮ ਤੱਕ ਤੁਹਾਡੇ ਉਧਰ ਹੋਣ ਲੱਪਣੀਆਂ ਤੁਸੀਂ ਇਹ ਦਿਵਾਨ ਜੋ ਉਸ ਉਹ ਜੇ ਨਾ ਨਹੀਂ ਤੇ ਮੈਨੂੰ ਨੈਕਸ਼ਨ ਚੈਨਲ ਦੀ ਆਪਾਂ ਗੱਲ ਕਰਦੇ ਸੀ ਤੇ ਉਹ ਉਹਨਾਂ ਨੂੰ ਭਈ 70-30 ਰੈਵਨਿਊ ਕਰਦੇ ਨੇ ਜਿਹੜੇ ਕਿ ਡਿਸਪੂ ਸੱਚੀ ਰਿਐਕਸ਼ਨ ਇਦਾਂ ਦਾ ਕਰਦੇ ਨੇ ਕਿ ਉਹਨਾਂ ਦੀ ਵੀਡੀਓ ਚੱਲੀ 30 ਸੈਕਿੰਡ ਮਤਲਬ 7 ਮਿੰਟ ਦੀ 7 ਸੈਕਿੰਡ ਦੀ ਚੱਲੀ ਉਹਨਾਂ ਦੀ ਵੀਡੀਓ ਤੇ 3 ਸੈਕਿੰਡ ਆਪਣੇ ਵੀ ਨੇ ਵਿੱਚ ਮਤਲਬ ਇਦਾਂ ਨਹੀਂ ਕਿ ਸਾਈਡ ਤੇ ਆਪਣਾ ਸਿਰ ਬਲੌਕ ਆ ਰਹੀ ਫੋਟੋ ਆ ਰਹੀ ਹੈ ਪੂਰੀ ਪ੍ਰੋਪਰ ਰਿਐਕਸ਼ਨ ਬੈਠ ਕੇ ਚਾਰ ਪੰਜਾੜੇ ਉਹਨਾਂ ਨੂੰ ਜਾਂਦਾ 70 30 ਦਾ ਹਿਸਾਬ ਤੱਕ ਤੇ ਇਹ ਤਾਂ ਜਿਹੜੇ ਆਪਣੇ ਪੰਜਾਬ ਚ ਲੋ ਮੈਸ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਕਈ ਕਰਦੇ ਨੇ ਜਿਹੜੇ ਬੈਠ ਕੇ ਵੇਖੀ ਜਾਣਗੇ ਤੇ ਕੋਈ ਰਿਐਕਸ਼ਨ ਦਾ ਮਜ਼ਾ ਨਹੀਂ ਆ ਰਿਹਾ ਦੰਦ ਨਿਕਲ ਰਹੇ ਨੇ ਕਈ ਮੁੰਡੇ ਵਧੀਆ ਵੀ ਕਰਦੇ ਨੇ ਪਰ ਕਈ ਤਾਂ ਬਸ ਉਹ ਉਦਾਂ ਹੀ ਬੈਠੇ ਓ ਜਾਨ ਬਿਲਕੁਲ 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 ਨਹੀਂ ਨਹੀਂ ਕਈ ਹਾਂ ਮੈਂ ਅਸਲ ਚ ਵੇਹ ਪੰਜਾਬੀ ਚ ਨਹੀਂ ਵੇਖਿਆ ਰੈਐਕਸ਼ਨ ਇੱਥੇ ਪਤਾ ਨਹੀਂ ਇੱਕ ਜੁਕੇ ਦੀ ਕੋਈ ਫੈਮਲੀ ਹੋ ਕੁ ਦਿੰਦੀ ਰੈਐਕਸ਼ਨ ਇੱਕ ਇੱਕ ਮੁੰਡਾ ਟੋਪੀ ਪਾ ਕੇ ਬੈਠਾ ਹੁੰਦਾ ਉਹਦੇ ਨਾਲ ਅੰਮਾ ਬੈਠੀ ਹੁੰਦੀ ਪਾਕਿਸਤਾਨੀ ਹੈ ਪਤਾ ਨਹੀਂ ਕੋਈ ਪੰਜਾਬੀ ਨਹੀਂ ਪੰਜਾਬੀ ਬੋਲਦੇ ਹੁੰਦੇ ਉਹਨਾਂ ਦੇ ਦਾਦੀ ਬਿਠਾਈ ਹੁੰਦੀ ਦਾਦੀ ਬਿਠਾਈ ਹੁੰਦੀ ਦਾਦੀ ਨਾਲ ਅੱਛ ਮੇਰੇ ਸਾਰਾ ਦਾਦੀਂ ਦੀਰੇ ਦਾਦੀ ਵਾਲੇ ਵੀ ਇੱਕ ਬੰਦਾ ਮੈਂ ਦੇਖਿਆ ਸੀ ਇੱਕ ਦਾਦੀ ਵਾਲਾ ਬੰਦਾ ਵੀ ਦੇਖਿਆ ਸੀ ਦਾਦੀ ਨੂੰ ਹੈਡ ਹੁਣ ਬੜਾ ਕੇ ਬਿਠਾਇਆ ਵਾ ਆ ਵੀ ਹੋਇਆ ਜਿਹੜੇ ਮੁੰਡੇ ਜਿਹੜੇ ਮੁੰਡੇ ਨਾ ਜਿੱਦਾਂ ਬੋਲਦੇ ਨੇ ਨਾਲ ਐਕਸਪਲੇਨ ਕਰਦੇ ਨੇ ਉਹ ਤੇ ਵਧੀਆ ਹੋ ਰਿਐਕਸ਼ਨ ਦਿੰਦੇ ਨੇ ਹਾਂ ਸਮਝਿਆ ਗਾ ਤੇ ਜਿਹੜੇ ਸਿਰਫ ਕਹਿੰਦੇ ਨੇ ਆਓ ਵੇਖਦੇ ਆਂ ਜੀ ਉਹਦਾ ਗਾਣਾ ਹੈ ਤੇ ਨਾਲ ਸੌਂਗ ਪਲੇ ਕਰ ਦਿੰਦੇ ਨੇ ਤੇ ਨਾਲ ਕੁਝ ਵਿੱਚ ਪਾਉਜ਼ ਕਰਕੇ ਦੱਸਦੇ ਨੇ ਵੀ ਇਹਦਾ ਮਤਲਬ ਆ ਹੋਵੇ ਨਾ ਕੁਝ ਹੈ ਨਾ ਬਿਲਕੁਲ ਦੱਸਦੇ ਨੇ ਤੇ ਗਾਣਾ ਇਹਦੇ ਐ ਕਰਕੇ ਨੱਚ ਨੂਚ ਕੇ ਤੇ ਦੋ ਤਿੰਨ ਮਿੰਟ ਆਪ ਵੀ ਨਾਲ ਬਹੁਤ ਵਧੀਆ بیس ਓਹ ਹੋ ਹੋ ਐਂ ਗਾਣਾ ਲੈ ਜਾਂਦਾ ਐਂ ਅ ਗਾਣਾ ਚੜੇਗਾ ਇਹ ਫੇਸਬੁਕ ਇੱਥੇ YouTube ਤੇ ਨੇ ਆ ਗਏ ਨੇ ਤੇ ਲਾਈਕ ਵੇਖ ਕੇ ਤਾਂ ਦਿੰਦਾ ਓਏ ਓ ਬਸ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਚੀਜ਼ ਹੈ ਹਣਾ ਤੁਸੀਂ ਰਿਐਕਸ਼ਨ ਦੇਣਾ ਕੋਈ ਮਿਲ ਗਈ ਰਿਐਕਸ਼ਨ ਵਾਲਾ ਬੰਦਾ ਵੀ ਨਾ ਵੈਸੇ ਕਈ ਕੀ ਹੁੰਦੇ ਜਦੋਂ ਨਾ ਉਹ ਤਨਵੇਂ ਭੱਟ ਮੈਨੂੰ ਉਧਰ ਗੱਲ ਕਰਦਾ ਸੀ ਉਹ ਉਹ ਭੋਟਾ ਹੱਸਦਾ ਉੱਚੀ ਉੱਚੀ ਠੀਕ ਹੈ ਤੇ ਉਹ ਜਿੰਦਾ ਉਹ ਵਧੀਆ ਲੱਗਦਾ ਉਹਦਾ ਹੱਸਣਾ ਕੀ ਇਹ ਬੰਦਾ ਹੱਸ ਰਿਹਾ ਉਹਦੇ ਵਾਲ ਦੇਖ ਕੇ ਉਹਨੂੰ ਫਣੀ ਲੱਗਦਾ ਪਰ ਨਹੀਂ ਉਹਨਾਂ ਨੂੰ ਨਾ ਉਹ ਉਹ ਜਿਹੜੇ ਉਹ ਮੁੰਡੇ ਨਹੀਂ ਹੈ ਉਹਨਾਂ ਨੂੰ ਨੋਲਿਜ ਥੋੜੀ ਬਹੁਤੀ ਨਾ ਜਦੋਂ ਕਿਸੇ ਵਿਸ਼ੇ ਤੇ ਗੱਲ ਕਰਦੇ ਨੇ ਤੇ ਥੋੜੀ ਡੰਗਾਈ ਤੱਕ ਤਾਂ ਜੰਦੇ ਨੇ ਅਸੀਂ ਗੱਲ ਕਰਦੇ ਪਏ ਵਾਹਿ ਮੱਕੜ ਤੇ ਸਿਮਰਨ ਜੋਤ ਉਹਦੀ ਟੱਡਰੀਆਂ ਵਾਲੇ ਬਾਬੇ ਤੇ ਉਹ ਗੱਲ ਫਿਨਿਸ਼ ਹੋ ਗਈ ਸੀ ਕਿ ਵਿਚਰੇ ਹੋ ਗਈ ਸੀ ਹੋ ਗਈ ਸੀ ਹੋ ਗਈ ਸੀ ਗੱਲ ਫਿਨਿਸ਼ ਹੋ ਗਈ ਸੀ ਉਹ ਮੈਂ ਹੋ ਗਈ ਨਹੀਂ ਫਿਨਿਸ਼ ਮੈਂ ਕਰਤੀ ਸੀ ਫਿਨਿਸ਼ ਨਹੀਂ ਸੀ ਹੋਈ ਮੈਂ ਤਾਂ ਦਾ ਫਿਨਿਸ਼ ਮੈਂ ਕਰਤਾ ਫਿਨਿਸ਼ ਨਹੀਂ ਸੀ ਹੋਈ ਸਿਮਰਨ ਜੋ ਮੱਕੜ ਨੇ ਬਾਬੇ ਨੂੰ ਚੈਲੰਜ ਕੀਤਾ ਅੱਛਾ ਬਾਅਦ ਚ ਨਾ ਨੇ ਵੀਡੀਓ ਬਾਅਦ ਚ ਪਹਿਲਾਂ ਨਾ ਸਿਮਰਨ ਜੋਤ ਮੱਕੜ ਨੇ ਇੱਕ ਵੀਡੀਓ ਚ ਬੋਲ ਬੈਠਾ ਉਹ ਕੋਈ ਸ਼ੋਅ ਕਰਦਾ ਪਈ ਇਹ ਪਣੀ ਨਾ ਕੁੜੀ ਨਾਲ ਬਹਿ ਕੇ ਉਹ ਕਰਦਾ ਹੁੰਦਾ ਇੱਕ ਸ਼ੋਅ ਨਾ ਸਿਮਰੀ ਜਦੋਂ ਮੱਕੜ ਉਹਦੇ ਚ ਨਾ ਕੋਈ ਗੱਲ ਕਿਸੇ ਹੋਰ ਮੁੱਦੇ ਤੇ ਕਰਦਾ ਪਈ ਤੇ ਗੱਲ ਇੱਧਰ ਛਿੜਪੀ ਵੀ ਇੱਕ ਬਾਬਾ ਹੈ ਤੇ ਵਲੈਂਸੀਆ ਦੇ ਬੂਟ ਪਾਉਂਦਾ ਹੈ ਅੱਛਾ ਠੀਕ ਹੈ ਠੀਕ ਹੈ ਤੇ ਵਲੋਗ ਬਣਾਉਂਦਾ ਹੈ ਤੇ ਫਿਰ ਬਾਬੇ ਨੇ ਜਵਾਬ ਦਿੱਤਾ ਮੱਕੜ ਨੂੰ ਓਕੇ ਓਕੇ ਕਹਿੰਦਾ ਵਲੋਗ ਬਣਾਵਾਵਾਂਗੇ ਤੁਸੀਂ ਸੜ ਅਸੀਂ ਸੜਾਵਾਂਗੇ ਤੇ ਬਾਬਾ ਮਤਲਬ ਕਿ ਮੈਨੂੰ ਨਹੀਂ ਸਮਝ ਆਉਂਦੀ ਜੀ ਤੂੰ ਜਰ ਜਦੋਂ ਵੀ ਕੋਈ ਬੰਦਾ ਕਿਸੇ ਕੋ ਸਵਾਲ ਪੁੱਛਦਾ ਨਾ ਕੋ ਪੱਤਰ ਫਿਰ ਕਹਿੰਦੇ ਨੇ ਸੱਚੇ ਪੱਤਰਕਾਰ ਨਹੀਂ ਹੈ ਹਾਂ ਅਸੀਂ ਵੀ ਮੱਕੜ ਨੂੰ ਰੋਸਟ ਕੀਤਾ ਉਹ ਨਹੀਂ ਗੱਲ ਮੱਕੜ ਨੂੰ ਰੋਸਟ ਕੀਤਾ ਪਰ ਜਿਹੜੀ ਗੱਲਾਂ ਤੇ ਸਹੀ ਹੈ ਸਹੀ ਹੈ ਹੈਨਾ ਸਾਥ ਵੀ ਦੇਣਾ ਚਾਹੀਦਾ ਮੱਕੜ ਬਾਅਦ ਚ ਨਾ ਮੱਕੜ ਨੇ ਮੱਕੜ ਨੇ ਉਹਨੂੰ ਸਵਾਲ ਕੀਤੇ ਨੇ ਬਾਬੇ ਨੂੰ ਨਾ ਓਕੇ ਠੀਕ ਵੀ ਬਾਬਾ ਜੀ ਤੁਸੀਂ ਸਾਡੇ ਨਾਲ ਇੰਟਰਵਿਊ ਕਰੋ ਮੈਂ ਪਰਮੇਸ਼ਰ ਦੁਆਰਾ ਜੀ ਨਾ ਚਾਹੇ ਤੁਸੀਂ ਸਟੂਡੀਓ ਆ ਜਾਓ ਤੇ ਸਾਡੇ ਨਾਲ ਇੰਟਰਵਿਊ ਕਰੋ ਤਾਂ ਬਾਬਾ ਆਗੂ ਕਹਿੰਦਾ ਤੂੰ ਉਹਨਾਂ ਕੋਲ ਸਵਾਲ ਪੁੱਛ ਤੂੰ ਉਹਨਾਂ ਕੋਲ ਕਿਉਂ ਨਹੀਂ ਸਵਾਲ ਪੁੱਛੇ ਤੂੰ ਉਹ ਬਾਬਾ ਜੀ ਜਿਹੜੀ ਗੱਲ ਤੁਸੀਂ ਕਰੋ ਇੰਟਰਵਿਊ ਤੂੰ ਮੈਨੂੰ ਕਾ ਤੂੰ ਭਜਦੇ ਕਾ ਤੂੰ ਇੰਟਰਵਿਊ ਤੂੰ ਯਾਰ ਉਹ ਸਰ ਚੋਕ ਕਹਿੰਦਾ ਸੀ ਜਥੇਦਾਰਾਂ ਨੂੰ ਕਰੋ ਕੁਐਸਚਨ ਹਣਾ ਜਾ ਕੇ ਜਿਹੜੇ ਹਨਾ ਉਹ ਇਹ ਕਹਿੰਦਾ ਸੀ ਕਿ ਉਹਨਾਂ ਨੂੰ ਇੰਟਰਵਿਊ ਕਰੋ ਆਹੋ ਕਰ ਲੈਣਗੇ ਉਹਨੂੰ ਵੀ ਕਰ ਲੈਣਗੇ ਉਹ ਬਾਅਦ ਚ ਮੈਂ ਉਹਦੀ ਇੰਟਰਵਿਊ ਉਹਦੀ ਵੀ ਕਰਾਂਗਾ ਯਾਰ ਉਹਨਾਂ ਨੂੰ ਵੀ ਕਰ ਲਾਂਗਾ ਨਹੀਂ ਕੀਤੀ ਮੱਕੜ ਨੇ ਇੱਕ ਇੰਟਰਵਿਊ ਮੈਨੂੰ ਹੋਣੀ ਨਹੀਂ ਪਤਾ ਕਿ ਤਸਵੀਰਾਂ ਨਾ ਕੀਤੀ ਬਟ ਮੈਂ ਦੇਖਣ ਰਿਹਾ ਸੀ ਮੈਨੂੰ ਉਹ ਜਿਦਾ ਹੁੰਦਾ ਨਾ YouTube ਤੇ ਕਰਦੇ ਜਿਹੜੇ ਵੀਡੀਓ ਚੱਲ ਜਾਂਦੀ ਹੈ ਵਿੱਚੋਂ ਜੇ ਉਹ ਕੀਤੀ ਵੀ ਆ ਮੱਕੜ ਨੇ ਇੱਕ ਇੰਟਰਵਿਊ ਚ ਉਹਨਾਂ ਸਵਾਲ ਹੀ ਪੁੱਛੇ ਨੇ ਪਰ ਆ ਜਿਹੜਾ ਤੁਸੀਂ ਚੈਲੰਜ ਵਾਲੀ ਗੱਲ ਦੱਸੀ ਤੁਸੀਂ ਇਹ ਨਹੀਂ ਪਤਾ ਸੀ ਕਿ ਉਹਨੇ ਚੈਲੰਜ ਕੀਤਾ ਹੈ ਕਿ ਆ ਕੇ ਮੈਨੂੰ ਇੰਟਰਵਿਊ ਕਰ ਉਹ ਤਾਂ ਆਸਟ੍ਰੇਲੀਆ ਕੰਮ ਕਰ ਰਹੇ ਨੇ ਬਾਬਾ ਨਹੀਂ ਕੀਤੀ ਕਿਤਾ ਨਹੀਂ ਨਹੀਂ ਕੀਤਾ ਕੀਤਾ ਚੱਲੇ ਜੀ ਅੱਛਾ ਅੱਛਾ ਚੇਤਾ ਆ ਗਿਆ ਮੈਨੂੰ ਤੁਸੀਂ ਕਦੇ ਉਹ ਵੀਡੀਓ ਦਿਖਾ ਲਈ ਕਰਦੇ ਜਿਹੜਾ ਪਹਾੜ 'ਚ ਬੈਠਾ ਜਿਹੜੇ ਸੜਦੇ ਨੇ ਉਹਨਾਂ ਨੂੰ ਸੜਾਵਾਂਗੇ ਜਿਹੜੇ ਕਰਦੇ ਆ ਵਲੌਗ ਬਣਾਵਾਂਗੇ ਉਹ ਦੇਖੀ ਵੀਡੀਓ ਤੁਸੀਂ ਨਹੀਂ 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 ਇਹ ਨਹੀਂ ਹੋ ਨਹੀਂ ਮੈਂ ਪਹਾੜਾਂ 'ਤੇ ਬੈਠੇ ਨੇ ਮੈਂ ਪਹਾੜਾਂ 'ਤੇ ਬੈਠੇ ਇੱਕ ਬਾਬੇ ਦੀ ਬਾਬੇ ਜੀ ਪਹਾੜਾਂ 'ਤੇ ਬੈਠੇ ਦੀ ਇੱਕ ਵੀਡੀਓ ਵੇਖੀ ਬਾਬਾ ਨਾਲ ਆਪਣੇ ਯਾਰਾਂ ਨਾਲ ਬੈਠਾ ਪਹਾੜਾਂ 'ਤੇ ਨਾ ਤੇ ਗਾਣਾਂ ਗਾੜੇ ਯਾਰੀਆਂ ਦੀ ਬਹੁਤ ਯਾਰੀਆਂ ਉਹੀ ਦੇਖਿਆ ਮੈਂ ਜਿਹੜੇ ਸੜਦੇ ਨੇ ਉਹਨਾਂ ਨੂੰ ਸੜਾਵਾਂਗੇ ਵਧੀਆ ਐਕਟੀਵੇਟ ਕਰਨੀ ਚਾਹੀਦੀ ਚਲੋ ਸਹੀ ਹੈ ਪ੍ਰਚਾਰਕਾਂ ਦੀ ਇਮੇਜ ਬਦਲਦਾ ਵੇ ਬਾਬਾ ਕੁਮਾੜੀ ਗੱਲ ਨਹੀਂ ਆ ਜਮਾਨੇ ਦੇ ਹਿਸਾਬ ਨਾਲ ਚੇਂਜ ਹੋਣਾ ਚਾਹੀਦਾ ਆਹੋ ਆਪਾ ਵੀ ਕਹਿੰਨੇ ਬਾਕੀ ਉਹ ਬੈਲੈਂਸ ਪਰ ਜਰ ਜਿੱਥੇ ਇੱਕ ਪ੍ਰਚਾਰਕਾਂ ਦੀ ਇਮੇਜ ਵੀ ਹੁੰਦੀ ਉਸ ਪ੍ਰਚਾਰਕਾਂ ਦੀ ਇਮੇਜ ਵੀ ਹੁੰਦੀ ਉਹਨੂੰ ਵੀ ਬੇਕਰਾਰ ਤੁਸੀਂ ਰੱਖਣਾ ਹੁੰਦਾ ਨਾ ਉਹਨੂੰ ਵੀ ਨਾਲ ਲੈ ਕੇ ਤੁਰਨਾ ਹੁੰਦਾ ਹੈ ਜਮਾਨੇ ਦੇ ਹਿਸਾਬ ਨਾਲ ਚੇਂਜ ਵੀ ਹੋਣਾ ਪੈਂਦਾ ਹੈ ਕੁਝ ਚੀਜ਼ਾਂ ਆਪਣੇ ਤੇ ਵੀ ਪਹਿਲਾਂ ਲਾਗੂ ਕਰਨੀਆਂ ਪੈਂਦੀਆਂ ਫਿਰ ਜਨਤਾ ਨੂੰ ਸਮਝਾਉਣਾ ਪੈਂਦਾ ਉਹ ਜਿੱਦਾਂ ਘਾਵਤ ਨਹੀਂ ਸੀ ਕੋਈ ਅ ਮਾਈ ਲੱਗ ਗਈ ਆਪਣਾ ਬੱਚਾ ਕਿਸੇ ਬਾਬੇ ਕੋਲ ਤੋ ਕਹਿੰਦੀ ਬਾਬਾ ਜੀ ਇਹ ਖੰਡ ਖਾਂਦਾ ਕੀ ਖਾਂਦਾ ਨਾ ਚਾਕਲੇਟ ਖਾਂਦਾ ਰੇ ਤੇ ਉਹ ਕਹਿੰਦਾ ਵੀ ਲੈ ਜਾ ਹਨਾ ਉਹ ਕੋਈ ਬਾਬਾ ਬੋਲਦਾ ਨਹੀਂ ਐ ਅਰੇ ਅੱਛਾ ਠੀਕ ਤੋ ਫੇਰ ਆਂਦੀ ਹਫਤੇ ਬਾਅਦ ਬਾਬਾ ਕਹਿੰਦਾ ਵੀ ਚੋਕਲੇਟ ਮਿੱਠਾ ਖਾਣਾ ਛੱਡ ਦੇ ਨਾ ਕੁਝ ਖੰਡ ਖੰਡ ਕੁਝ ਬਾਬਾ ਜੀ ਤੁਸੀਂ ਹਫਤਾ ਪਹਿਲਾਂ ਵੀ ਇਹ ਗੱਲ ਕਹਿ ਸਕਦੇ ਸੀ ਖੰਡ 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 ਉਹ ਕਹਿੰਦਾ ਹਫਤਾ ਪਹਿਲਾਂ ਮੈਂ ਵੀ ਖਾਂਦਾ ਸੀ ਤਾਂ ਨਹੀਂ ਮੈਂ ਹਨਾ ਵੀ ਇਹ ਗੱਲ ਹੈ ਵੀ ਕੁਝ ਚੀਜ਼ਾਂ ਪ੍ਰਚਾਰਕਾਂ ਨੂੰ ਮੈਂ ਕਹਿੰਦਾ ਸਾਰੀਆਂ ਮੈਂ ਨਹੀਂ ਕਹਿੰਦਾ ਵੀ ਸਾਰੀਆਂ ਪ੍ਰਚਾਰਕਾਂ ਨੂੰ ਪਹਿਲਾਂ ਆਪਣੇ ਤੇ ਲਾਗੂ ਕਰਕੇ ਤੇ ਫਿਰ ਸੰਗਤ ਨੂੰ ਕਹਿਣੀ ਪੈਂਦੀ ਹੈ ਨਹੀਂ ਪਰ ਜਿੰਨੀਆਂ ਕੋ ਹੋ ਸਕਣ کم ਸੇ ਕਮ ਕੋਸ਼ਿਸ਼-ਕੋਸ਼ ਕਰਨਾ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਬਾਬਾ ਕਿਰਤ ਕਮਾਈ ਕਰਨ ਵਾਲਾ ਹੈ ਹੱਕ ਲਾਲ ਦੀ ਕਮਾਈ ਖਾਣਾ ਲੈ ਜਿਹੜਾ ਬਲੌਗਿੰਗ ਵਾਲਾ ਚੱਕਰ ਵੀ ਹੈ ਨਾ ਕਿ ਬਾਬਾ ਵਲੌਗ ਬਣਾਉਂਦਾ ਤੇ ਉਹ ਮਾੜੀ ਗੱਲ ਥੋੜੀ ਕੋਈ ਭਾਜੀ ਜੇ ਵਧੀਆ ਬੁਲਾਵੇ ਜੇ ਵਧੀਆ ਬਣਾਵੇ ਜੇ ਮੰਨ ਲਓ ਉਹਨੂੰ ਕਿੰਨਾ ਕੁਸ਼ ਪਈ ਮੈਂ ਕਹਿੰਨਾ ਆਪਣੇ ਜਿਹੜੇ ਨੋਰਮਲ ਵਲੌਗਰ ਨੇ ਪੰਜਾਬ ਵਿੱਚ ਉਹਨਾਂ ਕੋਲ ਨੀ ਰਿਸੋਰਸਸ ਨਹੀਂ ਹੈ ਕਿਆਂ ਕੋ ਬਾਬਾ ਤਾਂ ਜਿੱਥੇ ਮਰਜੀ ਜਾ ਸਕਦਾ ਮੈਨੂੰ ਲੱਗਦਾ ਕਿ ਦੁਨੀਆ ਦੀ ਕਿਸੇ ਵੀ ਕੰਟਰੀ ਚ ਜਾ ਸਕਦਾ ਹੈ ਦੁਨੀਆ ਦੀ ਕਿਸੇ ਵੀ ਕੰਟਰੀ ਚ ਉਹਦੇ ਬੰਦੇ ਉਹਦੇ ਰਹਿੰਦੇ ਹੋਣੇ ਨੇ ਉਹ ਕਿਤੇ ਵੀ ਕੋਈ ਵੀ ਚੀਜ਼ ਦਿਖਾ ਸਕਦਾ ਹੈ ਜਾਂ ਮੰਨ ਲਓ ਜੇ ਤੁਸੀਂ ਨੇ ਆਰਗੈਨਿਕ ਖੇਤੀ ਦਿਖਾਵੇ ਜਾਂ ਇਹਦੇ ਚੀਜ਼ਾਂ ਦਿਖਾਵੇ ਨਾਲ ਚਿੱਲ ਵੀ ਕਰੇ ਫਨ ਵੀ ਕਰੇ ਬਾਬਾ ਆਪਣੀ ਜ਼ਿੰਦਗੀ ਹੈ ਉਹਦੀ ਪਰ ਬਲਕਿ ਉਹ ਕੋ ਰਿਸੋਰਸ ਜਿਆਦੇ ਨੇ ਜੇ ਉਹ ਵੀਡੀਓ ਬਣਾਵੇ ਇਹੋ ਜੀਆਂ ਤਾਂ ਫਿਰ ਠੀਕ ਹੈ ਪਰ ਉਹ ਤਾਂ ਕਦੇ ਕਦੇ ਮੈਂ ਦੇਖਿਆ ਵਲੌਗ ਅੱਜ ਆਪਾਂ ਇਧਰ ਗਏ ਅੱਜ ਆਪਾਂ ਗੰਨੇ ਚੁੱਪਾਂਗੇ ਅੱਜ ਆ ਸਾਡੇ ਭਗਤ ਆ ਗਏ ਨੇ ਇਹ ਗੰਨੇ ਨਾਲ ਲਾਏ ਨੇ ਤੇ ਸਾਰੇ ਨਾਲ ਗੰਨੇ ਚੁੱਪ ਕੇ ਰਵਾਂਗੇ ਤੇ ਉਹ ਗੱਲਾਂ ਨਾ ਕਰੇ ਫਿਰ ਤਾਂ ਠੀਕ ਹੈ ਤੇ ਮੱਕੜ ਨੂੰ ਕੋਈ ਚੀਜ਼ਾਂ ਓਵਰ ਕਰ ਜਾਂਦਾ ਬਾਬਾ ਉਹ ਵੀ ਫਿਰ ਭਾਈ ਮੈਨੂੰ ਲੱਗਦਾ ਜਿੱਦਾਂ ਹੁਣ ਮੰਨ ਲੈ ਬਾਬਾ ਹੁਣ ਪਰਸਨਲ ਲਾਈਫ 'ਚ ਠੀਕ ਹੈ ਮੇਰੇ ਹਿਸਾਬ ਨਾਲ ਜਿੱਦਾਂ ਹੁਣ ਜਦੋਂ ਆਪਾਂ ਪਬਲਿਕਲੀ ਕਿਸੇ ਨੂੰ ਸਮਝਾਣਾ ਨਾ ਜਦੋਂ ਪਬਲਿਕ ਲਾਈਫ 'ਚ ਨਾ ਉੱਥੇ ਬੰਦਾ ਸਮਝਿਆ ਗਾਲਪੀ ਸੰਗਤ ਕੰਮ ਸੇ ਕੰਮ ਚੀਜ਼ਾਂ ਪਾ ਕੇ ਆਵੇ ਉਹਨਾਂ ਬਾਬਾ ਉੱਥੇ ਆਂਦਾ ਸ਼ੋਅ ਵੀ ਕਰਦਾ ਨਾ ਕਈ ਚੀਜ਼ਾਂ ਚ ਆ ਗਏ ਪੈਸਾ ਦਿਖਾਉਂਦਾ ਮਹਿੰਗੇ ਤੋਂ ਮਹਿੰਗੀ ਚੀਜ਼ਾਂ ਪਾਉਂਦਾ ਪੈਸਾ ਦਿਖਾਉਂਦਾ ਚੱਲ ਜੇ YouTube ਦੀ ਕਮਾਈ ਨਹੀਂ ਕਾਂਦੀ ਏ ਸਾਨੂੰ ਪਤਾ ਬਾਬੇ ਨੂੰ ਬਹੁਤ ਕਮਾਈ ਆਂਦੀ YouTube ਤੋਂ ਹਨਾ ਇੰਨੇ ਵੀਊ ਆਂਦੇ ਨੇ ਬਾਬੇ ਨੂੰ ਬਾਬਾ ਦਿੱਲੀ ਦੀ ਵੀਡੀਓ ਪਾਉਂਦਾ MP ਇਹਨਾਂ ਦਾ ਹਨਾ ਆਪਣਾ ਚੈਨਲ ਬਾਬੇ ਦਾ ਬਿਲਕੁਲ 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 ਤੇ ਸੋਹਣੀ ਕਮਾਈ ਆਂਦੀ ਏ ਫਿਰ ਦਿਵਾਨ ਚਵਾਨ ਵੀ ਲਾਂਦੇ ਨੇ ਇਧਰ ਉਧਰ ਜਾਂਦੇ ਵੀ ਰਹਿੰਦੇ ਨੇ ਜਾਨੀ ਕਿ ਇਨਕਮ ਸੋਰਸ ਚਲੋ ਹੈ ਨਾ ਚਲ ਜਿੱਦਾਂ ਵੀ ਬਣਾ ਲੈ ਠੀਕ ਹੈ ਭਾਜੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੰਨ ਲਓ ਮੈਂ ਹੁਣ 800 88 ਵਿੱਚ ਉਦੋਂ ਨਾ ਇੱਕ ਅਫਵਾਹ ਚੱਲੀ ਸੀ ਪੰਜਾਬ ਵਿੱਚ ਉਦੋਂ ਜਦੋਂ ਬਲੂਥ ਵਾਲੇ ਫੋਨ ਹੁੰਦੇ ਸੀਗੇ ਤੁਹਾਨੂੰ ਪਤਾ ਫੋਟੋ ਇਧਰ ਬਲੂਥ ਤੇ ਜਾਂਦੀਆਂ ਸੀਗੀਆਂ ਤੇ ਉਦੋਂ ਨਾ ਇੱਕ ਆਈਫੋਨ ਦੀ ਅਫਵਾਹ ਚੱਲੀ ਸੀਗੀ ਕਿ ਸੋਨੇ ਦਾ ਆਈਫੋਨ ਹੈ ਉੱਤੇ ਡਾਇਮੰਡ ਲੱਗੇ ਨੇ ਹੀਰੇ ਹੀਰੇ ਲੱਗੇ ਨੇ ਉਹ ਆਹੋ ਹਾ ਦੁਨੀਆਂ 'ਚ ਸਿਰਫ ਦੋ ਆਈਫੋਨ ਨੇ ਇੱਕ ਨੇ ਇੱਕਾ ਚਾਈਨਾ ਦੇ ਵਪਾਰੀ ਕੋ ਇੱਕ ਕਬਨੇ ਢੱਡਰੀ ਵਾਲੇ ਬਾਬੇ ਕੋਲ ਆਪਾਂ ਕਹਿਣਾ ਯਾਰ ਇਹ ਬੜਾ ਵੀ ਬੜਾ ਵੀਰ ਹੈ ਉਹ ਫਾ ਨਕਲੀ ਸੀ ਉਹ ਨਕਲੀ ਸੀ ਝੂਠੀ ਸੀ ਬੜਮੇ ਕਰੋੜ ਦਾ ਝੂਠੀ ਸੀ ਫਾ ਉਹ ਝੂਠੀ ਗੱਲ ਝੂਠੀ ਸੀ ਬੜਮੇ ਕਰੋੜ ਦਾ ਫੋਨ ਕਹਿੰਦੇ ਬੜਮੇ ਉਹ ਮੈਂ ਉਹ ਸਿਰਫ ਦੁਨੀਆ 'ਚ ਦੋ ਹੂਣ ਨੇ ਇੱਕ ਚਾਈਨਾ ਦੇ ਵਪਾਰੀ ਕੋਲ ਤੇ ਇੱਕ ਬਾਬੇ ਕੋਲ ਆ ਪਗੜਾ ਬੜੀ ਗੱਲ ਯਾਰ ਬਾਬੇ ਦੀ अच्छा तू तो स्कूल ले ਜਾਂਦਾ ਹੁੰਦਾ ਸੀ ਯਾਰ ਹਾਂ ਉਹ ਤਾਂ ਮੈਂ ਸਕੂਲ ਲੈ ਜਾਂਦਾ ਨਹੀਂ ਮੈਨੂੰ ਪਤਾ ਸੱਤਵੇਂ ਠਵੀਂ ਜੁਣੀ ਮੇਰਾ ਛੋਟਾ ਹਾਂ ਮੈਂ ਉਹ ਤੈਨੂੰ ਮੈਨੂੰ ਤੇ ਆ ਕਿਸਮੀ ਗੱਲ ਕੱਲ ਪਰਸੂ ਦੀ ਗੱਲ ਲੱਗਦੀ ਜਿੱਦੂ ਬਾਬੇ ਦੀ ਨਾ ਗੱਲ ਧੂਮੀ ਸੀ ਅੱਛਾ ਤੇ ਬਾਬੇ ਦੇ ਕੋਲ ਆ ਫੋਨ ਹੈ ਉਹ ਵਾਹ ਸੱਚੀ ਗੱਲ ਸੋਚਿਆ ਜਾਵੇ ਤਾਂ ਹੁਣ ਮੈਂ ਵੀ ਕਵਾਂਗਾ ਮੈਨੂੰ ਕੱਲ ਪਰਸੂ ਦੀ ਗੱਲ ਲੱਗਦੀ ਹੈ ਪਰ ਮੈਨੂੰ ਲੱਗਦਾ ਉਦੋਂ ਮੇਰੇ ਕੋਲ ਫੋਨ ਹੁੰਦਾ ਸੀ Nokia ਦਾ C101 ਉਹ ਫੋਨ ਉਦੋਂ ਹੀ ਆਏ ਸੀ ਜਦੋਂ ਮੈਂ ਸੱਤਵੇਂ ਠਵੀਂ ਜਾਂਦਾ ਸੀ ਲੋਕੇ ਆ ਆ ਬਿਲਕੁਲ 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 ਤੇ ਉਦੋਂ ਉਦੋਂ ਜਵਾਨਾ ਉਦੋਂ ਬੜੇ ਸ਼ੈਰੀਮਾਨ ਵੀ ਉਹਨਾਂ ਦਾ ਬਣਿਆ ਸਿੰਗਰ ਸ਼ੈਰੀਮਾਨ ਵੀ ਉਹਦਾ ਹਿੱਟ ਹੋਇਆ ਜਦੋਂ ਉਹ ਜਮਾਨਾ ਸੀਗਾ ਬਲੂਥਥ ਵਾਲਾ ਹਾਂ ਦੇਖੋ ਭਾਈ ਕਿਹਦਾ ਟੈਕਨੋਲੋਜੀ ਸ਼ੈਰੀਮਾਨ ਬਿਲਕੁਲ ਜਦੋਂ YouTube ਆਈ ਸੀ ਯਾਰਨ ਟੈਕਨੋਲੋਜੀ ਮੈਂ ਕਹਿੰਦਾ ਕਿੱਦਾਂ ਯਾਰਨ ਮੂਲੇ ਟੈਕਨੋਲੋਜੀ ਦੇਖੋ ਕਿਦਾਂ ਕਿੰਨੇ ਚਿਰਚ ਬਦਲ ਗਈ ਜਦੋਂ ਕਹਿੰਦੇ ਬਲੂਥਥ ਵਾਲੇ ਫੋਨ ਬੈਠਣਾ ਯਾਰ ਤੇਰੇ ਕੋ ਗਾਣੇ ਹੈਗੇ ਸੈਂਡ ਕਰ ਸਾਨੂੰ ਤੇ ਅਗਲਾ ਕਹੂਗਾ ਯਾਰ ਮੈਂ ਨਵੇਂ ਭਰੇ ਆ ਨਵੇਂ ਉਹਨੇ ਕਿਤੇ ਜਿਹਨੂੰ ਗਾਣੇ ਉੱਥੇ ਸ਼ੇਅਰ ਹੁੰਦੇ ਸੀ ਅੱਜ ਤਾਂ ਉਦੋਂ ਦਾ ਅਹੀ ਜਮਾਨਾ ਸੀ ਭਰਾ ਤੇਰੇ ਕੋ ਨਵੀਂ ਵੀਡੀਓ ਆ ਗਈ ਹੋਈ ਤੇ ਭੇਜ ਬਲੂਟੁੱਥ ਤੇ ਤੇ ਉਦੋਂ ਬਲੂਟੁੱਥ ਤੇ ਭੇਜਣ ਲੱਗਾ ਇੱਕ ਵੀਡੀਓ ਨੂੰ ਮਿਲਦਾ ਦੋ ਤਿੰਨ ਮਿੰਟ ਲੱਗ ਜਾਂਦੇ ਹੁੰਦੇ ਸੀ ਗਾੜੇ ਨਾਲ ਵੱਲੋਂ ਵੀ ਤੇ ਨਾਲ ਫੋਨ ਬਿਲਕੁਲ ਲੱਗੇ ਰੱਖਣਾ ਪੈਣਾ ਬਿਲਕੁਲ ਨਾਲ ਉਸ ਤੋਂ ਪਹਿਲਾਂ ਉਹ ਵੀ ਚੱਲਦਾ ਹੁੰਦਾ ਸੀ ਇੱਕ ਜਿਹੜੀ ਉਹ ਹੁੰਦੀ ਇਨਫਰਾਇਡਾ ਹੋ ਇਨਫਰਾਇਡ ਉਹ ਹੀ ਚੱਲਦਾ ਹੁੰਦਾ ਸੀ ਉਹ ਤਾਂ ਜੋੜ ਕੇ ਰੱਖਣੇ ਹੁੰਦੇ ਸੀ ਦੋਵੇਂ ਫੋਨ ਆਹ ਉਹ ਜੋੜ ਕੇ ਰੱਖਣੇ ਪੈਂਦੇ ਫਿਰ ਫੈਲਾ ਜਾਂਦੀਆਂ ਸੀ ਤੇ ਹੁਣ ਤੇ ਚਲੋ ਐਚ ਡੀ ਆ ਗਿਆ ਪਤ ਨਹੀਂ ਕੀ ਕੀ ਆ ਗਿਆ ਹੈਨਾ ਪੂ ਆਲ ਮੋਡ ਸਕ੍ਰੀਨ ਕੀ ਕਹਿੰਦੇ ਨੇ ਹੁਣ ਤੇ ਇਡੀਜ 5G ਆ ਗਈ ਹੈ ਇੰਡੀਆ ਚ ਪਹਿਲਾਂ ਹੁੰਦਾ ਹੀ ਆਹੋ ਇਡੀਜ 5G ਆ ਗਈ ਮੋਦੀ ਨੇ ਲਾਂਚ ਕੀਤੀ ਭਰਾਵਾ ਉਹਦੀ ਮੋਦੀ ਐਨ ਕੱਪ ਆ ਕੇ ਬੈਠਾ ਪਤਾ ਨਹੀਂ ਕਿਤੇ 스웨ਡਨ ਗੱਡੀ ਚ ਲਾਤੀ ਹੋਣਾ ਸਾਹੋ ਇੱਥੇ 5G ਨਾ ਉੱਥੇ ਬੈਠਾ ਪਤਾ ਨਹੀਂ ਕਿੱਥੇ ਇੱਥੇ ਬੈਠੇ ਨੇ 스웨ਡਨ ਗੱਡੀ ਚ ਲਾਤੀ ਤੇ ਗੱਡੀ ਵੀ ਠੋਕਦੀ ਚਲਾ ਨਹੀਂ ਦੁੱਤੀ ਗੱਡੀ ਠੋਕਦੀ ਤੁਸੀਂ ਦੇਖਿਆ ਵੀਡੀਓ ਗੱਡੀ ਲੱਗੀ ਨਾ ਚਤਰੀਂ ਦੇੜੇ ਕੋਪੇ 'ਚ ਲੱਗੇ ਦੇੜੇ ਮੋਦੀ ਸਰ ਤੇ ਗੱਡੀ ਯਾ ਯਾਰ ਮੋਦੀ ਯਾਰ ਕੀ ਕਰਨ ਢੀ ਹੈ ਉਹਨੇ ਗੱਡੀ ਵੀ ਠੋਕਦੀ ਸਦੀ ਬਾਅਦ ਉਹਨੂੰ ਬੈਕ ਕਰਨੀ ਨਾ ਆਵੇ ਬਾਅਦ ਉੱਥੇ ਛੱਡ ਕੇ ਆ ਗਿਆ ਵੇਖਿਓ ਵੀਡੀਓ ਮੈਂ ਤੈਨੂੰ ਭੇਜੂਗਾ ਉਹ ਗੱਡੀ ਇਹਨੇ ਠੋਕਦੀ ਬਾਅਦ ਮੀਡੀਆ ਵਾਲੇ ਦੇਖਣ ਅੱਛਾ ਮੋਦੀ ਦੇ ਕਈ 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 ਫਨੀ ਕਲਿੱਪ ਹਨ ਮੋਦੀ ਦੀਆਂ ਇਹਨੀਆਂ ਨੇ ਸੋਹਣੀਆਂ ਪਈਆਂ ਨੇ ਨਾ YouTube ਤੇ ਇੱਕ ਨਾ تیر ਮਾਰਦਾ ਹੈ ਕਹਿੰਦੇ ਤੀਰ ਮਾਰ ਤੀਰ ਡੇਪਿੰਦਾ ਤੇ ਉਹਦੇ ਆਪਣੇ ਵੱਜਦਾ ਤੀਰ ਤੀਰ ਲਾ ਕੇ ਡੇਪਿੰਦਾ ਬਾਜ ਇਹ ਹੱਥ ਨਾਲ ਹੀ ਮਾਰ ਦਿੰਦਾ ਬਾਜ ਜੂ ਤੀ ਦੇਖਿਆ ਨਾ ਤੀਰ ਨਾ ਤੀਰ ਖਿੱਚਦਾ ਤੀਰ ਡੇਪਿੰਦਾ ਉਹ ਤੀਰ ਬਾਜ ਹੱਥ ਨਾਲ ਹੋਇਆ ਉਹ ਯਾਰ ਆਹੀ ਨਾ ਮੈਂ ਤੇ ਫਰੈਸ਼ ਹੀ ਨਹੀਂ ਨਾ ਆਹੀ ਬੜੇ ਦਿਨਾਂ ਦੀ ਸੋਚਣ ਡਿਆ ਕਿ ਵੀਡੀਓ ਇੱਕ ਬੰਦੇ ਤੇ ਵੀਡੀਓ ਬਣਾਈਏ ਤਾਂ ਪਤਾ ਨਹੀਂ ਸਾਡਾ ਟਾਈਮ ਨਹੀਂ ਲੱਗਣ ਡਿਆ ਅਰੇ ਚੀ ਉਹ ਹੀ ਬੰਦਾ ਕਰੀ ਐ ਐਕਸਪੋਸਰ ਜੇ ਕਿਹੜਾ 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 ਜਿਹਦੀ ਪੱਗ ਲਾ ਕੇ ਵੇਖੀ ਤੇ ਲੋ ਗੰਗਾ ਲੱਭਣਾ ਕੀ 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 ਇਹ ਸਮਝ ਨਹੀਂ ਜਿਹਦੀ ਪੱਗ ਲਾ ਕੇ ਵੇਖੀ ਤੇ ਲੋ ਜਿਹਦੀ ਪੱਗ ਲਾ ਕੇ ਵੇਖੀ ਤੇ ਲੋ ਗੰਗਾ ਲੱਭਣਾ ਝੜਮਲ ਧੜਵਲ ਅ ਜਣਮਾਲ ਉਹ ਭਰਾਵਾ ਝੜਮਲ ਦੀ ਗੱਲ ਸੁਣ ਲੋ ਅਰੇ ਜੋ ਸੱਚੀ ਝੜਮਲ ਦੀ ਵੀਡੀਓ ਹਾਂ ਮੈਂ ਨਾ ਮੈਂ ਤੁਹਾਨੂੰ ਫੇਸਬੁਕ ਤੇ ਲਿੰਕ ਭੇਜਿਆ ਸੀ ਨਾ ਇੱਕ ਉਹੀ ਚੀਜ਼ ਦੀ ਪ੍ਰੋਮੋਸ਼ਨ ਜਣਮਾਲ ਨੇ ਕੀਤੀ ਐ ਤੈਨੂੰ ਕਨਫਰਮ ਐ ਹਾਂ ਨੀ ਨੀ ਮੇਰੀ ਗੱਲ ਸੁਣੋ ਉਹੀ ਚੀਜ਼ ਦੀ ਪ੍ਰੋਮੋਸ਼ਨ ਜਾਨਵਾਲ ਨੇ ਕੀਤੀ ਆ ਤੇ ਉਹੀ ਚੀਜ਼ ਤੇ ਜਾ ਕੇ ਜਿਹੜੀ ਬੰਦਰੀ ਵੀਡੀਓ ਹੈ ਇੱਕ ਬੰਦਰੀ ਵੀਡੀਓ ਨਾਲ ਲਾ ਦਿਓ ਲੋਕਾਂ ਨੂੰ ਪਤਾ ਲੱਗ ਜਾ ਕਿਹੜੀ ਵੀਡੀਓ ਹੈ ਹਨਾ ਉਹ ਜਾਨਵਾਲ ਵਾਲਾ ਪੂਰਾ ਸਟਾਈਲ ਹੈ ਬੰਦਾ ਸ਼ਕਲ ਵੀ ਜਾਨਵਾਲ ਹੱਥ ਤੇ ਐਪਲ ਦੀ ਘੜੀ ਜਿਹੜੀ ਦਿਖਾਉਣਾ ਰੋ ਵੀ ਜਾਨਵਾਲ ਤੇ ਇੱਕ ਉਹਦਾ ਸਟਾਈਲ ਬੜਾ ਐ ਕਰਨ ਦਾ ਐ ਕਰਨ ਦਾ ਜਾਨਵਾਲ ਦਾ ਐ ਗੁੱਟੇ ਜਿਹਾ ਕਰਦਾ ਹੁੰਦਾ ਉਹ ਵੀ ਸਟਾਈਲ ਤੋਂ ਪਤਾ ਲੱਗਦਾ ਉਹ ਜਾਨਵਾਲੀ ਹੈ ਤੇ ਉਹ ਭਾਜੀ ਨੇ ਵਿਗਲਵਾਈ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਾਜੀ ਨੂੰ ਵਿਗਲ ਆਉਂਦੀ ਲੋੜ ਕੀ ਪੈ ਗਈ ਘਰੇ ਦਾ ਪਰਣਾ ਬਣਾਣਾ ਹੁੰਦਾ ਭਾਜੀ ਨੇ ਹਨਾ ਬੰਦੇ ਪਰਣਾ ਹਾਂਜੀ ਭਾਜੀ ਇੱਕ ਦੁਕਾਨ ਜਿੱਥੇ ਵਿੱਗਾ ਲਗਦੀਆਂ ਨੇ ਉੱਥੇ ਜਣਮਾਲ ਗਿਆ ਵਿੱਗ ਲਵਾਣ ਤੇ ਮਾਸਕ ਲਾਇਆ ਜਣਮਾਲ ਨੇ ਕਿ ਮੇਰੀ ਪਛਾਣ ਨਾ ਵੇ ਪਰ ਪਤਾ ਲੱਗ ਜਾਂਦਾ ਉਹਦੀ ਹਰਕਤਾਂ ਤੂੰ ਉਹਦੇ ਉਹਦੀ ਬੋਡੀ ਲੈਂਗੁਏਜ ਪਤਾ ਨਾ ਉਹਦੇ ਹੱਥ ਪੈਰ ਵੀ ਤੇਡੇ ਜਿਹੇ ਨੇ ਲੱਤਾ ਟਿੱਡੇ ਜਿਹੇ ਘੜਮਾਲਦੀਆਂ ਇੱਕ ਤੇ ਆ ਜਿਹੜੇ ਗੂਠੇ ਬੰਦੇ ਨੇ ਪਤਾ ਇਹ ਵੀਡੀਓ ਆਪਣੇ ਕੋਲ ਦੇਖ ਸ਼ਾਮ ਪਾ ਕੇ ਰੱਖਦਾ ਇਹ ਵੀਡੀਓ ਆਪਣੇ ਕੋਲ ਮਹੀਨੇ ਪਹਿਲਾਂ ਆਈ ਸੀ ਭਾਜੀ ਦੋਵਾਂ ਕੋਲ ਜਣਮਾਲ ਦੀ ਤਾਂ ਆਪਾਂ ਉਹ ਤੋਂ ਗੱਲ ਨਹੀਂ ਕੀਤੀ ਕਿ ਸ਼ਾਇਦ ਹੋ ਸਕਦਾ ਕੋਈ ਹੋਰ ਹੋਵੇ ਪਰ ਉਤ ਤੋਂ ਬਾਅਦ ਅਪੜ ਦੋ ਤਿੰਨ ਨਾਮਾਲਾ ਬੜਾ ਕੁਛ ਪਿਆ ਯਾਰ ਸਾਡੇ ਕੋਲ ਵਲੋਗਰਾਂ ਦਾ ਪਰਸਨਲ ਇੰਨਾ ਕੁਛ ਪਿਆਣਾ ਕੱਲ ਇੱਕ ਖਜ਼ਾਨਾ ਲੱਗਾ ਹੱਥ ਫਰੈਸ਼ੀ ਆਏ ਹੋਏ ਉਹ ਬਾਤ ਕਰਦੇ ਮਤਲਬ ਜਾਣਵਲ ਦੀ ਗੱਲ ਕਰ ਲਈਏ ਮੈਂ ਕਿਹਾ ਨਾ ਜਾਣਵਲ ਤੇ ਆਪਾਂ ਵੀਡੀਓ ਆਪਾਂ ਸੋਚਿਆ ਯਾਰ ਇਹ ਗੱਲ ਕਰੀਏ ਕਿ ਨਾ ਕਰੀਏ ਸੰਤ ਕੀ ਪਤਾ ਨਕਲੀ ਹੋਵੇ ਸਾਡੇ ਉਲਟੀ ਨੇ ਪਾਜੀ ਫਿਰ ਕੱਲ ਪਰਸਪਰ ਮੈਂ ਲਾਈਵ ਦੇਖਿਆ ਜਾਣਮਾਲ ਦਾ ਉਹੀ ਚੀਜ਼ ਦੀ ਪ੍ਰਮੋਸ਼ਨ ਕਰ ਰਿਹਾ ਕਹਿੰਦਾ ਦੇਖੋ ਜੀ ਇੱਥੇ ਵਿਗਾਂ ਲੱਗਦੀਆਂ ਨੇ ਆਹ ਸ਼ਾਪ ਹੈ ਇੱਥੇ ਵਿਗਾਂ ਲੱਗਦੀਆਂ ਨੇ ਦੇਖੋ ਤੇ ਇਹ ਇਦਾਂ ਦਾ ਕੋਈ ਕੋਇਨਸੀਡੈਂਸ ਤਾਂ ਭਈ ਹੋ ਨਹੀਂ ਸਕਦਾ ਕਿ ਜਿਹੜਾ ਬੰਦਾ ਇੱਥੇ ਜਾਂਦਾ ਵਧੀ ਸ਼ਕਲ ਜਾਣਮਾਲ ਵਰਗੀ ਲੱਗਦੀ ਹੋਵੇ ਤੇ ਆਪ ਵੀ ਇੱਥੇ ਪ੍ਰਮੋਸ਼ਨ ਕਰਨ ਜਾਂਦਾ ਹੋਵੇ ਤੇ ਇਹਦੇ ਏਰੀਆ 'ਚ ਹੀ ਹੈ ਸ਼ਾਪ ਰੂਪਰੇਗਰ 'ਚ ਔੜੀ ਜਿਹੇ ਜਾਂਦਾ ਹੈ ਤੇ ਉਹ ਜਾਣਮਾਲ ਹੀ ਹੈ ਵੈਰੀਫਾਈਡ ਹੈ ਹੀ ਹੈ ਵੈਰੀਫਾਈਡ ਹੈ ਹੀ ਹੈ ਮੈਂ ਕਹਿੰਦਾ ਲਿਖ ਕੇ ਤਮਨ ਸ਼ਰਤ ਲਾ ਲੈਂਦੇ ਇੱਕ ਜਾਣਵਾਲ ਕਹਿ ਕੇ ਵਾਚੋ ਇੱਕ ਵਲੌਗ ਹੈ ਇਦਾਂ ਪਰਨਾ ਬੰਦੇ ਦਾ ਦਿਖਾ ਦੇ ਤਲੈ ਥੱਲੇ ਨਿਕਲੋਣਾ ਹੈ ਤਾਂ ਭਾਬੀ ਇਹ ਗੰਜਾ ਗੰਜਾ ਕੌਣ ਭਾਬੀ ਦੀ ਵੱਜਗਾ ਥੱਲੇ ਨਿਕਲੋਣਾ ਜਾਣ ਵਾਲ ਨਹੀਂ ਮਤਲਬ ਕਿ ਇਹ ਇਹ ਵਲੋਗਾਂ ਚ ਕਹਿੰਦਾ ਨੇ ਇਹ ਰੀਅਲ ਲਾਈਫ ਦਿਖਾਈਦੀ ਤੇ ਹੁਣ ਕਿੱਥੇ ਰੀਅਲ ਲਾਈਫ ਐਡਾ ਐਡਾ ਭਾਜੀ ਐਡਾ ਦਸਤਰ ਮਤਸਾ ਐਡਾ ਜਿਦੋਂ ਕਹਿੰਦਾ ਨਫੂਗਰੀ ਦਾ ਟੱਪੀ ਜਿਕ ਕਿ ਸ਼ੋਅ ਕਰਨਾ ਹੈ ਜੀ ਤੁਹਾਨੂੰ ਮੈਂ ਕੈਨੇਡਾ ਤੋਂ ਆਇਆ ਤੇ ਆਪਣੇ ਗਿਆ ਸੀ ਜੂਪੀ ਤੇ ਉੱਥੇ ਨਾ ਦੱਸ ਆਪਾਂ ਨੂੰ ਭਾਈ ਮੈਨੂੰ ਰਿੰਦਨੂ ਮੈਨ ਲਾਦਾ ਲਾਸਟ ਟਾਈਮ ਮੀਡੀਆ 4 ਸਾਲ ਪਹਿਲਾਂ ਗਿਆ ਹੋਣਾ ਤੇ ਆਪਾਂ ਨੂੰ ਜਾ ਕੇ ਪਤਾ ਲੱਗ ਜੂ ਗੱਡੀ ਦਾ ਸਟੀering ਕਿਹੜੇ ਪਾਸੇ ਹੈ ਠੀਕ ਹੈ ਤੇ ਇਹ ਰਿਹਾ 6 ਮਹੀਨੇ ਨੂੰ ਲੱਦਾ ਨਾ ਤੇ ਉੱਥੇ ਜਾਣ ਵੇ ਇੱਕ ਵੀਡੀਓ ਬਣਾਉਣਾ ਲੱਗਾ। ਓਹ ਹੋ ਹੋ ਮੈਂ ਡਰਾਈਵਰ ਸੈਟ ਵੜ ਗਿਆ ਉੱਥੇ ਹੱਥ ਤੇ ਪੈ ਗਈ ਨਾ ਮੈਨੂੰ ਕਿੱਡੀ ਜਿਹੀ ਦਰਵਾਨ ਦੀ ਮੈਂ ਪਰਲੇ ਪਾਸੇ ਕਿੰਨਾ ਪਰਲੇ ਪਾਸੇ ਬਹਿਣਾ ਸੀਗਾ। ਜਾਣ ਵੇ ਕਿ ਆਪਣੇ ਨੂੰ ਦੱਸ ਦਵਾਂ ਰਿਸ਼ਤੇਦਾਰਾਂ ਨੂੰ ਮੈਂ ਕ੍ਰੈਡਰ ਲੈ ਗਿਆ। ਯਾਰ ਇਹ ওভার ਐਕਟਿੰਗ ਕਰ ਛੇੜਦਾ ਨਾ। ਹੂੰ ਬੜੀ ਤੇ ਅੱਛਾ ਚੋੜ-ਚੋੜ ਚ ਨਾ ਆਪਣੀ ਕੈਵਰੀ ਪੜਵਾ ਕੇ ਬਈ ਚੋੜ ਬੋ ਕਰ ਪਤਾ ਪਿੱਛੇ ਜੇ ਕਹਿੰਦਾ ਪਹਿਲੇ ਮੈਂ ਫੋਨ ਕਹਿੰਦਾ ਫੋਨ ਇਦਾਂ ਲੈ ਕੇ ਜਾਇਆ ਕਰੋ ਜਦੋਂ ਬਾਹਰ ਜਾਂਦੇ ਨਾ ਫੋਨ ਇਦਾਂ ਫਰਾਂਜੀ ਗੱਲ ਸੁਣਾ ਜਿਹੜੀ ਇਮੀਗ੍ਰੇਸ਼ਨ ਵਾਲੀ ਮੈਨੂੰ ਹੁਣ ਸੁਣਾਣੀ ਮੈਨੂੰ ਬੁਖਾਰ ਮੈਨੂੰ ਸੁਣਾਣੀ ਨੇ ਆਂਦੇ ਵਿੱਚ ਇਮੀਗ੍ਰੇਸ਼ਨ ਗੱਲ ਇਮੀਗ੍ਰੇਸ਼ਨ ਜੇ ਇਮੀਗ੍ਰੇਸ਼ਨ ਤੋਂ ਕੈਨੇਡਾ ਤੋਂ ਫੋਨ ਲੈ ਕੇ ਜਾਂਦਾ ਹਾਂ ਹਾਂ ਇਮੀਗ੍ਰੇਸ਼ਨ ਜਾਂ ਦੋ ਫੋਨ ਲੈ ਕੇ ਆਇਆ ਤੇ ਚਲੋ ਮੁੰਡੇ ਲੈ ਜਾਂਦੇ ਨੇ ਸਾਰੇ ਲੈ ਜਾਂਦੇ ਨੇ ਯਾਰ ਯਾਰ ਦੋਸਤਾਂ ਦੇ ਫੋਨ ਫੜ ਕੇ ਲੈ ਜਾਂਦੇ ਨੇ ਅਗਲੇ ਦਿਨ ਵੀਡੀਓ ਭਰੋਣ ਡਿਆ ਕਿਤੇ ਦਲ ਘਾ ਕੇ ਲੈ ਆ ਕਰੋ ਇੱਕ ਇੱਕ ਫੋਨ ਆਪਣੀ ਘਰ ਵਾਲੀ ਨੂੰ ਫੜਾ ਦਿਆ ਕਰੋ ਇੱਕ ਆ ਫੜ ਲਿਆ ਕਰੋ ਇਦਾਂ ਲਗਾ ਕੇ ਤਿੰਨ ਚਾਰ ਲੈ ਆਇਆ ਕਰੋ ਤੇ ਹਨਾ ਇਮੀਗ੍ਰੇਸ਼ਨ ਆਣੇ ਪਤਾ ਨਹੀਂ ਲੱਗਦਾ ਤੇ ਆਪਾਂ ਚੱਕ ਕੇ ਟਵੀਟ ਪਾਤਾ ਕਿ ਯਾਰ ਆ ਦੇਖੋ ਆ ਗਲਤ ਗੱ ਤੇ ਮੈਂ ਪਾਤਾ ਤੁਸੀਂ ਪਾਤਾ ਸਾਬੀ ਭਾਈ ਨੇ ਪਾਤਾ ਸਾਬੀ ਭਾਈ ਤਾਂ ਬੜਾ ਜਲਦਾਇਓ ਸਾਬੀ ਭਾਈ ਤੋਂ ਬਹੁਤ ਲੱਗਦਾ ਠੀਕ ਹੈ ਤੇ ਅਗਲੇ ਦਿਨ ਵੀਡੀਓ ਚ ਆ ਗਏ ਯਾਰ ਉਹ ਮੈਂ ਫੋਨ ਪਾਤਾ ਲੋਕਾਂ ਦੇ ਟਵੀਟ ਪਾਤੇ ਮੇਰੇ ਬਾਰੇ ਤੇ ਉਹ ਫੋਨ ਮੈਂ ਲੋਕਾਂ ਨੂੰ ਮੈਂ ਸਿਰਫ ਆਪਣੀ ਇਮੀਗ੍ਰੇਸ਼ਨ ਨੂੰ ਸਮਝਾ ਰਿਹਾ ਸੀ ਕਿ ਇਦਾਂ ਮੁੰਡੇ ਕਰਦੇ ਉਹਨਾਂ ਨੂੰ ਫੜ ਲਿਆ ਕਰੋ ਨਾਲ ਹੀ ਮੁਕਰ ਜਾਂਦਾ ਪਿੱਛੇ ਕੀ ਪਤਾ ਨਹੀਂ ਕੀ ਕੋਰੋਨਾ ਦੇ ਨੇ ਸਟੇਟਮੈਂਟ ਦਿੱਤੀ ਤੇ ਪਤਾ ਪੁਲਿਸ ਅਧਿਕਾਰ ਆ ਗਈ ਚੱਕ ਕੇ ਲੈ ਗਈ ਦੋ ਦਿਨ ਜੇਲ੍ਹ ਚ ਰਿਆ ਰਤੀਏ ਦੋ ਜਾਂ ਦੋ ਰੋਲ ਤੇ ਜੇਲ੍ਹ ਰਿਆ ਏਡਾ ਆਪ ਦੇਖੋ ਭਾਈ ਬੰਦਾ ਜੇਲ੍ਹ ਚ ਰਿਹਾ ਹੈ ਵਿਚਾਰਾ ਭੋਲਾ ਯਾਰ ਭੋਲਾ ਬੰਦਾ ਜੇਲ੍ਹ ਚ ਰਿਹਾ ਹੈ ਭੋਲਾ ਯਾਰ ਜੇਲ੍ਹ ਚ ਰਿਹਾ ਤੇ ਭੋਲਾ ਪਤਾ ਨਹੀਂ ਲੱਗਦਾ ਮੈਂ ਕਿ ਜੇਲ੍ਹ ਚ ਰਿਹਾ ਤੇ ਉਹ ਜਦੋਂ ਅਗਲੇ ਦਿਨ ਆਇਆ ਵਾਪਸ ਨਾ ਦੋ ਦਿਨ ਰਹਿ ਕੇ ਅਗਲੇ ਦਿਨ ਵੀਡੀਓ ਬਣਾ ਰਿਹਾ ਹੈ ਆਓ ਜੀ ਅੱਜ ਮੈਂ ਤੁਹਾਨੂੰ ਦਿਖਾਉਂਗਾ ਜੀ ਕਿੱਦਾਂ ਮੈਨੂੰ ਪਲਸ ਫੜ ਕੇ ਲੱਗੀ ਆਹ ਦੇਖੋ ਜੀ ਮੇਰੇ ਸੀਸੀਟੀਵੀ ਲੱਗਾ ਹੈ ਆਹ ਦੇਖੋ ਇਧਰ ਪਲਸ ਆ ਗਈ ਹੈ ਆ ਇਹਨਾਂ ਨੇ ਮੈਨੂੰ ਫੜ ਲਿਆ ਇਹਨਾਂ ਨੇ ਮੈਨੂੰ ਜੀਬ ਚ ਬਿਠਾ ਲਿਆ ਪੂਰੀ ਜਾਣਕਾਰੀ ਦੇ ਰਿਹਾ ਬੜੀ ਕਿ ਮੈਨੂੰ ਕਿੱਦਾਂ ਫੜ ਕੇ ਲੱਗੀ ਉਹਨੇ ਸਟੇਟਮੈਂਟ ਤਾਂ ਉਹ ਮਦਾ ਇਹਨੂੰ ਕੁਕਿੰਗ ਆਕੀਂ ਦਾ ਸ਼ੌਂਕ ਆ ਬਹੁਤ ਜ਼ਿਆਦਾ ਹਨ ਤੇ ਕੋਈ ਡਰਿੰਕ ਡਰੰਕਾਂ ਜੀ ਬਣਾਉਂਦਾ ਰਹਿੰਦਾ ਘਰੇ ਤੇ ਇਹਨੇ ਕੋਈ ਬਣਾ ਲਈ ਐ ਉਹ ਜੀ ਚੀਜ਼ ਜਿਹੜੀ ਉਦਾਂ ਗਲੇ ਲਈ ਬਹੁਤ ਵਧੀਆ ਹੋਊਗੀ ਨਾ ਗਲਾ ਸਾਫ਼ ਕਰਦੀ ਐ ਜਾਂ ਛਾਤੀ ਸਾਫ਼ ਕਰਦੀ ਐ ਤੇ ਇਹ ਕਹਿੰਦਾ ਆ ਦੇਖੋ ਜੀ ਇਹਨਾਂ ਕੋਰੋਨਾ ਨਹੀਂ ਹੁੰਦਾ ਠੀਕ ਆ ਆ ਪਿਆਗਰ ਬਣਾਗੇ ਤੇ ਉਦੋਂ ਪੰਜਾਬ ਸਰਕਾਰ ਦਾ ਆਰਡਰ ਸੀਗਾ ਕਿ ਜਿਹੜਾ ਇਹਨਾਂ ਨਕਲੀ ਜੀ ਦਵਾਈਆਂ ਬਣਾ ਕੇ ਵਿੱਚ ਉਹਨੂੰ ਫੜ ਕੇ ਪਾਓ ਅੰਦਰ ਜਿਹਦਾ ਨਿਊਟਰੀ ਸ਼ਟਰ ਵਾਲਾ ਡੱਕਿਆ ਸੀਗਾ ਤੇ ਉਹੀ ਸੀਨ ਜੇ ਚੱਕਿਆ ਗਿਆ ਇਹ ਸੀ ਜਿੱਦਾਂ ਕਹਿੰਗਾ ਬਾਅਦ ਚ ਪੋਸਟ ਨੂੰ ਡਿਲੀਟ ਕਰਦੇ ਆਂ ਕਹਿੰਦਾ ਯਾਰ ਮੈਂ ਤਾਂ ਕੁਛ ਕੀਤਾ ਨਹੀਂ ਸੀਗਾ ਤੇ ਮੈਂ ਤਾਂ ਬਸ ਕਿਸੇ ਦੀ ਪੋਸਟ ਸ਼ੇਅਰ ਕੀਤੀ ਸੀ ਪਰ ਇਹਨੇ ਪੂਰੀ ਵੀਡੀਓ ਬਣਾਈ ਸੀ ਮੈਨੂੰ ਪਤਾ ਉਦੋਂ ਕਰੋਨਾ ਟਾਈਮ ਮੈਂ ਦੇਖੀ ਨਹੀਂ ਮੈਂ ਦੇਖੀ ਸੀ ਵੀਡੀਓ ਜੀ ਵੈਸੇ ਪਰ ਹੁਣ ਹੋਣੀ ਨਹੀਂ ਨਾ ਤੇ ਸਰਪਸ ਡਿਲੀਟ ਮਾਰ ਦਿਆ ਨੇ ਪੂਰੀ ਵੀਡੀਓ ਪ੍ਰੋਪਰ ਬਣਾਈ ਸੀ ਡਰਿੰਕ ਬਣਾਉਂਦੀ ਸਰ ਇਨਸਟ੍ਰਕਸ਼ਨ ਕਿੱਦਾਂ ਬਣਾਈ ਜਾਵੇ ਨਹੀਂ ਆ ਨੇ ਤੱਕਦੇ ਵੈਸੇ ਸ਼ਿਕੁ ਦੇ ਇਨਫਲੂਐਂਸਰ ਸਾਰੀਆਂ ਚੀਜ਼ਾਂ ਨੂੰ ਉਲਟ ਕਰਦੇ ਨੇ ਸਾਰੀਆਂ ਚੀਜ਼ਾਂ ਮਤਲਬ ਕਿ ਗੱਡੀ ਚਲਾਉਂਦੇ ਚਲਾਉਂਦੇ ਨਾ ਫੋਨ ਤੇ ਵਲੋਗ ਬਣਾਉਂਦੇ ਹੁੰਦੇ ਨੇ ਤੇ ਕੀ ਜੰਦਰ ਤੁਸੀਂ ਸਿਖਾਓਗੇ ਵੀ ਬੈਲਟ ਵੀ ਲੰਦਾ ਖਤਰਨਾਕ ਹੀ ਏ ਇੱਕ ਪਾਸੇ ਲੰਦਾ ਮੈਂ ਤਾਂ ਇਹ ਕਹਿੰਦਾ ਯਾਰ ਪਛੇ ਜੇ ਨਾ ਇੱਕ ਕਰਨ ਔਜਲਾ ਪਹਿਲੀ ਵਾਰ ਪਾਜੀ ਗਿਆ ਸੀ ਨਾ ਆਪਣੇ ਇੰਡੀਆ ਕਰਨ ਔਜਲਾ ਉਹਨੇ ਨਾ ਕਰੇ ਗੱਡੀ ਚੋਂ ਬਾਹਰ ਨਿਕਲ ਕੇ ਨਾ ਸਟੋਰੀਆਂ ਪਾਤੀਆਂ ਸੀ ਤਿੰਨ ਚਾਰ ਕਿਦਾਂ ਕਰਕੇ ਨਾ ਸ਼ਿਫਤਨ ਰੋਫ ਚ ਨਿਕਲੇ ਗੱਡੀ ਚੱਲਦੀ ਜਲਦੀ ਜ ਤੇ ਉਹਨੂੰ ਅਗਲੇ ਦਿਨ ਬੁਲਾ ਲਿਆ ਥਾਣੇ ਉਹਨਾਂ ਨੇ ਉਹਨੂੰ ਪਰਚੇ ਪਰਚੇ ਕੱਟਦੇ ਉਹਦੇ ਚੱਕ ਕੇ ਕਿ ਤੂੰ ਐਦਾਂ ਕਰਦਾ ਤੇ ਮੈਂ ਦੇਖਦਾ ਕਿ ਯਾਰ ਇਹ ਸਾਰਾ ਦਿਨ ਵਲੌਗ ਬਣਾਉਂਦੇ ਨੇ ਕਦੇ ਆਪਾਂ ਇੱਧਰ ਚੱਲ ਗਏ ਫੋਨ ਹੱਥ ਫੜਿਆ ਕਿਉਂਕਿ ਇਹ ਵੀ ਲੋਣੀ ਹੈਗਾ ਫੋਨ ਫੜ ਕੇ ਚਲਾਉਣਾ ਤੇ ਇਹਨਾਂ ਨੂੰ ਨਹੀਂ ਕੁਝ ਕਹਿੰਦੇ ਇਹਨਾਂ ਤੇ ਨਹੀਂ ਪਰਚੇ ਕੱਟਦੇ ਨਾ ਬੈਲਟ ਲਾਉਣਗੇ ਆਹੋ ਹੋਣਾ ਚਾਹੀਦਾ ਯਾਰ ਨਹੀਂ ਪਰ ਮੈਨੂੰ ਲੱਗਦਾ ਚਲੋ ਇੱਕ ਸੀਨ ਲੋਕਾਂ ਨੂੰ ਖੋਦੀ ਚਾਹੀਦਾ ਨਾ ਕਿ ਜਦੋਂ ਇਹੋ ਜਿਹੀ ਚੀਜ਼ ਦੇਖਣ ਤੇ ਖੋਦ ਰਿਪੋਰਟ ਕਰ ਦੇਣ ਆਪੇ ਫਿਰ ਸੁਧਰਣਗੇ ਨਾਲ ਦੇਖ ਕੇ ਬڑے ਬੰਦੇ ਨੇ ਹਜੇ ਪੰਜਾਬ 'ਚ ਉਹ ਸੀਡ ਵੈਲਟ ਨਹੀਂ ਲਾਉਂਦੇ ਮਤਲਬ ਕਿ ਚਲੋ ਪਰਸਨਲ ਚ ਨਾ ਲਾਓ ਕੋਈ ਚੱਕਰ ਨਹੀਂ ਪਰ ਜਦੋਂ ਤੁਸੀਂ ਵਲੌਗ ਬਣਾ ਰਹੇ ਹੋ ਤੁਹਾਡੇ ਸਾਰ ਨੂੰ ਲੋਕਾਂ ਸਾਹਮਣੇ ਆਉਣੀ ਹੈ ਗੱਲ ਕਿ ਬੰਦਾ ਵੀਡੀਓ ਬਣਾ ਰਿਹਾ ਹੈ ਕਈ ਤਾਂ ਇਦਾਂ ਦੇ ਵੀ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਨੇ ਮਤਲਬ ਨਾਕਾ ਲੱਗਾ ਇੱਥੋਂ ਇਦਾਂ ਭਜਾ ਕੇ ਨਿਕਲ ਜਾਣੀ ਹੈ ਗੱਡੀ ਸਪੈਸ਼ਲ ਸ਼ਰਿਆਂ ਵਿੱਚ ਦੱਸਦੇ ਹੁੰਦੇ ਨੇ ਇਹਨਾਂ ਕੀ ਸ਼ੇਵੀ ਜਾਂਦੀ ਵਾਰ ਆਪਣੀ ਇੱਥੋਂ ਇਦਾਂ ਭਜਾ ਕੇ ਨਿਕਲ ਜਾਣੀ ਹੈ ਵੇਖ ਲੈ ਜਦਾਂ ਉਹ ਸੀਗਾ ਕੱਲ ਪਰਸੋ ਸੁਨਿਆ ਕਟਿਆਲ ਮੈਸ਼ਰ ਰਾਸਟੋਰੀ ਦੀ ਗੱਲ ਕੀਤੀ ਸੀਗੀ ਉਹ ਟੋਲ ਪਲਾਜੇ ਤੇ ਗਈ ਉੱਥੇ ਉਹ ਕਹਿੰਦਾ ਨੂੰ ਸਕੀਮ ਦਦਾਂ ਟੋਲ ਪਲਾਜ ਆਪਾਂ ਕਿੱਦਾਂ ਫਰੀਚ ਨਿਕਲ ਸਕਦੇ ਆ ਉਹ ਕਹਿੰਦੀ ਗੱਡੀ ਨਾਲ ਜੋੜ ਕੇ ਰੱਖੋ ਦੂਜੀ ਗੱਡੀ ਦੇ ਨਾਲ ਜਦੋਂ ਇੱਕ ਖੁੱਲਦੀ ਹੈ ਨਾ ਦੂਜੀ ਨਾਲ ਪਿਛੇ ਨਾਲ ਦੀ ਨਾਲ ਭਜਾ ਲਿਓ ਉਹ ਵੀਡੀਓ ਜਿਹਾ ਆ ਰਹੀ ਚੀਜ਼ ਨਾ ਜੀ ਦੱਸਦੀ ਆ ਉਹ ਮੈਂ ਮੈਂ ਰੋਸਟ ਵੀ ਕੀਤਾ ਉਹਨੂੰ ਕੱਲ੍ਹ ਵਰਸ ਤੋਂ ਮੈਂ ਕਹਾਂ ਕਿ ਅੱਜ ਕੱਟ ਨਹੀਂ ਤਾਂ ਮੈਂ ਟਵੀਟ ਕਰਨਾ ਕਿ ਤੂੰ ਆ ਕੀ ਕਰਦੀ ਫਰਦੀ ਇੱਕ ਵਾਰੀ ਨਹੀਂ ਦੋ ਵਾਰੀ ਉਹ ਦੋ ਟੋਲ ਪਲਾਜਾਂ ਦੇ ਤਾਂ ਨਿਕਲੀ ਤੇ ਨਾਲੇ ਲੋਕਾਂ ਨੂੰ ਦੱਸ ਰਹੀ ਸੀ ਕਿ ਇਦਾਂ ਨਾਲ ਗੱਡੀ ਜੋੜੋ ਤੇ ਨਾਲ ਦੀ ਨਾਲ ਕੱਢ ਲਓ ਉਹ ਨਹੀਂ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸਰਕਾਰਾਂ ਦੇ ਖਿਲਾਫ ਹੁੰਦੀ ਐ ਮਲਕੀ ਸਰਕਾਰਾਂ ਦੇ ਨਹੀਂ ਸਰਕਾਰਾਂ ਦੇ ਬਿਲਕੁਲ ਖਿਲਾਫ ਹੁੰਦੀਆਂ ਹੁੰਦੀਆਂ ਪਰ ਇਹ ਹੁੰਦੇ ਨੇ ਮਲਕੀ ਹੁਣ ਇਹ ਬਾਹਰ ਮੁਲਕ ਕਿਉਂ ਤਰੱਕੀ ਕਰ ਗਏ ਨੇ ਗੁੱਡ ਗਵਰਨੈਂਸ ਕਰਕੇ ਕਿ ਇੱਕ ਦੇਸ਼ ਦਾ ਨਾਗਰਿਕ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਜਿੱਦਾਂ ਉਹ ਨਹੀਂ ਪਿੱਛੇ ਖੂਹ ਵਾਲਾ ਖੂਹ ਵਾਲਾ ਕਹਿੰਦਾ ਸੀ ਪਿੱਛੇ ਜੇ ਕਹਿੰਦਾ ਉਹ ਗੱਡੀ ਮੈਂ ਫ੍ਰੈਸ਼ ਸੋਰੀ 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 ਫ੍ਰੈਸ਼ੀ ਸੋਰੀ ਸੋਰੀ ਗੱਲ ਮੈਨੂੰ ਕਾਲੀ ਆ ਗਈ ਖੂਹ ਵਾਲੇ ਤੇ ਤੂੰ ਰਵੀ ਤੇ ਮੈਂ ਕਹਿ ਲਗਾ ਹੀ ਪੇ ਮੈਂ ਲੋਕ ਆਪਣੇ ਇਸੇ ਮਾਨਸਿਕਤਾ ਵੇਖਦਾ ਨਾ ਲੋਕਾਂ ਦੀ ਨਾ ਗੋਰੇ ਲੋਕਾਂ ਦੀ ਮਾਨਸਿਕਤਾ ਵੇਖਦਾ ਨਾ ਪੇ ਦੇਸ਼ ਕਿਉਂ ਸਾਫ ਨਹੀਂ ਇਹ ਇਸ ਕਰਕੇ ਨਹੀਂ ਸਾਫ ਕਿਉਂ ਡਰਦੇ ਨੇ ਹੁਣ ਇਟਲੀ ਦੇ ਵਿੱਚ ਵੀ ਮੈਂ ਵੇਖਦਾ ਇੱਥੇ ਕੋਈ ਲੋ ਨਹੀਂ ਹੈ ਕਿ ਤੁਸੀਂ ਖਾ ਕੇ ਬਾਹਰ ਸੱਟਿਆ ਤੇ ਕਹਿੰਦੇ ਨੇ ਫੋਨ ਲਾ ਦਰਾਂ ਤੇ ਤੁਹਾਨੂੰ ਪੁਲਿਸ ਨੇ ਲੈ ਜਾਣੇ ਇਦੋਂ ਦਾ ਕੋਈ ਨਹੀਂ ਹੈ ਪਾ ਖਾ ਕੇ ਬਾਹਰ ਸੜ ਦੋ ਬਿਲਕੁਲ ਬਿਲਕੁਲ ਕੋਈ ਨਹੀਂ ਕੋਈ ਨਹੀਂ ਫੋਨ ਫੜ ਲਾਂਦਾ ਕਿੰਨੀ ਵਾਰੀ ਖਾ ਕੇ ਬਾਹਰ ਸੱਟਿਆ ਜਦੋਂ ਹੁੰਦੇ ਸੀ ਟਾਰੋਨੀਸਲਾ ਨੂੰ ਕਰਦੇ ਨੇ ਇੱਥੇ ਇਟਾਲੀਅਨ ਮੁੰਡੇ ਵੀ ਕਰਦੇ ਨੇ ਵੀਰਾਂ ਸੱਟ ਦੇ ਨੇ ਬਾਹਰ ਸਾਰੇ ਕਰਦੇ ਨੇ ਪਰ ਕਿਉਂ ਸਾਫ ਨਹੀਂ ਮੁਲਖ ਕੋਕਰ ਇਹ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਨਹੀਂ ਯਾਰ ਇਹ ਇਹ ਸਾਡਾ ਘਰ ਹੈ ਸਾਰੇ ਮੁਲਕ ਨੂੰ بڑا ਘਰ ਸਮਝਦੇ ਨੇ ਬਿਲਕੁਲ 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 ਸਹੀ ਬਿਲਕੁਲ ਸਹੀ ਪੁਣ ਚੁਕਿਆ ਹੈ ਉਹ ਵੀ ਸਹੀ ਪੁਣ ਚੁਕਿਆ ਸਮਝ ਗਏ ਅਬ ਮਾਇਆਂ ਵਾਂ ਕਈ ਵਾਰੀ ਵੇਖੀਆਂ ਨੇ ਇੱਥੇ ਬੋਤਲਾਂ ਚੱਕ ਚੱਕਦੀ ਰਹਿੰਦੀ ਸੜਕ ਤੋਂ ਨਾ ਜਿਹੜੇ ਕੈਨ ਦੇ ਕੋਕ ਦੇ ਪਏ ਉਹਨੂੰ ਚੱਕ ਲੈਣਗੇ ਬੋਤਲਾਂ ਕੁਛ ਵੀ ਸੈਡ ਤਾਂ ਪਏ ਤੇ ਜੁਮੇਵਾਰੀਂ ਦੀ ਨਾ ਆ ਆ ਤੇ ਤੂੰ ਖੂਬ ਵਾਲੇ ਦੀ ਖੂਬ ਵਾਲੇ ਦੀ ਗੱਲ ਸੁਣਾ ਮੈਂ ਖੂਬ ਵਾਲੇ ਦੀ ਗੱਲ ਨਹੀਂ ਮੈਂ ਤਾਂ ਟੀ ਗੱਲ ਚ ਗੱਲ ਤੁਹਾਡੀ ਗੱਲ ਚ ਗੱਲ ਚ ਕੀ ਕੀ ਜਿੱਦਾਂ ਹੁਣ ਤੁਸੀਂ ਕਹੇ ਸੀ ਬਾਹਰ ਆਪਣੇ ਘੜਾ ਇੰਨੇ ਲੋਗ ਨੇ ਕਿ ਇੱਥੇ ਕਿੰਨੇ ਬੋਤਲ ਸੁੱਟਦੀ ਤੇ ਆਪਾਂ ਚੱਕ ਕੇ ਅੰਦਰ ਪਾ ਦੇਣਾ ਫੜ ਕੇ ਉਸ ਨੂੰ ਪੁਲਿਸ ਨੂੰ ਕਮਪਲੇਂਟ ਕਰਤੀ ਇਦਾਂ ਦਾ ਇੱਥੇ ਕੁਝ ਨਹੀਂ ਹੈਗਾ ਪਰ ਤੁਸੀਂ ਦੇਖਣਾ ਜਿਹੜਾ ਆਪਣੇ ਪੰਜਾਬੀ ਵੀ ਜਿਹੜੇ ਵੀ ਇੰਡੀਆ ਚੋਂ ਨਾ ਜਿਹੜੇ ਇੰਡੀਆ ਚੋਂ ਬਾਹਰ ਜਾਣੇ ਨੇ ਜਦੋਂ ਉਹ ਤੋਂ ਬੜੇ ਰੂਲ ਫੋਲੋ ਕਰਨਗੇ ਯਾਰ ਇੱਥੇ ਇਦਾਂ 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 ਤੇ ਸੇਮ ਇੰਡੀਆ ਜਾ ਕੇ ਉਲਟਾ ਸੇਮ ਉਹਦੋਂ ਕਿਉਂ ਦਾਣਾ ਤੇ ਖੋਦੀ ਨਹੀਂ ਕਰਨਾ ਚਾਹੁੰਦੇ ਇਦਾਂ ਹੁਣ ਸਾਡੇ ਵੀ ਇੱਥੇ ਭਾਈ 24 ਘੰਟੇ ਕੈਮਰਾ ਥੜੀ ਲੱਗੇ ਆ ਕਿ ਮੈਂ ਚੱਕ ਕੇ ਬੋਤਲ ਬਾਹਰ ਸੋੜਦਾ ਤੇ ਮੈਨੂੰ ਚੱਕ ਕੇ ਅੰਦਰ ਪਾ ਦੇਣਾ ਬਿਲਕੁਲ ਬਿਲਕੁਲ ਇਹ ਤਾਂ ਬਸ ਆਪਣੀ ਉਹ ਆ ਨਾ ਕਿ ਆਪਣੀ ਰਿਸਪਾਂਸਿਬਿਲਟੀ ਸਮਝੋ ਬੰਦਾ ਕਿ ਯਾਰ ਆ ਕਰਨਾ ਹੈ ਕਿ ਨਹੀਂ ਕਰਨਾ ਤੇ ਖੂਹ ਵਾਲੇ ਦੀ ਗੱਲ ਕਰਦਾ ਸੀ ਹਾਂ ਖੂਹ ਵਾਲਾ ਪਿੱਛੇ ਜਾ ਕੇ ਕਹਿੰਦਾ ਇਹ ਵਲੌਗ ਚ ਨਿਆਣੇ ਨੂੰ ਨੇ ਫੜਾਈ ਸੀ ਗੱਡੀ ਸ਼ਾਹ ਨੇ ਵਲੌਗ ਡਿਲੀਟ ਕਰਤਾ ਮੇਰੀ ਵੀਡੀਓ ਬਾ ਡਿਲੀਟ ਕਰਤਾ ਸੀ ਵਲੌਗ ਉਹਨੇ ਤੇ ਉਹਨੇ ਗੱਡੀ ਫੜਾਈ ਸੀ ਨਿਆਣੇ ਨੂੰ ਤੇ ਹੋਗਾ ਨਿਆਣਾ 8 ਸਾਲ ਦਾ 8 ਸਾਲ ਦੇ ਨੰਨੇ ਨੂੰ ਗੱਡੀ ਫੜਾਈ ਤੇ ਉਹ ਉਥੇ ਨਾ ਗੱਡੀ 'ਚ ਸਾਹਮਣੇ ਇੱਕ ਬਾਪੂ ਪੁੱਤਰ ਆ ਰਿਹਾ ਬਾਪੂ ਆ ਰਿਹਾ ਸਾਈਕਲ ਤੇ ਤੇ ਉਹਨੂੰ ਕਹਿੰਦਾ ਥੋੜੀ ਥੋੜੀ ਬਾਪੂ ਨਾ ਠੋਕਦੀ ਬਾਪੂ ਨਾ ਠੋਕਦੀ ਬਾਪੂ ਪੂਰਾ ਡਰਿਆ ਪਿਆ ਸਾਈਕਲ ਤੇ ਜਾ ਰਿਹਾ ਮਿੰਨੀ 'ਤੇ ਉੱਪਰ ਤੇ ਫਿਰ ਨਾਲੇ ਕਹਿੰਦਾ ਕਹਿੰਦਾ ਐਦਾਂ ਨਾ ਬਿਨਾਂ ਲਾਇਸੈਂਸ ਤੋਂ ਗੱਡੀ ਇਹ ਤੇ ਪੰਜਾਬ 'ਚ ਚਲਾ ਸਕਦੇ ਆ ਬਾਹਰ ਨਹੀਂ ਚਲਾ ਸਕਦੇ ਆ ਕਿ ਦੱਸ ਇਹ ਤੁਸੀਂ ਆਪ ਹੀ ਉਹਨੂੰ ਫਿਰ ਡਾਊਨਗ੍ਰੇਡ ਕਰੀ ਜਾਣਾ ਆਪਣੇ ਏਰੀਆ ਨੂੰ ਤੇ ਫਿਰ ਲੋਕੀ ਕੀ ਵਧੀਆ ਕਹਿਣਗੇ ਜੇ ਤੁਸੀਂ ਆਪ ਇਹਨੂੰ ਡਾਊਨਗ੍ਰੇਡ ਕਰੀ ਜਾਣਾ ਆਪਣੇ ਏਰੀਆ ਬਿਲਕੁਲ ਬਿਲਕੁਲ ਤੇ ਹੁਣ ਕਰੀਏ ਪ੍ਰੋਗਰਾਮ ਦਾ ਐਂਡ ਫਿਰ ਪ੍ਰੋਗਰਾਮ ਦਾ ਪ੍ਰੋਗਰਾਮ ਭਾਜੀ ਰਿਕਾਰਡਿੰਗ ਮੈਨੂੰ ਲੱਗਦਾ ਆਪਣੀ 57 ਮਿੰਟ ਦੀ ਹੋ ਗਈ ਆ ਜਿਹੜੀ ਹਜੇ ਬਾਅਦ ਚ ਐਡਿਟ ਕਰਕੇ ਘਟਨੀ ਜਾਨੀ ਆ ਤੇ ਕੋਈ ਹਿੱਕਤ ਦੀ ਗੱਲ ਰਹੀ ਕਿ ਬਸ ਹੋ ਗਈਆਂ ਸਾਰੀਆਂ ਮੁੱਕ ਗਈਆਂ ਸਾਰੀ ਗੱਲਾਂ ਡੈਰੀ ਆ ਆਰਟੀਮ ਡੈਰੀ ਕੱਢੋ ਨਾ ਬੜੀ ਮਾਸਾ ਮੀਨੇ ਪਈਏ ਆਰਤੀ ਨੂੰ ਕਹਦੇ ਜਸਨੀਤ ਬਾਹਰ ਆ ਗਈ ਜਸਨੀਤ ਦੀ ਹੈ ਪਈ ਆਓ ਉਹ ਤੁਸੀਂ ਦੱਸੀ ਗੱਲ ਮੇਨੂੰ ਦੱਤੀ ਮੈਂ ਤਾਂ ਉਸ ਕੇਸ ਜਿੰਨਾ ਇੰਟਰਸਟ ਨਹੀਂ ਲੈ ਰਿਆ ਤੁਸੀਂ ਜ਼ਿਆਦਾ ਲੈ ਰਹੇ ਤੁਸੀਂ ਵੀਡੀਓ ਬਣਾਈ ਸੀ ਇੱਕ ਜਸਨੀਤ ਦੀ ਗੱਡੀ ਖੜ ਲੀ ਜਾਂ ਇਹ ਮਾਸਾ ਵੀ ਨਹੀਂ ਚ ਹੈ ਕਿਦੀ ਕਿਦੀ ਚ ਤੁਸੀਂ ਜਸਨੀਤ ਦੇ ਕੇਸ 'ਚ ਜ਼ਿਆਦਾ ਇੰਟਰਸਟ ਲੈ ਰਹੇ ਹੋ ਜਸਨੀਤ ਦੇ ਜਸਨੀਤ ਦੇ ਕੇਸ 'ਚ ਆਂ ਇੰਟਰਸਟ ਲੈ ਰਹੇ ਹਨ ਨਹੀਂ ਮੈਂ ਜਸਨੀਤ ਦੇ ਕੇਸ 'ਚ ਨਹੀਂ ਜ਼ਿਆਦਾ ਇੰਟਰਸਟ ਲੈ ਰਿਆ ਮੈਂ ਕੁੜੀ ਜਿਹੜਾ ਹਰਾਨ 'ਚ ਨਹੀਂ ਹੋਇਆ ਮੈਂ ਉਸ ਕੁੜੀ ਦੇ ਕੇਸ 'ਚ ਜ਼ਿਆਦਾ ਇੰਟਰਸਟ ਲੈ ਰਿਆ ਉਹ ਕੇਸ ਉਹਦੇ ਵਾਸਤੇ ਮੈਂ ਪੂਰੀ ਡੈਰੀ ਲਿਖੀ ਫਰਿਸ਼ੀ ਪੂਰੀ ਡੈਰੀ ਲਿਖੀ ਫਿਰਦਾ ਉਹਦੇ ਤੇ ਕਸਮੀਗਾ ਪੂਰੀ ਡੈਰੀ ਲਿਖੀ ਹੁੰਦੇ ਨਹੀਂ ਨਹੀਂ ਉਹ ਕੇਸ ਪੰਜਾਬੀ ਚ ਨਾ ਪੈਨਸਲ ਨਾਲ ਲਿਖੀ ਪੈਨਸਲ ਨਾਲ ਕਹੀ ਗਏਗਾ ਲਿਖੀ ਨਹੀਂ ਆ ਪਤਾ ਨਹੀਂ ਦੇਜਾ ਕ ਨਹੀਂ ਦੇਦਾ ਨਹੀਂ ਨਹੀਂ ਈਰਾਨ ਵਾਲਾ ਕੇਸ ਤਾਂ ਬਈ ਬਹੁਤ ਬੁਰਾ ਹੋਇਆ ਯਾਰ ਡੈਰੀ ਲਈ ਓਕੇਸ ਤਾਂ ਬਹੁਤ ਬੁਰਾ ਆ ਬਹੁਤ ਜ਼ਿਆਦਾ ਜਿਹੜਾ ਕੁੜੀ ਨਾ ਹੋਇਆ ਨਾ ਕੀ ਨਾਂ ਸੀ ਉਹਦਾ ਚਲ ਹੁਣ ਬਹੁਤ ਬਹੁਤ ਲੰਬੀ ਗੱਲ ਬਹੁਤ ਲੰਬੀ ਗੱਲ ਮਾਸਾ ਮੀ ਨਹੀਂ ਇੱਕ ਪਛੋਟੀ ਗੱਲ ਛੇੜ ਲਈਏ ਸਾਰਿਆਂ ਨੂੰ ਵੱਡੀ ਗੱਲ ਕਰਨ ਦੀ ਲੋੜ ਨਹੀਂ 5 ਮਿੰਟ ਬੋਲ ਲਈ ਉਹਤੇ ਕਿ ਉਹ ਕੁੜੀ ਚੱਲੀ ਸੀ ਵਿਚਾਰੀ ਆਪਣੀ ਫੈਮਲੀ ਨਾਲ ਕਦੇ ਹੈਨਾ ਤੇ ਇਦਾਂ ਕਹਿੰਦੇ ਕਿ ਉੱਥੇ ਹੁੰਦੀ ਪੁਲਿਸ ਹੁੰਦੀ ਕੋਈ ਜਿਹੜੀ ਉਹ ਜਿਹੜੀ ਆਪਾਂ ਸੱਭਿਆਚਾਰ ਪੁਲਿਸ ਕਹਿੰਦੇ ਨੇ ਆਪਾਂ ਪੰਜਾਬ ਵਿੱਚ ਸੱਭਿਆਚਾਰਕ ਪੁਲਿਸ ਕੀ ਸਾਡਾ ਸੱਭਿਆਚਾਰ ਹੈ ਤੇ ਆਪਾਂ ਇਹਨੂੰ ਵਿਗਾਰਨਾ ਨਹੀਂ ਇਹਦੇ ਸਤੇ ਪੁਲਿਸ ਹੁੰਦੀ ਹੈ ਕਿ ਜਦਾਂ ਬੰਦੇ ਨੇ ਕਿੱਦਾਂ ਡਰੈਸ ਕਰਨੀ ਆ ਕਿੱਦਾਂ ਬਰਕਾ ਪੋਣਾ ਜਾਂ ਕਿੱਦਾਂ ਹਨ ਤੇ ਉਹ ਕੁੜੀ ਨੇ ਕਹਿੰਦੇ ਪਾਇਆ ਵੀ ਬਿਲਕੁਲ ਠੀਕ ਸੀਗਾ ਪਾਇਆ ਵੀ ਬਿਲਕੁਲ ਗਲਤ ਨਹੀਂ ਸੀਗਾ ਉਹ ਕੁੜੀ ਨੂੰ ਕੱਟ ਕੇ ਪਹਿਲਾਂ ਉਹਨਾਂ ਨੇ ਜਾਣ ਬੁਝ ਕੇ ਬਾਹਰ ਕੱਢ ਕੇ ਟੌਰਚਰ ਕੀਤਾ ਬਾਅਦ ਚ ਉਹਨੂੰ ਥਾਣੇ ਲੈ ਗਏ ਥਾਣੇ ਲੈ ਕੇ ਜਾਣ ਤੋਂ ਬਾਅਦ ਉੱਥੇ ਕੁੜੀ ਮਰ ਗਈ ਹਨਾ ਕੁੜੀ ਦਾ ਉਹ ਦੱਸਿਆ ਨਹੀਂ ਮਾਰ ਕੇ ਤਾਂ ਗਈ ਬਾਹਰੋ ਜੇ ਰਿਪੋਰਟ ਚ ਲਿਖਦਾ ਕਿ ਤੁਹਾਨੂੰ ਸ਼ਰ ਪਤਾ ਕੋਈ ਹਾਰਟ ਅਟੈਕ ਨਾ ਮਰ ਗਈ ਜਾਂ ਕਿਦਾਂ ਰਿਪੋਰਟ ਚ ਗਲਤ ਲਿਖਤਾ ਸਰ ਆਹੋ ਕਹਿੰਦੇ ਉਹਨੂੰ ਹਾਂ ਕਹਿੰਦੇ ਹਾਰਟ ਅਟੈਕ ਆ ਗਿਆ ਆਹੋ ਤੇ ਪਰ ਹਾਰਟ ਅਟੈਕ ਨਹੀਂ ਆਇਆ ਹਾਂ ਉਹਨੂੰ ਮਾਰਿਆ ਪੁਲਿਸ ਨੇ ਕੋਟਮਾ ਪੁਲਿਸ ਦੀ ਕੋਟਮਾ ਮਾਰ ਤੋਂ ਮਰੀ ਐ ਉਹ ਤੇ ਉਹ ਵਿੱਚ ਚੱਕਰ ਇਰਾਨ ਚ ਹੋ ਰਿਹਾ ਬੜੇ ਨਾ ਐਸਐਚ ਨੇ ਸਾਡੇ ਲੋਕ ਨਾ ਇਰਾਨ ਚ ਇੰਟਰਸਟਡ ਨਹੀਂ ਲੈਂਦੇ ਇਰਾਨ ਦੇਸ਼ ਨਾਲ ਸਾਡਾ ਇਨਾ ਕ ਬਰੀਆੜਾ ਸਬੰਧ ਤੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਰਾਣ ਨਾਲ ਸਾਡਾ ਕੀ ਸਬੰਧ ਹੈ। ਈਰਾਨ ਦੇਸ਼ ਸਾਡੇ ਇੰਨੇ ਕ ਨਜ਼ਦੀਕ ਹੈ ਨਾ ਤੇ ਵੇਖ ਲੈ ਸਾਨੂੰ ਇੰਨਾ ਦੂਰ ਲੱਗਦਾ ਸਾਨੂੰ ਪਤਾ ਹੀ ਨਹੀਂ ਰਾੜ ਦਾ। ਬਿਲਕੁਲ ਤੇ ਹੈ ਸਾਡੇ ਨਜ਼ਦੀਕ ਹੈ ਪਰ ਸਾਡੀ ਰੁਚੀ ਨਹੀਂ ਹੈ ਉਹਨਾਂ ਚ ਤੇ ਜੇ ਸਾਡੀ ਰੁਚੀ ਹੋਵੇ ਨਾ ਤਾਂ ਬੜਾ ਬੜੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਐ ਕਿ ਉਹਦਾ ਉੱਥੇ ਦਾ ਸ਼ਹਿਰ ਹੈ ਈਰਾਨ ਦਾ ਜ਼ਾਹੇਦਾਨ। ਉਹ ਵੀ ਸ਼ਹਿਰ ਸਿੱਖਾਂ ਦੇ ਨਾਂ ਦੇ ਉੱਤੇ ਵੇ। ਓਕੇ ਠੀਕ ਹੈ। ਜ਼ਾਹੇਦਾਨ। ਠੀਕ ਹੈ ਠੀਕ ਹੈ। ਹਾਂ। ਉਹਦੀ ਵੀ ਵੱਖਰੀ ਸਟੂਡੀਓ ਉਹਦੇ ਤੇ ਇੱਕ ਵੱਖਰਾ ਪ੍ਰੋਗਰਾਮ ਆ ਜਾਂਦਾ ਪਰ ਮਾਸਾ ਮਿਨੀ ਈਰਾਨ ਦੇਸ਼ ਪਤਾ ਕੀ ਹੈ ਹੁਣ ਪੰਜਾਬ ਦੇ ਨਾਲ ਪਾਕਿਸਤਾਨ ਪਾਕਿਸਤਾਨ ਦੇ ਨਾਲ ਈਰਾਨ ਹੁਣ ਪਾਕਿਸਤਾਨ ਪਹੁੰਚ ਜਾ ਨਹੀਂ ਸਕਦੇ ਜੇ ਪਾਕਿਸਤਾਨ ਦੇ ਵਿੱਚੋਂ ਸਾਡਾ ਲਾਂਗਾ ਖੋਲ ਜੇ ਨਾ ਤੇ ਅਸੀਂ ਯੂਰਪ ਤੀਜੇ ਦਿਨ ਪਹੁੰਚ ਜਾਨੇ ਗੱਡੀ ਤੇ ਤੀਜੇ ਦਿਨ ਇਟਲੀ ਅੱਛਾ ਠੀਕ ਹੈ ਇਟਲੀ ਦੀ ਗੱਲ ਕਰਦਾ ਪਿਆ ਪੰਜਾਬ ਤੋਂ ਇਟਲੀ ਗੱਡੀ ਤੇ ਅਸੀਂ ਤਿੰਨਾਂ ਦਿਨਾਂ ਚ ਪਹੁੰਚ ਜਾਨੇ ਜਿਹੜਾ ਸਾਨੂੰ ਆਣਾ ਪੈਂਦਾ ਸਿਰਫ ਪਾਕਿਸਤਾਨ ਕਰਕੇ ਪਹਿਲਾ ਹੀ ਰਸ਼ੀਆ ਚੀਨ ਜਾਣੇ ਹਨਾ ਬਿਲਕੁਲ ਬਿਲਕੁਲ ਕਿੱਥੇ ਮਾਇਆ ਮਾਰ ਜਾਣੇ ਆ ਚੀਨ ਜਾਣੇ ਆ ਫਿਰ ਕਿੱਥੇ ਰਸ਼ੀਆ ਜਾਣੇ ਆ ਫਿਰ ਹਨਾ ਬੜਾ ਘੁੰਮ ਕੇ ਆਨੇ ਆਪਾਂ ਯੂਰਪ ਮੇਰੇ ਸਾਬ ਨੂੰ ਮਹੀਨਾ ਲੱਗ ਜਾਂਦਾ ਪਰ ਵੈਸੇ ਸਾਨੂੰ ਤਿੰਨ ਦਿਨ ਲੱਗਦੇ ਨੇ ਜੇ ਆਪਾਂ ਪਾਕਿਸਤਾਨ ਨਾਲ ਲੰਘਾਂ ਹੋਲ ਕੇ ਨਾ ਤੇ ਈਰਾਨ ਦੇ ਥਰੂ ਆਈਏ ਤੇ ਇੰਨਾ ਖੂਬਸੂਰਤ ਯਾਰ ਮੰਜ਼ਰ ਹੈ ਨਾ ਉਹ ਇੰਨੇ ਖੂਬਸੂਰਤ ਰਾ ਹੋਏ ਹੋਏ ਰੂਹ ਖੁਸ਼ ਹੁੰਦੀ ਆ ਯਾਰ ਬੰਦਾ ਵਹਿਦਾ ਨਜ਼ਾਰੇ ਤੇ ਈਰਾਨ ਨਾਲ ਉੱਥੇ ਨਾ ਈਰਾਨ ਈ ਇੱਕ ਦੇਸ਼ ਇਦਾਂ ਦਾ ਜਿਹੜਾ ਅਮਰੀਕਾ ਨੂੰ ਅੱਖਾਂ ਵੀ ਬਹੁਤ ਦਿਖਾਂਦਾ ਹੈ ਠੀਕ ਹੈ ਠੀਕ ਤੇ ਈਰਾਨ ਨਾ ਕੀ ਖਾਂਦਾ ਹੈ ਈਰਾਨ ਜਿਹੜਾ ਦੇਸ਼ ਹੈ ਨਾ ਅਮਰੀਕਾ ਨੂੰ ਅੱਖਾਂ ਵੀ ਬਹੁਤ ਦਿਖਾਂਦਾ ਹੈ ਅੱਛਾ ਅਮਰੀਕਾ ਅਮਰੀਕਾ ਬੰਦੀ ਨਹੀਂ ਆਦੀ ਅੱਛਾ ਅਮਰੀਕਾ ਠੀਕ ਹੈ ਠੀਕ ਤੇ ਉਹ ਜਿਹੜਾ ਨਾ ਈਰਾਨ ਇਹ ਕੁੜੀ ਨਾ ਉਥੇ 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 ਈਰਾਨ ਪਹਿਲਾਂ ਇਦਾਂ ਦਾ ਨਹੀਂ ਸੀ ਆ ਈਰਾਨ ਜੇ ਪਹਿਲਾਂ ਸੀ ਸ਼ਾਵਾਂ ਦਾ ਰਾਜ ਹੁੰਦਾ ਸੀ ਸ਼ਾਵਾਂ ਦਾ ਜਿੱਦਾਂ ਇੰਡੀਆ 'ਚ ਰਾਜਿਆਂ ਦਾ ਰਾਜ ਨਹੀਂ ਸੀ ਐ ਬਿਲਕੁਲ ਠੀਕ ਹੈ ਉੱਥੇ ਪਹਿਲਾਂ ਸ਼ਾਹ ਰਾਜ ਕਰਦੇ ਸੀ ਸ਼ਾਹ ਜਿੱਦਾਂ ਰਾਜੇ ਇੰਡੀਆ 'ਚ ਰਾਜ ਕਰਦੇ ਉਹਦਾ ਸ਼ਾਹ ਰਾਜ ਕਰਦੇ ਜਦੋਂ ਉੱਥੇ ਸ਼ਾਹਾਂ ਦਾ ਰਾਜ ਸੀ ਨਾ ਉਦੋਂ ਹੀ ਇਰਾਨ ਬੜਾ ਡਿਵੈਲਪ ਸੀ ਉੱਥੇ ਕੁੜੀਆਂ ਮੈਂ ਕਹਿੰਦਾ ਸਨ 70 'ਚ ਕੁੜੀਆਂ ਵਿਕਣੀ 'ਚ ਘੁੰਮਦੀਆਂ ਹੁੰਦੀਆਂ ਸੀ ਯਾਰ ਮੈਂ ਛੋਟ ਚਲਾਵਾਂਗਾ ਨਾਲ ਵਿਕਣੀ 'ਚ ਉੱਥੇ ਫੋਟੋ ਵਾਲ ਮੈਚ ਹੁੰਦੇ ਸੀ ਉੱਥੇ ਲੋਕ ਡਿਸਕੋ 'ਚ ਜਾਂਦੇ ਹੁੰਦੇ ਬਿਲਕੁਲ ਬਿਲਕੁਲ ਇਦਾਂ ਦਾ ਮਾਹੌਲ ਸੀ ਇਰਾਨ ਦਾ 1970 ਤੋਂ ਬਾਅਦ ਉੱਥੇ ਮਤਲਬ ਕਿ ਜਿਹੜੀ ਕੱਟੜ ਪੰਥੀਆਂ ਉਹਨਾਂ ਦੀ ਹਕੂਮਤ ਆ ਗਈ ਸਲਾਮੀਕ ਆ ਗਈ ਜਾਨੀ ਕਿ ਫਿਰ ਪਬਲਿਕ ਸਲਾਮੀਕ ਹੋ ਗਿਆ ਉਹ ਈਰਾਨ ਉਸ ਤੋਂ ਬਾਅਦ ਕਾਨੂੰਨ ਜਿਹੜੇ ਬੜੇ ਸਖਤ ਹੋ ਗਏ ਵੀ ਤੁਸੀਂ ਹਿਜਾਬ ਚ ਰਹਿਣਾ ਹੈ ਬੁਰਕਾ ਚ ਰਹਿਣਾ ਹੈ ਹਨਾ ਪੰਜ ਟਾਈਮ ਦੀ ਨਮਾਜ਼ ਪੜ੍ਹਨੀ ਜੇ ਉਹ ਤੇ ਫਿਰ ਉਹਨਾਂ ਨੇ ਇੱਕ ਪੁਲਿਸ ਬਣਾਈ ਵੀ ਜਿਹੜੀ ਨਿਗਰਾਨੀ ਰੱਖੇਗੀ ਵੀ ਜਿਹੜੀਆਂ ਕੁੜੀਆਂ ਹੁਣ ਮੰਨ ਲਓ ਜੇ ਤੁਸੀਂ ਪੰਜਾਬ ਚ ਇਮੇਜਿਨੇਸ਼ਨ ਕਰੋ ਹਾਂ ਕੋਈ ਪੁਲਿਸ ਹੋਵੇ ਇਦਾਂ ਦੀ ਜਦੋਂ ਕੁੜੀਆਂ ਘਰੋਂ ਬਾਹਰ ਨਿਕਲ ਤੇ ਉਹਦੀ ਚੁੰਨੀਆਂ ਚੈੱਕ ਕਰਨ ਟਿਕਟੋਕਰਾਂ ਦਾ ਕੰਮ ਤਾਂ ਗਿਆ ਬੋਲੇ ਇਸ ਗੱਲ ਨੂੰ ਬੜੇ ਤੇ ਰਿਲੇਟ ਕਰੋ ਤੁਹਾਨੂੰ ਸਮਝ ਲੱਗੇਗੀ ਉਹ ਕੁੜੀ ਨਾਲ ਕੀ ਹੋਇਆ ਉੱਥੇ ਰਾਨ ਚ ਇਦਾਂ ਰਿਲਰਾਂ ਦਾ ਕੰਮ ਤਾਂ ਗਿਆ ਫਿਰ ਭਾਜੀ ਜੇ ਇਦਾਂ ਦੀ ਪੁਲਸ ਘਰੋਂ ਬਾਹਰ ਪੰਜਾਬ ਆ ਗਈ ਨਾ ਕੁੜੀਆਂ ਜਿਹੜੀਆਂ ਰੀਲਰਾਂ ਨੇ ਉਹਨਾਂ ਦਾ ਕੰਮ ਤਾਂ ਗਿਆ ਜਿਹੜੇ ਘਰੋਂ ਚੱਕ ਜੇ ਨਹੀਂ ਨਹੀਂ ਬੋਲ ਬੋਲ ਨਹੀਂ ਨਹੀਂ ਉੱਥੇ ਬੜੀ ਸਖਤਾਈ ਬੋਲੋ ਬੋਲੋ ਇੱਕ ਨਾ ਮੇਰੇ ਦੋਸਤ ਦੀ ਗਰਲਫ੍ਰੈਂਡ ਹੁੰਦੀ ਸੀ ਇਰਾਨ ਨਾਲ ਫੇਸਬੁੱਕ ਤੇ ਉਹਨਾਂ ਦੀ ਦੋਸਤੀ ਹੋ ਗਈ ਤੇ WhatsApp ਦੇ थ्रू ਉਹ ਉਤੋਂ ਫੋਟੋ ਤੱਕ ਨਹੀਂ ਸੀ ਭੇਜਦੀਂਦੀ। ਇਹ iran ਦੀ ਕੁੜੀ। ਬੜਾ ਮੁੰਡੇ ਨੇ ਕਹਿੰਦਾ ਮੈਨੂੰ ਫੋਟੋ ਭੇਜ ਦੇ। ਵੀ ਤੂੰ ਘਰ ਕੱਲੀ ਏ। ਜੇ ਉਹ ਕਹਿੰਦੀ ਮੈਂ ਫੋਟੋ ਭੇਜੀ ਨਹੀਂ ਤਾਂ ਮੇਰੇ ਘਰ ਏਜੰਸੀਆਂ ਦੇ ਬੰਦੇ ਆਏ ਹੀ ਨਹੀਂ। ਓਕੇ ਠੀਕ ਹੈ ਠੀਕ ਹੈ ਠੀਕ ਹੈ। ਸਮਝੇਗਾ। ਉੱਥੇ ਤੇ ਬੜੀਆਂ ਸਖਤਾਈਆਂ ਨੇ ਤੇ ਉਹ ਕੁੜੀ ਦੇ ਨਾ ਉਹਨੇ ਹਿਜਾਬ ਸਹੀ ਪਾਇਆ ਸੀ। ਆ ਮਾਸਾ ਮਿਨੀ ਜਿਹੜੀ ਕੁੜੀ ਦੇ ਸੀ ਗੱਲ ਕਰਦੇ। ਭਈ ਕੁੜੀ ਦੇ ਨਾ ਮਾਸਾ ਅਮਿਨੀ। ਮਾਸਾ ਅਮਿਨੀ। ਇਸ ਕੁੜੀ ਨੇ ਸਹੀ ਤਰ੍ਹਾਂ ਹਾਂ ਇਹਨੇ ਹਿਜਾਬ ਵੀ ਪਾਇਆ ਸੀ ਸਹੀ ਤਰ੍ਹਾਂ। ਸਿਰਫ ਥੋੜੇ ਕੁ ਵਾਲ ਦੇ ਹਿੱਦੇ ਭਈ ਬਾਹਰ ਤੇਨੂੰ ਪੁਲਿਸ ਨੇ ਰੋਕ ਲਿਆ ਜਿਹੜੀ ਚੈੱਕ ਕਰਦੀ ਕੱਪੜੇ ਛਪੜੇ ਉਹਨੂੰ ਉਹਨੇ ਕਿਹਾ ਕੁੜੀ ਨੂੰ ਕਿਹਾ ਵੀ ਬਾਹਰ ਆ ਤੈਨੂੰ ਚੈੱਕ-ਚੈੱਕ ਕਰਨਾ ਹੈ ਤੇ ਕੁੜੀ ਨੇ ਕਿਹਾ ਹਾਂਜੀ ਤੇ ਉਹ ਕਹਿੰਦੇ ਤੈਨੂੰ ਨਾ ਐਜੂਕੇਸ਼ਨ ਦੀ ਲੋੜ ਏ ਕਿਉਂਕਿ ਤੂੰ ਸਹੀ ਤਰ੍ਹਾਂ ਬੰਨੇ ਨਹੀਂ ਤੈਨੂੰ ਪੜਾਣਾ ਓਕੇ ਇਸਲਾਮ ਪੜਾਣਾ ਘੰਟੇ ਵਾਸਤੇ ਨਾ ਤੈਨੂੰ ਥਾਣੇ ਲੈ ਕੇ ਜਾਣਾ ਤੇ ਕੁੜੀ ਦਾ ਭਰਾ ਕਹਿੰਦਾ ਮੈਂ ਵੀ ਨਾਲ ਚੱਲਾਂਗਾ ਉਹ ਕਹਿੰਦੇ ਨਹੀਂ ਨਹੀਂ ਤੂੰ ਨਾ ਨਾਲ ਚੱਲ ਅਸੀਂ ਬਸ ਘੰਟੇ ਬਾਅਦ ਇਹਨੂੰ ਛੱਡ ਦੇਣਾ ਤੇ ਉਹ ਲੈ ਗਏ ਪੁਲਿਸ ਵਾਲੇ ਕੁੜੀ ਨੂੰ ਨਾਲ ਲੈ ਕੇ ਤੇ ਬਾਅਦ ਚ ਕੁੜੀ ਦਾ ਭਰਾ ਵੀ ਗਿਆ ਪਿੱਛੇ ਠੀਕ ਹੈ ਤੇ ਕੁੜੀ ਦੇ ਭਰਾ ਨੇ ਵੇਖਿਆ ਕਿ ਐਂਬੂਲੈਂਸ ਆਈ ਏ ਤੇ ਉਹਦੀ ਭੈਣ ਨੂੰ ਲੈ ਗਈ ਬਾਹਰ ਜਾਂਦੇ ਪਏ ਨੇ ਠੀਕ ਹੈ ਠੀਕ ਹੈ ਯਾਰ ਸਟੋਰੀ ਬੜੀ ਲੰਬੀ ਏ ਵੇਹ ਕਹੇ ਦਿਨ ਹੋਰ ਸੁਣਾਵਾਂਗੇ ਹਾਂ ਪਰ ਕੁੜੀ ਅਖਰ ਚ ਮਰ ਗਈ ਏ ਬੜੀ ਇੰਟਰਸਟਿੰਗ ਮੈਂ ਪੂਰੀ ਡਾਇਰੀ ਲਿਖੀ ਕਿਉਂਕਿ ਮੈਂ ਹਰ ਕਲੀ-ਕਲੀ ਗੱਲ ਸੁਣਾਣੀ ਨਾ ਨਹੀਂ ਨਹੀਂ ਉਹ ਸਹੀ ਗੱਲ ਆ ਪਰ ਐਂਡ ਦਾ ਐਂਡ ਦੇ ਆਫ ਗੱਲ ਇਹ ਸੀ ਕਿ ਉਹ ਕੁੜੀ ਮਰ ਗਈ ਹੈਨਾ ਤੇ ਹੁਣ ਉੱਥੇ ਦੀ ਕੁੜੀਆਂ ਤੇ ਬੜੇ ਚਿਹਰਾ ਨਾਲ ਤਸ਼ੱਦਦ ਉਹ ਐਜ਼ ਇੱਕ ਤਸ਼ੱਦਦ ਲੈ ਰਹੀਆਂ ਨੇ ਸਮਝੇ ਗੱਲ ਵੀ ਇੰਨੀ ਜਦ ਜਦੋਂ ਤੁਸੀਂ ਉੱਤੇ ਪਾਬੰਦੀਆਂ ਲਾਣੀਆਂ ਇੰਨੇ ਚਿਰਾਂ ਦਾ ਗੁੱਸਾ ਜਨਾਨੀਆਂ ਦੇ ਅੰਦਰ ਭਰਿਆ ਸੀ ਉਹ ਫਿਰ ਫਟ ਗਿਆ ਹੁਣ ਇਟਲੀ ਦੀ ਇੱਕ ਮਾਡਲ ਨੇ ਨਾ ਇੱਥੇ ਇਟਲੀ ਚ ਮਾਡਲ ਇੱਕ ਈਰਾਨ ਦੀ ਉਹਨੇ ਵੀ ਆਪਣੇ ਵਾਲ ਕੱਟੇ ਨੇ ਆਪਣਾ ਲਾਈਵ ਆ ਕੇ ਸਾਰੀਆਂ ਕੁੜੀਆਂ ਜਿੰਨੀਆਂ ਵੀ ਈਰਾਨ ਦੀਆਂ ਕੁੜੀਆਂ ਨੇ ਨਾ ਸਾਰੀਆਂ ਵਾਲ ਕੱਟਦੀਆਂ ਵੀ ਇਹਨਾਂ ਨੇ ਲਾਈਵ ਆ ਕੇ ਲਾਈਵ ਆ ਕੇ ਤੇ ਪ੍ਰਦਰਸ਼ਨ ਕਰਦੀਆਂ ਵੀ ਆਪਣੇ ਨਾ ਇਹ ਘਮਮਤ ਦੇ ਖਿਲਾਫ ਕਿ ਅਸੀਂ ਨਹੀਂ ਅੱਜ ਤੋਂ ਬਦਹਾਜਬ ਬਨ ਪਾਣਾ ਮੈਂ ਦੇਖਣ ਡਿਆ ਸੀਗਾ ਕਿ ਇਹ ਗੱਲਾਂ ਨਾ ਵੈਸੇ ਆਪਾਂ ਹੁਣ ਜ਼ਿਆਦਾ ਡੂੰਘੀਆਂ ਕਰਾਂਗੇ ਇਹ ਦਿਨ ਟੌਪਿਕ 'ਤੇ ਬਟ ਇਹ ਉਹ ਵੜਾ ਕਿ ਆਪਣਾ ਧਾਰਮਿਕ ਇੰਨਾ ਵੀ ਆਪਾਂ ਕਟੜਵਾਦ ਨਾ ਹੋ ਜਾਈਏ ਕਿ ਆਪਾਂ ਇਹੋ ਜੇ ਰੂਲ ਅਪਲਾਈ ਕਰੀਏ ਜਿੰਨਾ ਲੋਕਾਂ ਨੂੰ ਨਾ ਇੰਨੀ ਅੰਦਰ ਫ੍ਰਸਟ੍ਰੇਸ਼ਨ ਹੋਵੇ ਹੁਣ ਇੱਕਦਮ ਕੁੜੀਆਂ ਸਾਰੀਆਂ ਬਾਹਰ ਨਿਕਲ ਗਈਆਂ ਕਿ ਹਾਂ ਆਪਾਂ ਵਾਲ ਕਟਾਂਗੇ ਜਿੰਨਾ ਕੱਟਾਂਗੇ ਅਸਲ 'ਚ ਇੱਕ ਦਿਨ 'ਚ ਤਾਂ ਨਹੀਂ ਹੋਇਆ ਉਹ 10-20 ਸਾਲਾਂ 'ਚ ਸਾਰਾਂ ਦਾ ਅੰਦਰ ਗੁੱਸਾ ਭਰਿਆ ਜਿਹੜਾ ਉਹਨਾਂ ਨੂੰ ਧੱਕੇ ਨਾਲ ਰੱਖਿਆ ਗਿਆ ਉਨਾ ਵੀ ਨਹੀਂ ਚਾਹੀਦਾ ਪਰ ਇੰਨਾ ਵੀ ਨਹੀਂ ਕਿ ਜਿਆਦਾ ਜਿਆਦਾ ਓਪਨ ਹੋ ਜਾਓ ਹੁਣ ਜੇ ਤਾਂ ਗੱਲ ਕਰਦੇ ਕਿ ਉਹ ਜੀ ਪੁਲਸ ਹੈ ਉੱਥੇ ਹਨਾ ਜਿਹੜੀ ਸੱਭਿਆਚਾਰ ਦੇਖਦੀ ਹੈ ਮੰਨ ਲਓ ਪੁਲਸ ਪੰਜਾਬ ਚ ਹਫਤਾ ਵੀ ਰਹਿ ਗਈ ਤਾਂ ਕਿੱਦਾਂ ਕਿੱਦਾਂ ਦੇ ਪੰਜਾਬ ਚ ਕੰਮ ਹੋ ਰਹੇ ਨੇ ਉਹ ਤਾਂ ਸਾਰੇ ਚੱਕੇ ਅੰਦਰ ਹੋਣ ਗਿਆ ਤੇ ਕੱਟੜਤਾ ਵੀ ਚਾਹੀਦੀ ਮੈਂ ਨਾ ਹਾਂਜੀ ਹਾਂ ਮੈਂ ਨਾ ਦਰੂਵ ਰਾਠੀ ਦੀ ਵੀਡੀਓ ਵੇਖੀ ਸੀ ਇਸ ਟੋਪਕ ਤੇ ਨਾ ਮਾਸਾ ਮੀਨੀ ਦੀ ਟੋਪਕ ਉਤੇ ਤੇ ਉਹਨੇ ਨਾ ਜਿਹੜੀ ਇੰਡੀਆ ਚ ਨਹੀਂ ਗੱਲ ਪਿੱਛੇ ਜਿਹੋਈ ਸੀ ਕਰਨਾਟਕਾ ਚ ਵੀ ਕੁੜੀ ਚੱਲੀ ਸੀ ਕੋਲਜ ਦੇ ਵਿੱਚ ਤੇ ਹਨਾ ਉਹ ਨੂੰ ਕਹਿੰਦੇ ਹਿਜਾਬ ਲਾ ਮੁੰਡੇ ਕਹਿੰਦੇ ਹਿਜਾਬ ਲਾ ਹਿਜਾਬ ਲਾ ਤੂੰ ਨਹੀਂ ਇੱਥੇ ਹਿਜਾਬ ਨਹੀਂ ਪਾ ਸਕਦੇ ਇੰਡੀਆ ਦੇ ਵਿੱਚ ਹਾਂ ਹਾਂ ਤਾਂ ਉਹ ਕੁੜੀਆਂ ਵੇਲਾ ਪ੍ਰੋਟੈਸਟ ਕਰਦੀਆਂ ਬੈਸੀ ਕਿ ਇਹ ਹਿਜਾਬ ਪਾਣਾ ਤੇ ਈਰਾਨ ਦੇ ਵਿੱਚ ਕੁੜੀਆਂ ਪ੍ਰੋਟੈਸਟ ਕਰਦੀਆਂ ਵੀ ਹੈ ਕਿ ਅਸੀਂ ਹਿਜਾਬ ਨਹੀਂ ਪਾਣਾ ਤੇ ਇਹਦੇ ਚੋਂ ਕੀ ਨਿਕਲ ਕੇ ਆਂਦਾ ਨਿਚੋੜ ਕੀ ਨਿਕਲ ਕੇ ਆਂਦਾ ਤੇ ਅੱਜ ਦੇ ਪੌਡਕਾਸਟ ਚ ਕੀ ਨਿਚੋੜ ਨਿਕਲ ਕਹਿੰਦਾ ਇਹਦੇ ਨਾਲ ਭਈ ਐਂਡ ਕਰੀਏ ਕਿ ਕੁੜੀਆਂ ਚਾਹੁੰਦੀਆਂ ਆਜ਼ਾਦੀ ਬਿਲਕੁਲ ਬਸ ਆਜ਼ਾਦੀ ਚਾਹੁੰਦੀਆਂ ਹੋਰ ਕੁਝ ਨਹੀਂ ਚਾਹੁੰਦੀਆਂ ਕਿ ਐਵੇਂ ਆਪਣੀ ਮਰਜ਼ੀ ਨਾਲ ਪਾਈਏ ਤੇ ਆਪਣੀ ਮਰਜ਼ੀ ਨਾਲ ਲਾਈਏ ਬਿਲਕੁਲ ਬਿਲਕੁਲ ਇਹ ਚਾਹੁੰਦੀਆਂ ਨੇ ਹੋਰ ਨਹੀਂ ਠੋਪ ਠੋਪ ਕਿਸੇ ਦੇ ਅੱਜ ਦਾ ਪੋਡਕਾਸਟ ਨਹੀਂ ਕਿਸੇ ਦੇ ਕੋਈ ਚੀਜ਼ ਠੋਪ ਨਹੀਂ ਨਾ ਚਾਹੀਦੀ ਆਪਣੀ ਆਜ਼ਾਦੀ ਨਾਲ ਕਰੋ ਤਾਂ ਮੈਂ ਐਡਿਟ ਕਰਨਾ ਇਹਨੇ ਨਹੀਂ ਕਰਨਾ ਤੇ ਚਲੋ ਪੋਡਕਾਸਟ ਐਂਡ ਕਰਦੇ ਹਾਂ ਭਾਈ ਮੈਂ ਅੱਜ ਤੂੰ ਟੈਨਸ਼ਨ ਨਾ ਲਓ ਅੱਜ ਮੈਂ ਐਡਿਟ ਕਰਨਾ ਤੇ ਭਾਵੇਂ ਵੱਡਾ ਵੀ ਹੋ ਜਾ ਮੈਨੂੰ ਕੋਈ ਚੱਕਰ ਨਹੀਂ 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 ਮੈਂ ਮੈਂ ਐਡਿਟ ਕਰ ਦਿੰਦਾ ਇੱਕ ਅਦਾ ਟੋਪਿਕ ਬਣੂਗਾ ਇੱਕ ਅਦਾ ਮੈਨੂੰ ਹੀ ਕਰ ਲੈਂਦਾ ਪੋਡਕਾਸਟ ਮੇਰੇ ਵੀ ਅੰਦਰ ਚੋਲ ਜੀ ਮੱਚਦੀ ਆ ਉਹ ਯਾਰ ਮੈਂ ਕਰਦਾ ਮੈਂ ਕਰਦਾ ਮੈਂ ਅਸਲ ਵਿੱਚ ਬਿਮਾਰ ਆ ਮੈਂ ਬੈੱਡ ਤੇ ਕਰਨਾ ਕੀ ਚਲੋ ਤੁਸੀਂ ਕਰ ਲਓ ਯਾਰ ਤੁਸੀਂ ਕਰ ਲਓ ਤੁਸੀਂ ਕਰ ਲਓ ਕੋਈ ਵੱਡੀ ਗੱਲ ਨਹੀਂ ਹਾਂ ਮੈਂ ਤਾਂ ਤੁਹਾਡਾ ਕੰਮ ਹੀ ਸੌਖਾ ਕਰਨ ਰਿਹਾ ਸੀ ਮੈਨੂੰ ਕੋਈ ਚੱਕਰ ਨਹੀਂ 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 ਕੋਈ ਚੱਕਰ ਨਹੀਂ ਕੋਈ ਚੱਕਰ ਮੇ ਕੋਲ ਹੋਰ ਕੰਮ ਨਹੀਂ ਹੈ ਅੱਜ ਮੈਂ ਠੀਕ ਹੋ ਗਿਆ ਤਾਂ ਮੈਂ ਵੀਡੀਓ ਆਪਣੇ ਦੂਸਰੇ ਵੈਸੇ ਬਣੀ ਪਈ ਹੈ ਜੇ ਤੋ ਮੈਨੂੰ ਪੁਰਾਣੀ ਜੀ ਨਾ ਲੱਗੀ ਕਿਉਂਕਿ ਵੇਖ ਵੇਖ ਕੇ ਕਈ ਵਾਰ ਪਤਾ ਪੁਰਾਣੀ ਲੱਗਣ ਲੱਗ ਪੰਦੀ ਸਾਨੂੰ ਠੀਕ ਹੈ ਉਹੀ ਗੱਲ ਹੈ ਤੇ ਚਲੋ ਆਪਾਂ ਐਂਡ ਕਰਦੇ ਆ ਪੋਡਕਾਸਟ ਨੂੰ ਤੇ ਸਾਰਿਆਂ ਨੂੰ ਸਸਤੀ ਗੱਲ ਤੇ ਇੱਕ ਗੱਲ ਹੋਰ ਜਾਂਦਿਆਂ ਦੇ ਕਿ ਆਪਣਾ ਪੋਡਕਾਸਟ ਐਪਲ ਪੋਡਕਾਸਟ Google ਪੋਡਕਾਸਟ ਤੇ Spotify ਤੇ ਵੀ ਅਵੇਲੇਬਲ ਹੈ ਜੇ ਤੁਸੀਂ ਨਹੀਂ ਦੇਖਣਾ ਚਾਹੁੰਦੇ ਇਦਾਂ ਕਦੇ YouTube ਤੇ ਬੰਦਾ ਛੱਡ ਦਿੰਦਾ ਹੈ ਬਟ ਕਦੇ-ਕਦੇ ਗੱਡੀ ਚ ਲਾ ਕੇ ਉੱਥੇ ਸ਼ੁਰੂ ਸੁਣਿਆ ਕਰੋ ਉੱਥੇ ਵੀ ਜ਼ਿਆਦਾ ਮਜ਼ਾ ਆਉਂਦਾ ਹੈ ਤੇ ਅੱਜ ਹੁਣ ਅੱਜ ਕੱਲ ਇੱਕ ਨਵਾਂ ਫੰਕਸ਼ਨ ਵੀ Spotify ਦਾ ਆ ਗਿਆ ਕਿ ਤੁਸੀਂ ਵੀਡੀਓ ਵੀ ਅਪਲੋਡ ਕਰ ਸਕਦੇ ਹੋ Spotify ਤੇ ਜਿਹੜੇ ਲੋਕੀ ਉੱਥੇ ਸੁਣਨਾ ਪਸੰਦ ਕਰਦੇ ਆ ਉੱਥੇ ਸੁਣਨਾ ਉੱਥੇ ਸੁਣੋ ਤੇ ਚਲੋ ਜੀ ਮਿਲਦੇ ਆਂ ਇਕਲੇ ਕਿਸੇ ਪੋਡਕਾਸਟ 'ਚ ਤੇ ਮੇਰੇ ਵੱਲੋਂ ਸਸਰੀ ਗਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਹੁਣ ਬਾਈ ਜਾਣਗੇ ਬਾਕੀ ਸਸਰੀ ਗਾਲ ਅੱਛਾ ਮੈਂ ਇਹ ਕਹਿਣਾ ਸੀ ਵੀ ਮੈਂ ਅਹੀਂ ਪਤਾ ਕਦੋਂ ਕਿ ਮੈਂ ਪੋਡਕਾਸਟ ਤੇ ਸੁਨਿਆ ਕਰੋ ਚਲੋ ਉਹਦੇ ਨਾਲ ਸਾਨੂੰ ਫਾਇਦਾ ਤੇ ਹੋਣਾ ਹੀ ਹੋਣਾ ਸਾਨੂੰ ਵੀ ਤੇ ਪੈਸੇ ਆਉਣਗੇ ਆਓ ਪਰ ਉਹਦੇ ਨਾਲ ਫਾਇਦਾ ਪਤਾ ਕਿ ਤੁਹਾਨੂੰ ਆਦਤ ਪੈ ਗਈ ਇਹ ਹੋਰ ਚੀਜ਼ਾਂ ਸੁਣਨ ਦੀ ਨਾ ਬਿਲਕੁਲ ਔਰ ਕਿਤਾਬਾਂ ਵੀ ਤੁਸੀਂ ਸੁਣਿਓ ਪੋਡਕਾਸਟ ਤੇ ਆਡੀਓ ਬੁੱਕs ਕਈਆਂ ਨੂੰ ਕਈਆਂ ਨੂੰ ਪਤਾ ਨਹੀਂ ਸਾਡੇ ਆਪਣੇ ਆਪਣੇ ਐਪਲ ਦੇ ਵਿੱਚ ਇਹ ਫੰਕਸ਼ਨ ਨਾ ਪੋਡਕਾਸਟ ਦਾ ਉਹਨਾਂ ਨੇ ਪਹਿਲਾਂ ਹੀ ਪਾਇਆ ਹੁੰਦਾ ਉਹ ਤੇ ਤੁਸੀਂ ਭਰੇ ਹੋ ਮਿੱਤਰਾਂ ਦਾ ਪੋਡਕਾਸਟ ਨਿਕਲ ਜਾਣਾ ਜਿੰਨਾਂ ਕੋ ਐਪਲ ਦੇ ਫੋਨ ਨੇ ਤੇ ਬਿਨਾਂ ਬਿਨਾ ਐਡਾਂ ਤੋਂ ਜਿਦਾਂ ਇੱਥੇ ਐਡਾਂ ਵੀ ਹੁੰਦੀਆਂ ਨੇ YouTube ਤੇ ਉੱਥੇ ਬਿਨਾਂ ਐਡਾਂ ਤੋਂ ਤੇ ਉੱਥੇ ਹੋਰ ਵੀ ਆਡੀਓ ਬੁੱਕs ਹੁੰਦੀਆਂ ਨੇ ਬੜੀ-ਬੜੀਆ ਤੁਸੀਂ ਉੱਥੇ ਤੋਂ ਐਡਾਂ ਤੋਂ ਵੀ ਤੇ ਵੈਸੇ ਵੀ ਬੰਦੇ ਨੂੰ ਆਦਤ ਪੈਂਦੀ ਏ ਕਿ ਮੈਂ ਬੰਦਾ ਕਿਤਾਬਾਂ ਵੀ ਸੁਣਦਾ ਹੋਰ ਬੜੇ ਹਿੰਦੀ ਦੇ ਬੜੇ ਪੋਡਕਾਸਟ ਮਿਲ ਜਾਂਦੇ ਨੇ ਹਾਂਜੀ ਆਪਣੇ ਮੁੰਡੇ ਪੰਜਾਬੀ ਵਧੀਆ ਨੇ ਕਨਸੈਪਟ ਹੁਣ ਪੰਜਾਬ ਚ ਆਜੂਗਾ ਭਾਈ ਕੁੜੀਆਂ ਵੀ ਪੰਜਾਬ ਚ ਆਊ ਕਨਸੈਪਟ ਹੁਣ ਵਧੂਗਾ ਮੈਂ ਕਹਿੰਦਾ ਆਪਾਂ ਜਮੇਰ ਚੱਕੀ ਆਪਾਂ ਵਧਾ ਕੇ ਨਾ ਸਾਰੇ ਦੇ ਕਰ ਪਚਾ ਦੇਣਾ ਹੈ ਚੀਜ਼ ਠੀਕ ਹੈ ਨਾਲੇ ਆਪਾਂ ਵੀ ਨਾ ਥੋੜਾ ਜਿਹਾ ਕੰਮ ਖਿੱਚੀਏ ਤੇ ਰੈਗੂਲਰ ਆਇਆ ਕਰੀਏ ਬਿਲਕੁਲ ਚਲੋ ਉਹ ਗੱਲਾਂ ਆਪਾਂ ਪਰਸਨਲ ਚ ਕਰੀਏ ਟਾਈਮ ਟੇਬਲ ਵਾਲੀਆਂ ਮੈਂ ਰਿਕਾਰਡਿੰਗ ਬੰਦ ਕਰ ਲਾਂ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ